ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਹੁਣ ਦਾ ਦੌਰ ਆ ਇਹਦੇ ਵਿੱਚ ਪਰਿਵਾਰਿਕ ਜਿਹੜੀ ਲੜਾਈਆਂ ਨੇ ਉਹ ਜ਼ਿਆਦਾ ਹੋ ਗਈਆਂ ਹੋਈਆਂ ਨੇ ਤੇ ਉਹਦੇ ਨਾਲ ਨਾਲ ਹੀ ਤਲਾਕਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਵਧ ਰਹੀ ਆ ਅੱਜਕੱਲ ਲੋਕ ਸਕਿੰਟ ਲਾਉਂਦੇ ਆ ਮੈਂ ਕਹਿੰਨੀ ਆ ਮਿੰਟ ਨਹੀਂ ਲਾਉਂਦੇ ਇੱਕ ਸਕਿੰਟ ਲਾਉਂਦੇ ਆ ਸਟੇਟਮੈਂਟ ਦੇਣ ਲਈ ਵੀ ਅਸੀਂ ਰਹਿਣਾ ਨਹੀਂ ਤਲਾਕਾਂ ਦਾ ਅੱਜਕੱਲ ਮੈਂ ਕਹਿੰਨੀ ਆ ਕੋਰਟ 'ਚ ਇੰਨੀ ਪੈਡੈਂਸੀ ਪਈ ਆ ਨਾ ਕਿ ਕਦੇ-ਕਦੇ ਤਾਂ ਸਾਨੂੰ ਜੱਜ ਵੀ ਇਹ ਕਹ ਰਹੇ ਨੇ ਜਾਂ ਵਕੀਲ ਵੀ ਇਹ ਕਹ ਰਹੇ ਨੇ ਮੈਡਮ ਤੁਸੀਂ ਛੱਡੋ ਪਰਾਂ ਇੰਨੇ ਨੇ ਸਾਲ ਇਹ ਧੱਕੇ ਖਾਣਗੇ ਤੁਸੀਂ ਮਿਊਚੁਅਲ ਵਾਸਤੇ ਪ੍ਰੋਸੀਡ ਕਰਵਾਓ ਮੈਂ 2018 ਵਿੱਚ ਇਹ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ ਜਦੋਂ ਮੈਂ ਨਵੀਂ-ਨਵੀਂ ਲੱਗੀ ਸੀ ਉਦੋਂ ਸਾਡੇ ਕੋਲੇ ਕੁਈ ਕਰੇ ਲੁੱਜੜੀ ਲੜਾਈਆਂ ਹੁੰਦੀਆਂ ਸੀ ਵੀ ਘਰ ਵਾਲੇ ਨੇ ਸ਼ਰਾਬ ਪੀ ਕੇ ਗਾਲੀ ਗਲੋਚ ਕੀਤਾ ਜੀ ਘਰ ਵਾਲੇ ਨੇ ਸ਼ਰਾਬ ਪੀ ਕੇ ਕੁੱਟਦਾ ਸਵੇਰੇ ਠੀਕ ਹੋ ਜਾਂਦੇ ਠੀਕ ਹੈ ਮੇਰੀ ਸੱਸ ਦੀ ਮੇਰੀ ਜ਼ਿੰਦਗੀ ਚ ਥੋੜੀ ਇੰਟਰਫੀਰੈਂਸ ਹੈ ਮੇਰੀ ਸੱਸ ਵੀ ਨੂੰ ਜਿਆਦਾ ਰੋਗ ਦੀ ਟੋਕਦੀ ਹੈ ਹਨਾ ਸਾਰੇ ਪਰਿਵਾਰ ਚ ਨਿੱਕੇ ਮੋٹے ਕਲੇਸ਼ ਹੁੰਦੇ ਸੀ ਸ਼ਰਾਬ ਸ਼ਰੂਪ ਤਾਂ ਹੁਣ ਲੋਕ ਆਮ ਸਮਝਦੇ ਆ ਉਹਨੂੰ ਕੋਈ ਨਸ਼ੇ ਚ ਗਿੰਦਾ ਵੀ ਨਹੀਂ ਹੈਗਾ ਵੈਸੇ ਉਹ ਕੁੜੀ ਬਰਦਾਸ਼ ਕਰ ਲੈਂਦੀ ਵੀ ਚਲੋ ਪੀਤੀ ਆ ਕੋਈ ਗੱਲ ਨਹੀਂ ਸੌਂ ਜਾਊਗਾ ਸਵੇਰੇ ਠੀਕ ਹੋ ਜਾਣਗੇ ਕੋਈ ਗੱਲ ਨਹੀਂ ਹਨਾ ਇੱਕ ਰੇਲੂ ਜਿਹੜੀਆਂ ਲੜਾਈਆਂ ਨੇ ਉਹ ਪਹਿਲਾਂ ਨਾਲੋਂ ਬਦਲ ਕੇ ਹੁਣ ਸਮਝੋ ਤਾਂ ਕਰੋਨਾ ਵੀ ਸਾਨੂੰ ਔਖਾ ਹੋ ਜਾਂਦਾ ਮੇਰੇ ਕੋਲੇ ਬਹੁਤ ਸਾਰੇ ਇਦਾਂ ਦੇ ਕੇਸ ਵੀ ਆਏ ਆ ਚਲੋ ਹੈ ਤਾਂ ਇੱਕ 네ਗੇਟਿਵ ਪੁਆਇੰਟ ਆ ਕੁੜੀ ਬਹੁਤ ਅੱਛੀ ਨੌਕਰੀ ਤੇ ਹੁੰਦੀ ਹੈ ਸਰਕਾਰੀ ਨੌਕਰ ਹੁੰਦੀ ਹੈ ਜਾਂ ਪ੍ਰਾਈਵੇਟ ਤੇ ਵੀ 35 40 50 ਹਜ਼ਾਰ ਕਮਾਉਂਦੀ ਹੁੰਦੀ ਹੈ ਤਾਂ ਇੱਕ ਇਹ ਪ੍ਰੋਬਲਮ ਹੋ ਜਾਂਦੀ ਹੈ ਵੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਇਹ ਹੁੰਦਾ ਵੀ ਕੁੜੀ ਤਨਖਾਹ ਮੈਨੂੰ ਦੇਵੇ ਮੇਰੇ ਕੋਲੇ ਬਹੁਤ ਸਾਰੇ ਇਦਾਂ ਦੇ ਮਰਦ ਆਏ ਆ ਜਿਹੜੇ ਬਿਨਾਂ ਵਜ੍ਹਾ ਪਿਸ ਜਾਂਦੇ ਆ ਰਾਈਟ ਤੁਸੀਂ ਸੁਣਿਆ ਹੋਣਾ ਵੀ ਮਰਦ ਕਹਿੰਦੇ ਆ ਵੀ ਮੈਂ ਦਾਰੂ ਪੀਣਾ ਹਨਾ ਸ਼ਰਾਬ ਪੀਣਾ ਵੀ ਮੈਂ ਆਪਣੀ ਸਟ੍ਰੈਸ ਨੂੰ ਘੱਟ ਕਰਨ ਲਈ ਪੀਣਾ ਜਾਂ ਮੈਂ ਸੌਣ ਵਾਸਤੇ ਪੀਣਾ ਤਾਂ ਇਸ ਚੀਜ਼ ਤੇ ਵੀ ਲੜਾਈ ਹੁੰਦੀ ਹੈ ਉਹ ਕਹਿੰਦੀ ਤੂੰ ਸ਼ਰਾਬ ਪੀਣਾ ਮੈਂ ਕਿ ਭੀਮਾ ਇਹ ਚੀਜ਼ ਸਮਝਾਉਣੀ ਹੈ ਸੋਮਾ ਕੈਲਕੂਲੇਸ਼ਨ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਸਟੈਪ ਕੁੜੀਆਂ ਵੱਲੋਂ ਕੀਤਾ ਜਾਂਦਾ ਹੈ ਵੀ ਮੁੰਡੇ ਤੇ ਦਾਦ ਜ਼ਬਰਦਸਤ ਕਰਾ ਦੋ ਜਿੰਨੇ ਮੈਂ ਕੇਸ ਡੀਲ ਕੀਤੇ ਆ ਹੁਣ ਤੱਕ ਦੇ 18 ਸਾਲ ਤੋਂ ਘੱਟ ਬੱਚਿਆਂ ਜਿਨ੍ਹਾਂ ਨਾਲ ਰੇਪ ਹੋਇਆ ਉਹਨਾਂ ਕੇਸਾਂ ਵਿੱਚੋਂ 80% ਮੈਨੂੰ ਮਾਂ ਮਾਂ ਨੇ ਇਹੀ ਦੱਸਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਕੋਈ ਵੀ ਕੁੜੀ ਆਪਣੀ ਮਾਂ ਤੋਂ ਜਾਂ ਆਪਣੇ ਭੈਣ ਤੋਂ ਕਦੇ ਕੋਈ ਗੱਲ ਲੁਕਾਉਂਦੀ ਨਹੀਂ ਹੁੰਦੀ ਲੋਕਾਂ ਦੀ ਸਿਰਫ ਉੱਥੇ ਐ ਜਿੱਥੇ ਉਹਨੂੰ ਇਹ ਹੋਊਗਾ ਵੀ ਮੇਰੀ ਮਾਂ ਨੇ ਮੈਨੂੰ ਸਮਝਣਾ ਨਹੀਂ ਮੈਂ ਕਹਿੰਨੀ ਆ ਵੀ ਘਰੇ 6:00 ਵਜਣ ਤੇ ਵੀ ਲੜਾਈ ਹੋਵੇ ਨਾ ਕੁੜੀ ਨੇ 181 ਤੇ ਫੋਨ ਕਰ ਦੇਣਾ ਆ ਸੋ ਵੈਸੇ ਲਵ ਮੈਰਿਜ ਅੱਜਕੱਲ ਘਟ ਰਹੀ ਐ ਵੀ ਮੈਂ ਘਟ ਵੇਖ ਰਹੀ ਆ ਅੱਜਕੱਲ ਲਵ ਮੈਰਿਜ ਦੇ ਕੇਸ ਲਵ ਮੈਰਿਜ ਉੱਥੇ ਜ਼ਿਆਦਾ ਹੋ ਰਹੇ ਜਿੱਥੇ ਪੇਰੈਂਟਸ ਨਹੀਂ ਮੰਨਦੇ ਤੇ ਬੱਚੇ ਭੱਜ ਜਾਂਦੇ ਆ ਬੱਚੀ ਸਾਡੇ ਕੋਲ ਆਈ ਤਿੰਨ ਬੱਚੇ ਲੈ ਕੇ ਇੱਕ ਉਹਦਾ ਮੇਲਾ ਸਾਡੇ ਇੱਕ 7 ਸਾਲ 7 ਸਾਲ ਦਾ ਬੇਟਾ ਸੀਗਾ ਦੋ ਬੇਟੀਆਂ ਸੀਗੀਆਂ ਤਿੰਨੇ ਬੱਚੇ ਦੋ ਇੱਕ ਪਿੱਛੇ ਪਾਇਆ ਹੋਇਆ ਦੋ ਕੁਛੜ ਚੱਕੇ ਹੋਏ ਕੱਲੀ ਤੁਰੀ ਆਵੇ ਤੇ ਮੈਂ ਕੰਪਲੇਂਟ ਦਰਜ ਕੀਤੀ ਪਹਿਲਾਂ ਤਾਂ ਉਹ ਰੋਈ ਅੱਧਾ ਘੰਟਾ ਬੈਠ ਕੇ ਮੇਰੇ ਕੋਲ ਇੱਕ ਕੇਸ ਆਇਆ ਸੀ ਦੋ ਸਾਲ ਪਹਿਲਾਂ ਦੀ ਗੱਲ ਹੈ ਉਹਦੇ ਵਿੱਚ ਮਾਨਯੋਗ ਜੱਜ ਸਾਹਿਬ ਵੀ ਇਨਵੋਲਵ ਹੋਏ ਸੀਗੇ ਬੱਚੀ ਸੀਗੀ 15 ਕ 16 ਸਾਲ ਦੀ ਬਹੁਤ ਸੋਹਣੀ ਸੀ ਕੁੜੀ ਬਹੁਤ ਹਾਈ ਫਾਈ ਫੈਮਲੀ ਦਾ ਕੇਸ ਆ ਹਾਈ ਪ੍ਰੋਫਾਈਲ ਕੇਸ ਆ ਇਹ ਕੁੜੀ ਦੇ ਮਾਮੇ ਨੇ ਕੁੜੀ ਨਾਲ ਰੇਪ ਕੀਤਾ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਦੇਖ ਰਹੇ ਹੋ ਸਰਲੇਖ ਪੌਡਕਾਸਟ ਸਰਲੇਖ ਸਮਾਜਿਕ ਮੁੱਦਿਆਂ ਦੀ ਬਾਤ ਪਾਉਂਦਾ ਹੈ ਸਰਲੇਖ ذریعے ਤੁਹਾਨੂੰ ਬਹੁਤ ਸਾਰੀਆਂ ਮੁਲਾਕਾਤਾਂ ਅਜਿਹੀਆਂ ਮਿਲਦੀਆਂ ਨੇ ਜਿਨ੍ਹਾਂ ਦੇ ਆਉਂਦੇ ਕਮੈਂਟ ਜਿਨ੍ਹਾਂ ਦੇ ਆਉਂਦੇ ਫੋਨ ਕਾਲ ਸਾਨੂੰ ਹੌਸਲਾ ਅਫਜਾਈ ਦਿੰਦੀਆਂ ਨੇ ਅੱਜ ਮੇਰੇ ਨਾਲ ਸੰਦੀਪ ਕੌਰ ਪੇਖੀ ਹੈ ਸੰਦੀਪ ਉਹਨਾਂ ਲੋਕਾਂ 'ਚ ਵਿਚਰਦੀ ਹੈ ਜਿਨ੍ਹਾਂ ਦੇ ਪਰਿਵਾਰ ਟੁੱਟ ਰਹੇ ਨੇ ਜਿੱਥੇ ਮਨੁੱਖ ਤਰੱਕੀ ਕਰ ਰਿਹਾ ਹੈ ਉੱਥੇ ਸਾਡਾ ਸਮਾਜਿਕ ਤਾਣਾ ਬਾਣਾ ਬਹੁਤ ਵੱਡੇ ਪੱਧਰ ਤੇ ਉਲਝਿਆ ਹੋਇਆ ਹੈ ਮਾਹੌਲ ਖਰਾਬ ਹੈ ਅਸੀਂ ਆਮ ਇਹ ਸ਼ਬਦ ਸੁਣਦੇ ਆ ਪਰ ਸੰਦੀਪ ਕੋਰੇ ਹਰ ਰੋਜ਼ ਕੋਈ ਪਤਨੀ ਆਉਂਦੀ ਹੈ ਕੋਈ ਪਤੀ ਆਉਂਦਾ ਹੈ ਕੋਈ ਮਾਂ ਆਉਂਦੀ ਹੈ ਕੋਈ ਪਿਓ ਆਉਂਦਾ ਹੈ ਕੋਈ ਬੱਚਾ ਆਉਂਦਾ ਹੈ ਹਰ ਰੋਜ਼ ਉਹਨਾਂ ਲੋਕਾਂ ਦੇ ਮਸਲੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੰਦੀਪ ਸੁਲਝਾਉਣ ਤੇ ਲੱਗੀ ਹੋਈ ਹੈ ਜਿਹੜੇ ਲੋਕ ਆ ਮਾਨਸਿਕ ਤਣਾਅ ਚੱਲ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਦਿਆਂ ਗੱਲਬਾਤ ਸੰਦੀਪ ਕੌਰ ਦੇ ਨਾਲ ਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸ਼ੁਰੂ ਜੀ ਗੱਲ ਕੀਤੀ ਹੈ ਕਿ ਸੰਦੀਪ ਦਾ ਬਾਵਾਸਤ ਉਹਨਾਂ ਲੋਕਾਂ ਨਾਲ ਪੈਂਦਾ ਹੈ ਜਿਹੜੇ ਲੋਕ ਰਿਸ਼ਤਿਆਂ ਦੀ ਟੁੱਟ ਭੱਜ ਦਾ ਸ਼ਿਕਾਰ ਹੋ ਰਹੇ ਨੇ ਹਰ ਮਾਪਿ ਉਹ ਸੋਚਦਾ ਹੈ ਮੇਰੀ ਧੀ ਵੱਡੀ ਹੋ ਕੇ ਪੜ੍ਹੇ ਲਿਖੇ ਚੰਗੀ ਨੌਕਰੀ ਕਰੇ ਆਨੰਦ ਦੀ ਜ਼ਿੰਦਗੀ ਜੀਵੇ ਪਰ ਸੰਦੀਪ ਜਦੋਂ ਆਪਣੇ ਦਫ਼ਤਰ ਪਹੁੰਚਦੀ ਹੈ ਇਹ ਸੋਚ ਕੇ ਪਹੁੰਚਦੀ ਹੈ ਕਿ ਅੱਜ ਮੇਰੇ ਕੋਲੇ ਕੋਈ ਮਸਾਲਾ ਫੇਰ ਆਊਗਾ ਅੱਜ ਫੇਰ ਇੱਕ ਕਟੋਕਲੇਸ਼ ਆਊਗਾ ਤੇ ਉਹ ਕਲੇਸ਼ ਸੰਦੀਪ ਨੇ ਨਿਵੇੜਨਾ ਹੈ ਸੋਚਦੇ ਕਿ ਮੈਂ ਬਿਲਕੁਲ ਦੇਖੋ ਹਿੰ ਤਾਂ ਇਹ ਬਹੁਤ ਆਮ ਜੀ ਗੱਲ ਹੋ ਗਈ ਹੈ ਸਵੇਰੇ ਉੱਠ ਕੇ ਵਾਇਗਰੂ ਦਾ ਨਾਮ ਲੈ ਕੇ ਅਸੀਂ ਇਹੀ ਸੋਚਦੇ ਆਂ ਵੀ ਅੱਜ ਜਾਣਾ ਅਜ ਕੋਈ ਨਾਮਾ ਚ ਮੇ ਲਾਮੇ ਲੁਗਾ ਸਾਨੂੰ ਕੁਝ ਨਾਮਸ ਉਹਨਾਂ ਨੂੰ ਮਿਲੂਗਾ ਕਿਉਂਕਿ ਸਾਡਾ ਰੋਜ਼ ਦਾ ਕੰਮ ਹੈ ਦੋ ਪਰਿਵਾਰ ਬੈਠਦੇ ਆ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਦੀਆਂ ਲੜਾਈਆਂ ਨੂੰ ਸੁਲਝਾਉਣਾ ਪੈਂਦਾ ਘਰ ਵਸਾਉਣੇ ਪੈਂਦੇ ਆ ਅਸੀਂ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਬੱਚਿਆਂ ਬਾਰੇ ਸੋਚ ਕੇ ਪਰਸਨਲੀ ਤੌਰ ਤੇ ਬਹੁਤ ਕਈ ਵਾਰੀ ਸਿਰਦਰਦੀ ਲੈ ਕੇ ਕੇਸ ਨੂੰ ਨੇਪਰੇ ਚਾੜਦੇ ਆ ਸੋ ਇਹ ਤਾਂ ਹੀ ਕੰਮ ਜੀ ਗੱਲ ਹੋ ਗਈ ਹੈ ਵੀ ਸਾਡੇ ਲਈ ਸਾਡੇ ਲਈ ਸਟ्रेस ਲੈਵਲ ਜਿਹੜਾ ਹੁੰਦਾ ਹੈ ਸਾਡੀ ਦਿਮਾਗੀ ਸ਼ਾਂਤੀ ਹੁੰਦੀ ਹੈ ਉਹ ਵੀ ਕਿਤੇ ਨਾ ਕਿਤੇ ਭੰਗ ਹੋ ਜਾਂਦੀ ਹੈ ਕਿਉਂਕਿ ਜਦੋਂ ਕੋਈ ਵਾਰੀ ਕੋਈ ਘਰ ਟੁੱਟ ਜਾਂਦਾ ਸਾਨੂੰ ਉੱਥੇ ਬਹੁਤ ਮਹਿਸੂਸ ਹੁੰਦਾ ਹੈ ਕਿ ਅਸੀਂ ਬਹੁਤ ਐਫਰਟ ਕੀਤੇ ਇਸ ਕੇਸ ਲਈ ਮੈਨੂੰ ਇੱਕ ਕੇਸ ਵਾਸਤੇ ਘੱਟੋ ਘੱਟ 20-25 ਦਿਨ ਲੱਗ ਜਾਂਦੇ ਆ ਰੋਜ਼ ਮੇਰੇ ਕੋਲ ਜੇ ਇੱਕ ਕੇਸ ਆਵੇ ਉਹਨੂੰ ਅਸੀਂ ਲਗਾਤਾਰ ਕਾਉਂਸਲਿੰਗ ਦੇ ਮਾਧਿਅਮ ਰਾਹੀਂ ਪਰਿਵਾਰਾਂ ਨੂੰ ਬਿਠਾ ਕੇ ਮੋਤਵਰ ਵਿਅਕਤੀ ਨੂੰ ਇਨਵੋਲਵ ਕਰਕੇ ਉਹਨੂੰ ਅਸੀਂ ਨੇਪਰੇ ਚਾੜਦੇ ਆਂ ਪਰ ਕਿਤੇ ਸਾਡੀ ਮਿਹਨਤ ਸਫਲ ਹੋ ਜੇ ਉਹਦੇ ਵਿੱਚ ਕੋਈ ਕਰੇਲੂ ਮਸਲੇ ਨੇ ਵਧੇ ਹੋਣ ਵੀ ਕੁੜੀ ਨਾ ਰਹਿਣਾ ਚਾਹੁੰਦੀ ਹੋਵੇ ਜਾਂ ਉਹਨੂੰ ਉਸ ਪਰਿਵਾਰ ਵਿੱਚ ਜ਼ਿਆਦਾ ਟੌਰਚਰ ਕੀਤਾ ਗਿਆ ਹੋਵੇ ਤਾਂ ਸਾਨੂੰ ਉੱਥੇ ਉਹ ਕੇਸ ਨੂੰ ਅੱਕ ਕੇ ਅੱਗੇ ਕੋਰਟ ਵਿੱਚ ਜਾਂ ਅੱਗੇ ਥਾਣੇ ਕਚਹਿਰੀ ਵਿੱਚ ਪ੍ਰੋਸੀਡ ਕਰਨਾ ਪੈਂਦਾ ਸੋ ਇਹ ਤਾਂ ਮੇਰਾ ਚਲੋ ਇੱਕ ਕੀਤਾ ਆ ਹਮ ਜਦੋਂ ਪਤੀ ਪਤਨੀ ਨੂੰ ਮਿਲਦੇ ਹਾਂ ਜੀ ਜਦ ਮੈਂ ਪੁੱਛਾਂ ਜਦੋਂ ਮੈਂ ਕਿਸੇ ਐਡਵੋਕੇਟ ਨੂੰ ਮਿਲਦਾ ਕਿਸੇ ਸੋਸ਼ਲ ਵਰਕਰ ਨੂੰ ਮਿਲਦਾ ਕਿਸੇ ਸਮਾਜ ਸੇਵੀ ਸੰਸਥਾ ਦੇ ਆਗੂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੂੰ ਸਾਰਾ ਲੋਕਾਂ ਨੂੰ ਮਿਲ ਕੇ ਇੰਜ ਲੱਗਦਾ ਹੁੰਦਾ ਹੈ ਅੰਕੜੇ ਵੀ ਦੱਸਦੇ ਨੇ ਚੀਜ਼ ਦੇ ਕਿ ਲਗਾਤਾਰ ਤਲਾਕਾਂ ਦੀ ਗਿਣਤੀ ਵੱਧ ਰਹੀ ਹੈ ਲਗਾਤਾਰ ਉਹਨਾਂ ਛਗੜਾਂ ਦੀ ਗਿਣਤੀ ਵੱਧ ਰਹੀ ਹੈ ਸਚਾਈ ਹੈ ਜਾਂ ਐਵੇਂ ਲੱਗ ਰਿਹਾ ਹੈ ਨਹੀਂ ਬਿਲਕੁਲ ਸਚਾਈ ਹੈ ਜੀ ਪਹਿਲਾਂ ਨਾਲੋਂ ਜ਼ਿਆਦਾ ਜਿਹੜਾ ਹੁਣ ਦਾ ਦੌਰ ਆ ਇਹਦੇ ਵਿੱਚ ਪਰਿਵਾਰਿਕ ਜਿਹੜੀ ਲੜਾਈਆਂ ਨੇ ਉਹ ਜ਼ਿਆਦਾ ਹੋ ਗਈਆਂ ਹੋਈਆਂ ਨੇ ਤੇ ਉਹਦੇ ਨਾਲ ਨਾਲ ਹੀ ਤਲਾਕਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਵੱਧ ਰਹੀ ਆ ਅੱਜਕੱਲ ਲੋਕ ਸਕਿੰਟ ਲਾਉਂਦੇ ਆ ਮੈਂ ਕਹਿੰਨੀ ਆ ਮੈਂਟ ਨਹੀਂ ਲਾਉਂਦੇ ਇੱਕ ਸਕਿੰਟ ਲਾਉਂਦੇ ਸਟੇਟਮੈਂਟ ਦੇਣ ਲਈ ਵੀ ਅਸੀਂ ਰਹਿਣਾ ਨਹੀਂ ਇਵਨ ਕਿ ਉਹ ਆਪਣੇ ਇਹ ਵੀ ਨਹੀਂ ਸੋਚਦੇ ਵੀ ਸਾਡੇ ਤੋਂ ਬਿਨਾ ਸਾਡੇ ਪਰਿਵਾਰ ਤੋਂ ਬਿਨਾ ਮੇਰੇ ਮਾਪਿਓ ਤੋਂ ਬਿਨਾ ਮੇਰੇ ਸਾਸਰੋ ਤੋਂ ਬਿਨਾ ਸਾਡੇ ਗੋਦੀ 'ਚ ਇੱਕ ਬੱਚਾ ਵੀ ਹੈਗਾ ਹਨਾ ਜਿਹਦਾ ਹਜੇ ਫਿਊਚਰ ਸ਼ੁਰੂ ਵੀ ਨਹੀਂ ਹੋਇਆ ਅਸੀਂ ਉਹਨੂੰ ਪਹਿਲਾਂ ਹੀ ਖਤਮ ਕਰ ਰਹੇ ਆ ਸੋ ਤਲਾਕਾਂ ਦਾ ਅੱਜਕੱਲ ਮੈਂ ਕਹਿੰਨੀ ਆ ਕੋਰਟ 'ਚ ਇੰਨੀ ਪੈਂਡੈਂਸੀ ਪਈ ਆ ਨਾ ਕਿ ਕਦੇ-ਕਦੇ ਤਾਂ ਸਾਨੂੰ ਜੱਜ ਵੀ ਇਹ ਕਹ ਰਹੇ ਨੇ ਜਾਂ ਵਕੀਲ ਵੀ ਇਹ ਕਹ ਰਹੇ ਨੇ ਮੈਡਮ ਤੁਸੀਂ ਛੱਡੋ ਪਰਾਂ ਇੰਨੇ ਨੇ ਸਾਲ ਇਹ ੱਟਕੇ ਖਾਣਗੇ ਤੁਸੀਂ ਮਿਊਚੁਅਲ ਵਾਸਤੇ ਪ੍ਰੋਸੀਡ ਕਰਵਾਓ ਤੋਂ ਮੈਂ ਤੇਰਾ ਰਾਜ਼ੀ ਨਹੀਂ ਨਾ ਤੁਸੀਂ ਕਰੋ ਇਹਨਾਂ ਨੂੰ ਕੋ ਵੀ ਤੇਰਾ ਵਿੱਚ ਪ੍ਰੋਸੀਡ ਕਰੋ ਕੇਸ ਆਪਣਾ ਤੇ 6 ਮਹੀਨਿਆਂ 'ਚ ਤੁਸੀਂ ਵਿਹਲੇ ਹੋਵੋ ਮਤਲਬ ਇੰਨੀ ਜ਼ਿਆਦਾ ਉੱਥੇ ਪੈਂਡੈਂਸੀ ਪਈ ਆ ਨਾ ਉਹ ਵੀ ਆਕੇ ਹੋਏ ਨੇ ਉਹ ਵੀ ਕਹਿੰਦੇ ਜੇ ਤੁਸੀਂ ਨਹੀਂ ਰਹਿਣਾ ਚਾਹੁੰਦੇ ਨਾ ਅੱਗੇ ਤਾਂ ਪਤਾ ਕੀ ਹੁੰਦਾ ਸੀ ਜੇ ਆਪੀ ਕੋਰਚ ਕੇਸ ਜਾਂਦਾ ਜਾਂ ਸਾਬ ਤੁਹਾਡੀਆਂ ਸੁਣਦੇ ਜਾਂ ਸਾਬ ਕੀਤੇ ਨੇ ਕਿ ਤੁਹਾਨੂੰ ਮੌਕਾ ਵੀ ਦਿੰਦੇ ਆ ਵੀ ਤੁਸੀਂ 30 ਦਿਨ ਰਹਿ ਕੇ ਦੇਖੋ ਇਕੱਠੇ ਜੇ ਤੁਹਾਡੀ ਫੇਰ ਵੀ ਨਾ ਨਹੀਂ ਵੀ ਕੋਈ ਗੱਲ ਨਹੀਂ ਫਿਰ ਆਪਾਂ ਕਰ ਦਾਂਗੇ ਅੱਜ ਕੱਲ ਉਹਨਾਂ ਨੇ ਇਹ ਵੀ ਮੁੱਦਾ ਨਿਬੇੜਤਾ ਕਹਿੰਦੇ ਤੁਸੀਂ ਜੇ ਰਹਿਣਾ ਨਹੀਂ ਨਾ ਚਾਹੁੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਸੋ ਇਹ ਸੱਚ ਹੈ ਵੀ ਅੱਜ ਕੱਲ ਪਹਿਲਾਂ ਨਾਲੋਂ ਜ਼ਿਆਦਾ ਤਲਾਕਾਂ ਦੀ ਗਿਣਤੀ ਆ ਹੁਣ ਤੁਸੀਂ ਜੇ ਤੁਸੀਂ ਮੀਆਂ ਬੀਬੀ ਰਾਜ਼ੀ ਆਂ ਤੋੜਾ ਪਰਿਵਾਰ ਰਾਜੀ ਹੈ ਤਲਾਕ ਦੇਣ ਨੂੰ ਇੱਕ ਦੂਜੇ ਨੂੰ ਸੈਪਰੇਸ਼ਨ ਲਈ ਉਹਦੇ ਵਿੱਚ ਇਹ ਹੈ ਵੀ ਉਹਦੇ ਵਿੱਚ ਇੱਕ ਕ੍ਰਾਈਟੇਰੀਆ ਹੁੰਦਾ ਹੈ ਵੀ ਤੁਸੀਂ 1 ਸਾਲ ਦੀ ਸੈਪਰੇਸ਼ਨ ਸ਼ੋਅ ਕਰਕੇ 6 ਮਹੀਨਿਆਂ 'ਚ ਤੁਸੀਂ ਆਪਣਾ ਸੈਪਰੇਟ ਹੋ ਸਕਦੇ ਹੋ ਲੀਗਲੀ ਦੋ ਤਰੀਕਾ ਪੈਂਦੀ ਆਉਂਦੇ ਵਿੱਚ ਜਦੋਂ ਇਹੋ ਜਿਹੇ ਪਰਿਵਾਰਾਂ ਦੇ ਇਹੋ ਜਿਹੇ ਪਤੀ ਪਤਨੀ ਇੱਕ ਆਟੋ ਕੋਲੇ ਹਿੱਥ ਚ ਪੈਨੇ ਹੋ ਸਮਝਣ ਦੀ ਕੋਸ਼ਿਸ਼ ਕਰਦੇ ਹੋਣਗੇ ਅਜੋ ਦਸ ਸਾਲ ਪਹਿਲਾਂ ਕਾਰਨ ਕੋਈ ਹੋਰ ਹੋਣਗੇ ਅੱਜ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਆਂ ਅੱਜ ਕਾਰਨ ਹੋਰ ਹੋਣਗੇ ਕਿਹੜੀਆਂ ਖਾਸ ਗੱਲਾਂ ਨੇ ਉਹ ਜਾਂ ਕਿਹੜੇ ਕਾਰਨ ਨੇ ਉਹ ਜਿਹਦੇ ਕਰਕੇ ਪਤੀ ਪਤਨੀ ਰਿਸ਼ਤੇ 'ਚ ਤਰੀੜ ਵੱਧ ਆਈ ਹੋਈ ਐ ਜਾਂ ਇਹ ਜਿਹੜੇ ਤਣਾਅ ਨੇ ਜਾਂ ਇਹ ਘਟੋਕੁਲਿਸ਼ ਵੱਧ ਰਿਹਾ ਆ ਮੈਂ 2018 ਵਿੱਚ ਇਹ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ ਜਦੋਂ ਮੈਂ ਨਵੀਂ-ਨਵੀਂ ਲੱਗੀ ਸੀ ਉਦੋਂ ਸਾਡੇ ਕੋਲੇ ਕੋਈ ਘਰੇਲੂ ਜਿਹੜੀ ਲੜਾਈਆਂ ਹੁੰਦੀਆਂ ਸੀ ਵੀ ਘਰ ਵਾਲੇ ਨੇ ਸ਼ਰਾਬ ਪੀ ਕੇ ਗਾਲੀ-ਗਲੋਚ ਕੀਤਾ ਜੀ ਕਰ ਬਣੀ ਨੇ ਸ਼ਰਾਬ ਪੀ ਕੇ ਕੁੱਟਤਾ ਸਵੇਰੇ ਠੀਕ ਹੋ ਜਾਂਦੇ ਠੀਕ ਹੈ ਮੇਰੀ ਸੱਸ ਦੀ ਮੇਰੀ ਜ਼ਿੰਦਗੀ ਚ ਥੋੜੀ ਇੰਟਰਫੀਰੈਂਸ ਹੈ ਮੇਰੀ ਸੱਸ ਮੈਨੂੰ ਜ਼ਿਆਦਾ ਰੋਗ ਦੀ ਟੋਕਦੀ ਹੈ ਹਨਾ ਸਾਰੇ ਪਰਿਵਾਰ ਚ ਨਿੱਕੇ ਮੋٹے ਕਲੇਸ਼ ਹੁੰਦੇ ਸੀਗੇ ਜ਼ਿਆਦਾਤਰ ਸ਼ਰਾਬ ਦਾ ਕਲੇਸ਼ ਵੀ ਨਸ਼ਾ ਕਰਦਾ ਸ਼ਰਾਬ ਪੀਂਦਾ ਹਨਾ ਖਰਚਾ ਪਾਣੀ ਨਹੀਂ ਦਿੰਦਾ ਬਟ ਜੇ ਪਹਿਲਾਂ ਨਾਲੋਂ ਜ਼ਿਆਦਾ ਹੁਣ ਦੇਖਾ ਮੈਂ ਇਸ ਸਮੇਂ ਚ ਇਸ ਤੌਰ ਚ ਤਾਂ ਉਹ ਕੇਸ ਟੋਟਲੀ ਚੇਂਜ ਹੋ ਗਏ ਆ ਸ਼ਰਾਬ ਸ਼ਰੂਪ ਤਾਂ ਹੁਣ ਲੋਕ ਆਮ ਸਮਝਦੇ ਆ ਉਹਨੂੰ ਕੋਈ ਨਸ਼ੇ ਚ ਗਿੰਦਾ ਵੀ ਨਹੀਂ ਹੈਗਾ ਵੈਸੇ ਉਹ ਕੁੜੀ ਬਰਦਾਸ਼ ਕਰ ਲੈਂਦੀ ਐ ਵੀ ਚਲੋ ਪੀਤੀ ਐ ਕੋਈ ਗੱਲ ਨਹੀਂ ਸੌਂਜੂਗਾ ਸਵੇਰੇ ਠੀਕ ਹੋ ਜਾਣਗੇ ਕੋਈ ਗੱਲ ਨਹੀਂ ਹਨਾ ਬਟ ਹੁਣ ਦੇ ਜਿਹੜੇ ਹਾਲਾਤ ਨੇ ਹੁਣ ਇਹ ਐ ਵੀ ਸਾਡੇ ਸਿਸਟਮ ਵਿੱਚ ਇੱਕ ਇੱਕ ਚੀਜ਼ ਹੋਰ ਆ ਗਈ ਐ ਲਿਵ ਇਨ ਰਿਲੇਸ਼ਨਸ਼ਿਪ ਹੋ ਗਿਆ ਜਿਹੜਾ ਐਕਸਟਰਾ ਮੈਰਿਟਲ ਅਫੇਅਰ ਹੋ ਗਿਆ ਉਹ ਜ਼ਿਆਦਾ ਤਣਾਅ ਦੇ ਰਿਹਾ ਐ ਰਿਸ਼ਤਿਆਂ ਨੂੰ ਕਿ ਤੁਸੀਂ ਵਿਆਹ ਕੇ ਇੱਕ ਆਲਰੇਡੀ ਪਰਿਵਾਰ ਚ ਰਹਿ ਕੇ ਕਿਸੇ ਹੋਰ ਬਗਾਨੀ ਔਰਤ ਬਗਾਨੀ ਮਰਦ ਨਾਲ ਤੁਸੀਂ ਰਿਲੇਸ਼ਨਸ਼ਿਪ 'ਚ ਰਹ ਰਹੇ ਹੋ ਜਾਂ ਉਹਦੇ ਨਾਲ ਘੁੰਮਦੇ ਫਿਰਦੇ ਹੋ ਉਹਦੇ ਨਾਲ ਗੱਲ ਕਰਦੇ ਹੋ ਤੁਸੀਂ ਵੱਖਰਾ ਉਹਦੇ ਨਾਲ ਇੱਕ ਲਾਈਫ ਸਪੈਂਡ ਕਰਦੇ ਹੋ ਹਨਾ ਤਾਂ ਉਹਨਾਂ ਕਰਕੇ ਅੱਜਕੱਲ ਜਿਆਦਾ ਜਿਹੜੇ ਹੈਗੇ ਆ ਘਰੇਲੂ ਝਗੜੇ ਹੋ ਗਏ ਆ ਮੈਂਟਲੀ ਹੈਰੈਸਮੈਂਟ ਹੋ ਗਈ ਹੈ ਵਾਈਫ ਤੇ ਹਸਬੈਂਡ ਦੀ ਉਹ ਬਹੁਤ ਜ਼ਿਆਦਾ ਉੱਪਰ ਜਾ ਰਹੀ ਹੈ ਇਸ ਤੋਂ ਇਲਾਵਾ ਪਰਿਵਾਰਾਂ ਵਿੱਚ ਇੱਕ ਹੁੰਦਾ ਵੀ ਪਹਿਲਾਂ ਦੇ ਸਮੇਂ ਤੇ ਹੁੰਦਾ ਸੀਗਾ ਵੀ ਆਪਾਂ ਆਪਣੇ ਘਰ ਦੇ ਮਰਦ ਕਮਾਉਂਦੇ ਆ ਚਲੋ ਅੱਜ ਕੱਲ ਔਰਤਾਂ ਬਰਾਬਰ ਤੇ ਕਰਦੀਆਂ ਨੇ ਵੱਖਰੀ ਗੱਲ ਹੈ ਆ ਘਰ ਦੇ ਮਰਦ ਕਮਾਉਂਦੇ ਆ ਤਾਂ ਸਾਡਾ ਖਰਚਾ ਪਾਣੀ ਉਸ ਤੋਂ ਚੱਲਦਾ ਹਨਾ ਕੱਪੜੇ ਲੱਤੇ ਜੋ ਖਾਣਾ ਪੀਣਾ ਰਾਸ਼ਨ ਸਾਰਾ ਕੁਝ ਬੱਚਿਆਂ ਦੇ ਖਰਚੇ ਸਾਰੇ ਉਹ ਕਰਦੇ ਆ ਬਟ ਅੱਜ ਕੱਲ ਨਾ ਥੋੜਾ ਸਿਸਟਮ ਚੇਂਜ ਹੋ ਗਿਆ ਹੋਇਆ ਜਿਹੜੀ ਘਰੇਲੂ ਗ੍ਰਹਿਣੀ ਹੈ ਉਹ ਕਹਿੰਦੀ ਹੈ ਵੀ ਮੇਰੇ ਕੋਲੇ ਵੱਖਰਾ ਫੰਡ ਹੋਵੇ ਮੇਰੇ ਕੋਲ ਇੱਕ ਪਾਕਟ ਮਨੀ ਟਾਈਪ ਕੁਝ ਹੋਣਾ ਚਾਹੀਦਾ ਵੀ ਮੈਨੂੰ ਜਦੋਂ ਲੋੜ ਪੈਗੇ ਮੈਂ ਆਪਣੇ ਸਹੁਰੇ ਤੋਂ ਆਪਣੇ ਸੱਸ ਤੋਂ ਨਾ ਮੰਗਾ ਜਾਂ ਮੇਰਾ ਬੰਦਾ ਕਿਤੇ ਕੰਮ ਤੇ ਗਿਆ ਮੈਂ ਉਹਨਾਂ ਤੋਂ ਨਾ ਮੰਗਾ ਮੇਰੇ ਕੋਲ ਹੋ ਉੱਥੇ ਫਿਰ ਕੀ ਹੁੰਦਾ ਵੀ ਕਈ ਵਾਰੀ ਬੰਦਾ ਕੋਈ 10-15000 ਕਮਾਉਣ ਵਾਲਾ ਹੁੰਦਾ ਹੈ ਨਾ ਤਾਂ ਉਹਨੇ ਕਹਿਣਾ ਵੀ ਮੈਂ ਅਜ ਤੈਨੂੰ 4-5000 ਰੁਪਏ ਦੇਤਾ ਮੈਂ ਪਰਿਵਾਰ ਕਿੱਥੋਂ ਸੰਭੂਗਾ ਆਪਣਾ ਰਾਈਟ ਮੈਂ ਬਿਜਲੀ ਦਾ ਖਰਚਾ ਹੋਰ ਖਰਚੇ ਰਾਸ਼ਨ ਦਾ ਖਰਚਾ ਸਿਲੰਡਰ ਭਰਾਉਣਾ ਤੁੱਤ ਦਾ ਖਰਚਾ ਬੱਚਿਆਂ ਦੀ ਫੀਸ ਹੋਰ ਕੱਪੜੇ ਰੱਤੇ ਦਾ ਖਰਚਾ ਵੀ ਮੈਂ ਕਿੱਥੋਂ ਕਰੂੰਗਾ ਉੱਥੇ ਫਿਰ ਤੂ ਤੂ ਮੈਂ ਮੈਂ ਜ਼ਿਆਦਾ ਹੁੰਦੀ ਹੈ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਕੋਈ ਇੱਕ ਕਾਰਨ ਨਹੀਂ ਹੈਗਾ ਤੇਰਾ ਸੋ ਮਨੀ ਕਾਰਨ ਕਿ ਜਿਹਦੇ ਕਰਕੇ ਘਰੇਲੂ ਜੜੀਆਂ ਲੜਾਈਆਂ ਨੇ ਉਹ ਪਹਿਲਾਂ ਨਾਲੋਂ ਬਦਲ ਕੇ ਹੁਣ ਇਸ ਰੂਪ ਚ ਆ ਗਈਆਂ ਵੀ ਉ ਸਮਝੋ ਤਾਂ ਕਰੋਨਾ ਵੀ ਸਾਨੂੰ ਔਖਾ ਹੋ ਜਾਂਦਾ ਬੈਸੀ ਤਾਂ ਅਸੀਂ ਅੱਜ ਤਰੱਕੀ ਦੇ ਉਸ ਪੜਾਅ ਤੇ ਆਣ ਖੜੇ ਹੋਏ ਆ ਵੀ ਬਹੁਤੇ ਮਾਤਾ ਪਿਤਾ ਨੇ ਇਹ ਗੱਲ ਸਵੀਕਾਰ ਕੀਤੀ ਕਿ ਕੁੜੀਆਂ ਵੀ ਪੈਸੇ ਕਮਾਉਣ ਕੁੜੀਆਂ ਵੀ ਚੰਗਾ ਰੁਜ਼ਗਾਰ ਕਮਾਉਣ ਕੁੜੀਆਂ ਮੁੰਡਿਆਂ ਬਰਾਬਰ ਜ਼ਿੰਦਗੀ ਬਤੀਤ ਕਰਨ ਨਾ ਜਿਵੇਂ ਕੱਲੇ ਮੁੰਡੇ ਜਾਂਦੇ ਸੀ ਅੱਜ ਕੁੜੀਆਂ ਬਹੁ ਗਿਣਤੀ ਦੇ ਵਿੱਚ ਕੁੜੀਆਂ ਮੁੰਡਿਆਂ ਲੱਗੇ ਆਨੇ ਵਿਦੇਸ਼ ਕਮਾਉਣ ਤਾਂ ਅਸੀਂ ਰੁਜ਼ਗਾਰ ਹੀ ਜਾਂਦੇ ਆ ਨਾ ਕਮਾਉਣ ਤਾਂ ਅਸੀਂ ਪੈਸੇ ਹੀ ਜਾਂਦੇ ਆ ਇਹ ਤਾਂ ਮਤਲਬ ਹੋਇਆ ਵੀ ਤੁਸੀਂ ਇਹ ਤੁਸੀਂ ਇਹ ਸਹਿਮਤ ਹੋਵਾਂਗੇ ਇਸ ਗੱਲ ਨਾਲ ਵੀ ਮਾਂ ਹਰ ਮਾਂ ਪਿਓ ਨੂੰ ਪਹਿਲੇ ਸੋਚਣਾ ਚਾਹੀਦਾ ਹੈ ਵੀ ਕੁੜੀ ਪਹਿਲਾਂ ਆਪਣੇ ਪੈਰਾਂ 'ਤੇ ਖੜੀ ਹੋਵੇ ਉਹਦੀ ਮੈਰਿਜ ਬਾਰੇ ਫੇਰ ਸੋਚੋ ਬਿਲਕੁਲ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਇਹ ਚੀਜ਼ਾਂ ਘਟਣਗੀਆਂ ਦੇਖੋ ਕਿਤਨਾ ਕਿਤੇ ਜਦੋਂ ਇੱਕ ਕੁੜੀ ਵਿਆਹ ਕੇ ਜਾਂਦੀ ਹੈ ਕਿਸੇ ਪਰਿਵਾਰ 'ਚ ਹਨਾ ਉਹ ਆਪਣੇ ਪਰਿਵਾਰ ਤੋਂ ਟੁੱਟ ਕੇ ਦੂਜੇ ਪਰਿਵਾਰ ਦੀ ਹੁੰਦੀ ਹੈ ਜੀ ਸੋ ਜਿਹੜੀਆਂ ਚੀਜ਼ਾਂ ਉਹਨੂੰ ਆਪਣੇ ਪੇਕੇ ਪਰਿਵਾਰ 'ਚ ਚਾਹੀਦੀਆਂ ਸੀ ਉਹ ਤਾਂ ਥੋੜੀਆਂ ਵੱਧ ਕੇ ਸਾਰੇ ਪਰਿਵਾਰ 'ਚ ਚਾਹੀਦੀਆਂ ਹੁੰਦੀਆਂ ਹਨ ਰਾਈਟ ਹੁਣ ਮੈਂ ਫੋਰ ਐਗਜ਼ਾਮਪਲ ਮੈਂ ਅਨਮੈਰਿਡ ਹਾਂ ਮੈਨੂੰ ਕੋਈ ਲਾਉਣ ਪਾਉਣ ਦਾ ਇਨਾ ਸ਼ੌਂਕ ਨਹੀਂ ਹੈਗਾ ਬਟ ਕਈ ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਉਹਨਾਂ ਨੂੰ ਹੁੰਦਾ ਮੈਂ ਆਪਣੇ ਘਰ ਸਹੁਰੇ ਘਰ ਜਾਣਾ ਮੈਂ ਸਜਾਵਟੀ ਆਪਣਾ ਪੂਰਾ ਹਾਰ ਸ਼ਿੰਗਾਰ ਕਰਾਂ ਹਨਾ ਰੂਪ ਸਜਾਰ ਕੇ ਰੱਖਾਂ ਤਾਂ ਕਿ ਮੈਨੂੰ ਦੇਖਣ ਵੀ ਉਹਨਾਂ ਦੀ ਨੂਹ ਹੈ ਤਾਂ ਸਾਲ ਦੋ ਸਾਲ ਬਾਅਦ ਚੀਜ਼ਾਂ ਫਿੱਕੀਆਂ ਪੈਣ ਲੱਗ ਜਾਂਦੀਆਂ ਨੇ ਹਨਾ ਤਾਂ ਜਦੋਂ ਉਹ ਪਰਿਵਾਰ ਤੋਂ ਡਿਮਾਂਡ ਕਰਦੀ ਹੈ ਵੀ ਮੈਨੂੰ ਆ ਚੀਜ਼ ਚਾਹੀਦੀ ਹੈ ਹਸਬੰਦ ਨੂੰ ਕਹਿੰਦੀ ਮੈਨੂੰ ਉਹ ਚੀਜ਼ ਚਾਹੀਦੀ ਹੈ ਮੈਨੇ ਸੂਟ ਲਾਣਾ ਮੈਨੇ ਇਹ ਕਰਨਾ ਮੈਨੇ ਉਹ ਕਰਨਾ ਉੱਥੇ ਫਿਰ ਕਈ ਵਾਰ ਇਹ ਨਾਲ ਕਲੈਸ਼ ਹੋ ਜਾਂਦੇ ਆ ਉਹ ਕਹਿੰਦਾ ਯਾਰ ਤੂੰ ਕੀ ਕਰਨਾ ਹਨਾ ਆਪਾਂ ਬੱਚੇ ਹੋ ਗਏ ਆ ਬੱਚਿਆਂ ਨੂੰ ਵੱਲ ਧਿਆਨ ਦੇਣੇ ਆ ਬੱਚੇ ਪਾਲਣੇ ਆ ਵੀ ਤੂੰ ਕਾਹਨੂੰ ਬਾਦੂ ਦੇ ਖਰਚੇ ਕਰਾਉਣੀ ਆ ਇਹ ਸੱਚ ਹੈ ਇਦਾਂ ਦੀ ਗੱਲਾਂ ਬਹਿ ਕੇ ਉੱਥੇ ਹੁੰਦੀਆਂ ਨੇ ਸੋ ਜਦੋਂ ਕੋਈ ਕੁੜੀ ਨੌਕਰੀ ਕਰਦੀ ਹੁੰਦੀ ਹੈ ਐਟ ਲੀਸਟ ਉਹ ਆਪਣਾ ਖਰਚਾ ਆਪਣੇ ਬੱਚਿਆਂ ਦਾ ਕੋਈ ਕੱਪੜਾ ਲੱਤਾ ਆਪਣਾ ਕੱਪੜਾ ਲੱਤਾ ਕੋਈ ਹੋਰ ਘਰੇਲੂ ਖਰ ਲੈਣ ਵਿੱਚ ਸਹਾਇਕ ਹੋ ਜਾਂਦੀ ਹੈ ਉੱਥੇ ਥੋੜਾ ਫੈਮਿਲੀ ਦਾ ਜਿਹੜਾ ਫਾਈਨੈਂਸ਼ੀਅਲ ਪ੍ਰੈਸ਼ਰ ਹੁੰਦਾ ਉਹ ਘਟ ਜਾਂਦਾ ਆ ਹਮ ਮੇਰੇ ਕੋਲੇ ਬਹੁਤ ਸਾਰੇ ਇਦਾਂ ਦੇ ਕੇਸ ਵੀ ਆਏ ਆ ਚਲੋ ਹੈ ਤਾਂ ਇੱਕ 네ਗੇਟਿਵ ਪੁਆਇੰਟ ਆ ਕੁੜੀ ਬਹੁਤ ਅੱਛੀ ਨੌਕਰੀ ਤੇ ਹੁੰਦੀ ਹੈ ਸਰਕਾਰੀ ਨੌਕਰ ਹੁੰਦੀ ਹੈ ਜਾਂ ਪ੍ਰਾਈਵੇਟ ਤੇ ਵੀ 35 40 50 ਹਜ਼ਾਰ ਕਮਾਉਂਦੀ ਹੁੰਦੀ ਹੈ ਤਾਂ ਇੱਕ ਇਹ ਪ੍ਰੋਬਲਮ ਹੋ ਜਾਂਦੀ ਹੈ ਵੀ ਉਹਨਾਂ ਦੇ ਸਹਰੇ ਪਰਿਵਾਰ ਨੂੰ ਇਹ ਹੁੰਦਾ ਵੀ ਕੁੜੀ ਤਨਖਾਹ ਮੈਨੂੰ ਦੇਵੇ ਉੱਥੇ ਵੀ ਕਲੈਸ਼ ਹੁੰਦਾ ਇਹ ਵੀ ਫਾਈਨੈਂਸ਼ੀਅਲ ਇਸ਼ੂ ਚ ਸਾਡੇ ਕੋਲੇ ਕੇਸਸ ਬਹੁਤ ਆਉਂਦੇ ਆ ਇਹ ਦੇਣੀ ਚਾਹੀਦੀ ਇਹਨਾਂ ਨੂੰ ਇਹ ਤਾਂ ਦੇਖੋ ਇਹ ਤਾਂ ਆਈ ਹੈ ਆ ਲੈ ਲੋ ਸਾਹ ਨੂੰ ਤੁਸੀਂ ਕਿਸ ਨੂੰ ਨਹੀਂ ਮੈਂ ਨਹੀਂ ਕਹਿੰਦੀ ਦੇਵੇ ਨਾ ਦੇਵੇ ਇਹ ਇੱਕ ਮਿਊਚੁਅਲ ਹਸਬੈਂਡ ਵਾਈਫ ਦਾ ਇੱਕ ਮਿਊਚੁਅਲ ਡਿਸੀਜਨ ਹੈ ਜੇ ਹਸਬੈਂਡ ਵਾਈਫ ਦੇ ਨਾਲ ਆਪਸੀ ਕਲੈਸ਼ ਨਾ ਹੋਵੇ ਕੁੜੀ ਦਾ ਇਨ-ਲਾਜ਼ ਨਾਲ ਕੋਈ ਕਲੈਸ਼ ਨਾ ਹੋਵੇ ਜੇ ਉਹ ਤਨਖਾਹ ਦੇ ਵੀ ਦਿੰਦੀ ਹੈ ਉਹ ਇਹ ਸੋਚ ਕੇ ਦਿੰਦੀ ਆ ਵੀ ਮੇਰਾ ਆਪਣਾ ਪਰਿਵਾਰ ਹੈ ਇਹ ਮੇਰੇ ਬੱਚਿਆਂ ਤੇ ਲੱਗੂਗਾ ਮੇਰੇ ਤੇ ਲੱਗੂਗਾ ਮੇਰੇ ਹਸਬੈਂਡ ਤੇ ਲੱਗੂਗਾ ਪਰ ਕਈ ਵਾਰੀ ਨਾ ਕੁੜੀਆਂ ਜਾਦਾ ਸੈਲਫ ਡਿਪੈਂਡਡ ਫੀਲ ਕਰਨ ਲੱਗ ਜਾਂਦੀਆਂ ਨੇ ਉਹ ਕਹਿੰਦੀ ਆ ਵੀ ਮੈਂ ਕਮਾਇਆ ਮੈਂ ਸੇਵਿੰਗ ਰੱਖਾਂ ਕਰਕੇ ਵੀ ਜੇ ਮੈਂ ਸਾਰਾ ਕੁਝ ਏਦਾਂ ਕਰਨ ਲੱਗ ਗਈ ਉਹਦੇ ਮਨ 'ਚ ਪਹਿਮ ਪੈ ਜਾਂਦਾ ਵੀ ਜੇ ਮੈਂ ਸਾਰੀ ਤਨਖਾਹ ਦੇਣ ਲੱਗ ਗਈ ਇਨ ਫਿਊਚਰ ਸਸੋਰਾ ਰਹਿਣ ਨਾ ਰਹਿਣ ਵੀ ਮੈਂ ਮੇਰਾ ਹਸਬੰਡ ਮੇਰੇ ਨਾਲ ਕਿੱਦਾਂ ਰਹੇ ਨਾ ਰਹੇ ਵੀ ਐਟ ਲੀਸਟ ਮੈਂ ਆਪਣੀ ਤਾਂ ਕੁਝ ਸੇਵ ਕਰਾਂ ਆਪਣੇ ਬੱਚਿਆਂ ਲਈ ਕੁਝ ਸੇਵ ਕਰਾਂ ਸੋ ਇਹ ਨਾ ਦਾ ਮਿਊਚੁਅਲ ਡਿਸੀਜਨ ਹੁੰਦਾ ਆ ਕਈ ਕੁੜੀਆਂ ਦਿੰਦਿਆਂ ਵੀ ਨੇ ਕਈ ਤੇ ਨਹੀਂ ਦਿੰਦੀਆਂ ਜਿੱਥੇ ਨਹੀਂ ਦਿੰਦੇ ਉੱਤੇ ਫਿਰ ਦੋਵਾਂ ਵਿੱਚ ਡਿਸਟੈਂਸ ਆ ਜਾਂਦਾ ਉੱਤੇ ਕਲੈਸ਼ ਹੋਣ ਲੱਗ ਜਾਂਦੇ ਉੱਤੇ ਫਿਰ ਇਹ ਜ਼ਾਹਿਰ ਕਰਦਾ ਵੀ ਤੂੰ ਮੇਰੀ ਨਹੀਂ ਹੈਗੀ ਸਾਡੇ ਚ ਆਪਣਾਪਨ ਨਹੀਂ ਹੈਗਾ ਅਸੀਂ ਬਗਾਨੇ ਆ ਕੋ ਦੂਜੇ ਦੇ ਅਸੀਂ ਪੈਸੇ ਲਈ ਲੜਦੇ ਆ ਸੋ ਇਦਾਂ ਦੇ ਕਲੈਸ਼ਸ ਬਹੁਤ ਹੁੰਦੇ ਆ ਕੀ ਮੰਨਦੇ ਵੀ ਔਰਤਾਂ ਇਹ ਸਮੱਸਿਆਵਾਂ ਜ਼ਿਆਦਾ ਨੇ ਇਹਦੇ ਵਿੱਚ ਜਾਂ ਮਰਦਾਂ ਦੀਆਂ ਵੈਸੇ ਜਿੱਦਾਂ ਜੇ ਕੋਈ ਮਸਲਾ ਕੁਝ ਵੀ ਖੜਾ ਹੁੰਦਾ ਹੈ ਹਾਂ ਹਾਂ ਚੱਲਦੇ ਦੁਮੇ ਜੀਦੇ ਨਾ ਮਰਦ ਵੀ ਉਸੇ ਪ੍ਰੋਬਲਮ ਚੱਲਦਾ ਹੈ ਨਹੀਂ ਮੈਂ ਹਾਂ ਮੈਂ ਦੱਸ ਮੈਂ ਤੁਹਾਡਾ ਪੁਆਇੰਟ ਸਮਝ ਗਈ ਆ ਹਮ ਅ ਕਿਤੇ ਨਾ ਕਿਤੇ ਜਿਸ ਸੌਚੋ ਮੈਂ ਕਹਾ ਵੀ 70% ਔਰਤਾਂ ਇਹ ਸੈਂਦੀਆਂ ਨੇ 30% ਮਰਦ ਨੇ ਜਿਹੜੇ ਉਸ ਵਿੱਚ ਇਨਵੋਲਵ ਹੁੰਦੇ ਆ ਤੁਸੀਂ ਯਕੀਨ ਨਹੀਂ ਕਰੋਗੇ ਮੈਂ ਮੇਰੇ ਕੋਲੇ ਬਹੁਤ ਸਾਰੇ ਇਦਾਂ ਦੇ ਮਰਦ ਆਏ ਆ ਜਿਹੜੇ ਬਿਨਾਂ ਵਜ੍ਹਾ ਪਿਸ ਜਾਂਦੇ ਆ ਰਾਈਟ ਉਹਦਾ ਕੋਈ ਆਪਣਾ ਪ੍ਰੋਬਲਮ ਨਹੀਂ ਹੁੰਦੀ ਉਹਦਾ ਕਲਾਸ਼ ਸਸਨਰ ਹੁੰਦਾ ਸਹਰੇ ਨਾਲ ਹੁੰਦਾ ਕਿਸ ਨਾਲ ਹੁੰਦਾ ਉਹ ਆਪਣੀ ਵਾਈਫ ਦੀ ਸਪੋਰਟ ਕਰਦਾ ਠੀਕ ਹੈ ਉਹ ਉਸ ਚੀਜ਼ ਤੋਂ ਵੀ ਪਰੇਸ਼ਾਨ ਹੁੰਦਾ ਕਿਉਂਕਿ ਉਹਦੀ ਮਦਰ ਉਹਨਾਂ ਨਾਲ ਬਾਈਕਾਟ ਕਰ ਦਿੰਦੀ ਐ ਵੀ ਤੂੰ ਤੇਰੀ ਜਨਾਨੀ ਆ ਗਈ ਹੋਈ ਐ ਤੇ ਤੂੰ ਤਾਂ ਹੁਣ ਉਹਦਾ ਹੋ ਗਿਆ ਤੂੰ ਮਾਂ ਨੂੰ ਕੀ ਜਾਣਦਾ ਸੋ ਉੱਥੇ ਵੀ ਉਹ ਪਰੇਸ਼ਾਨ ਹੋ ਜਾਂਦਾ ਕਈ ਵਾਰੀ ਵਾਈਫ ਨੂੰ ਪ੍ਰੋਬਲਮ ਹੁੰਦੀ ਐ ਤੁਸੀਂ ਆਪਣੀ ਮਦਰ ਦੀ ਜ਼ਿਆਦਾ ਸੁਣਦੇ ਹੋ ਤੁਸੀਂ ਮੇਰੀ ਨਹੀਂ ਜ਼ਿਆਦਾ ਸੁਣਦੇ ਆ ਉੱਥੇ ਉਹਦੀ ਪ੍ਰੋਬਲਮ ਹੁੰਦੀ ਐ ਸੋ ਮੈਨੂੰ ਬਹੁਤ ਸਾਰੇ ਮਰਦਾਂ ਨੇ ਕੁਐਸਚਨ ਕੀਤਾ ਮੈਡਮ ਕੁੜੀਆਂ ਵਾਸਤੇ ਸੱਕੀ ਵਨ ਸਟਾਪ ਸੈਂਟਰ ਹੈਗਾ ਕੁੜੀਆਂ ਵਾਸਤੇ ਵਿਮਨ ਸਲ ਹੈਗਾ ਕੁੜੀਆਂ ਵਾਸਤੇ ਕੋਰਟ ਕਚੈਰੀਆਂ ਤੇ ਫ੍ਰੀ ਵਕੀਲ ਮਿਲਦੇ ਆ ਸਰਕਾਰੀ ਵਕੀਲ ਮਿਲਦੇ ਆ ਬੰਦੇ ਕਿੱਥੇ ਜਾਣ ਕਹਿੰਦਾ ਕੋਈ ਬੰਦਿਆਂ ਦਾ ਸੈੱਲ ਬਣਾਓ ਜਿੱਥੇ ਅਸੀਂ ਵੀ ਦਰਖਾਸਤ ਕਰੀਏ ਸੋ ਜੈਂਸ ਵੀ ਕਿਤੇ ਨਾ ਕਿਤੇ ਪਿਸਦੇ ਆ ਪਰ ਕਈ ਆ ਵੀ ਔਰਤ ਜਿਹੜੀ ਹੁੰਦੀ ਹੈ ਨਾ ਘਰੇਲੂ ਹੁੰਦੀ ਹੈ ਉਹਨੇ ਉਹਦੇ ਨਾਲ ਕਲੈਸ਼ ਹੋ ਗਿਆ ਉਹਦੇ ਹਸਬੰਦ ਦੀ ਲੜਾਈ ਹੋਗੀ ਉਹਨੇ ਕੰਮ ਤੇ ਚੱਲ ਜਾਣਾ ਉਹਦਾ ਧਿਆਨ ਉਧਰ ਹੋ ਜਾਂਦਾ ਜਨਾਨੀ ਹੁੰਦੀ ਹੈ ਉਹਨੇ ਘਰੇ ਰਹਿਣਾ ਉਹ ਸਾਰਾ ਦਿਨ ਉਹੀ ਚੀਜ਼ ਨੂੰ ਲੈ ਕੇ ਕੁੜਕੁੜ 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 ਕਰਦੀ ਰਹਿੰਦੀ ਹੈ ਠੀਕ ਹੈ ਫਿਰ ਸ਼ਾਮ ਨੂੰ ਫੇਰ ਉਸੇ ਚੀਜ਼ ਤੇ ਬਹਿਸ ਵਸਾਈ ਹੁੰਦੀ ਹੈ ਫੇਰ ਲੜਾਈ ਵਾਧੀ ਹੈ ਤੁਸੀਂ ਸੁਣਿਆ ਹੋਣਾ ਵੀ ਮਰਦ ਕਹਿੰਦੇ ਆ ਵੀ ਮੈਂ दारू ਪੀਣਾ ਹਨਾ ਸ਼ਰਾਬ ਪੀਣਾ ਵੀ ਮੈਂ ਆਪਣੀ ਸਟ੍ਰੈਸ ਨੂੰ ਘੱਟ ਕਰਨ ਲਈ ਪੀਣਾ ਜਾਂ ਮੈਂ ਸੌਣ ਵਾਸਤੇ ਪੀਣਾ ਤਾਂ ਇਸ ਚੀਜ਼ ਤੇ ਵੀ ਲੜਾਈ ਹੁੰਦੀ ਹੈ ਉਹ ਕਹਿੰਦੀ ਤੂੰ ਸ਼ਰਾਬ ਪੀਣਾ ਮੈਂ ਕੀ ਪੀਵਾਂ ਮੇਰਾ ਸਟ੍ਰੈਸ ਲੈਵਲ ਵਧਿਆ ਤੂੰ ਮੇਨਾਂ ਸਵੇਰ ਦਾ ਲੜਕੇ ਗਿਆ ਉਹ ਕਹਿੰਦੇ ਉਹ ਘੂਮਣੇ ਪਿੰਦੀ ਹੈ ਤੂੰ ਮੇਨਾਂ ਸਵੇਰ ਦਾ ਲੜਕੇ ਗਿਆ ਹੋਇਆ ਹਨਾ ਕਰਦਾ ਮੈਂ ਸਾਰਾ ਕੰਮ ਕੀਤਾ ਬੱਚਿਆਂ ਨੂੰ ਮੈਂ ਸੰਭਾਲ ਲਿਆ ਤੂੰ ਸ਼ਾਮ ਨੂੰ ਆ ਕੇ ਫਿਰ ਫਿੜ-ਫਿੜ ਕਰਦਾ ਮੇਰੇ ਨਾਲ ਵੀ ਮੈਂ ਹੁਣ ਦੱਸ ਕੀ ਪੀਵਾਂ ਹਨਾ ਵੀ ਮੈਂ ਆਪਣੀ ਸਟ੍ਰੈਸ ਕਿੱਥੇ ਘੱਟ ਕਰਾਂ ਸੋ ਜਿੰਨਾ ਕ ਐਕਸਪੀਰੀਅੰਸ ਮੇਰਾ ਹੈ ਨਾ ਦੀ ਮੈਨੂੰ ਲੱਗਦਾ ਵੀ ਔਰਤਾਂ ਸਫਰ ਹੁੰਦੀਆਂ ਨੇ ਸਫਰ ਨਹੀਂ ਬਹੁਤ ਸਫਰ ਹੁੰਦੀਆਂ ਨੇ ਕਿਉਂਕਿ ਇੱਕ ਤਾਂ ਆਲਰੇਡੀ ਉਹ ਆਪਣਾ ਮਾਇਕਾ ਪਰਿਵਾਰ ਛੱਡ ਕੇ ਆਉਂਦੀਆਂ ਨੇ ਸਹੁਰਿਆਂ ਵਿੱਚ ਉਹਨਾਂ ਨੂੰ ਅਡਜਸਟਮੈਂਟ ਕਰਨ ਲਈ ਬਹੁਤ ਸਮਾਂ ਲੱਗ ਜਾਂਦਾ ਇਹ ਸੱਚ ਆ ਲੱਗ ਵੀ ਜਾਂਦਾ ਆ ਜੇ ਉਹ ਅਡਜਸਟਮੈਂਟ ਕਰਦੀਆਂ ਨੇ ਤਾਂ ਕਿਤਨਾ ਕਿਤੇ ਉਹਨਾਂ ਦੇ ਆਪਸੀ ਸਹੁਰਿਆਂ ਨਾਲ ਜਾਂ ਆਪਣੇ ਹਸਬੰਡ ਨਾਲ ਕਲੈਸ਼ ਆ ਜਾਂਦੇ ਆ ਫਿਰ ਉਹਨਾਂ ਨੂੰ ਉਹ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਫਿਰ ਬੱਚੇ ਹੁੰਦੇ ਆ ਫਿਰ ਬੱਚਿਆਂ ਨੂੰ ਸੰਭਾਲਣਾ ਦੇਰ ਆਰ ਸੋ ਮਨੀ ਥਿੰਗਸ ਕਿ ਇਕ ਲੇਡੀ ਹੈ ਨਾ ਉਹ ਹਰ ਇੱਕ ਚੀਜ਼ ਨੂੰ ਸਫਰ ਕਰਕੇ ਚੱਲਦੀ ਹੈ ਸੋ ਬਹੁਤੇ ਜੈਂਟਸ ਵੀ ਸਫਰ ਕਰਦੇ ਆ ਮੈਂ ਨਹੀਂ ਕਹਿੰਦੀ ਵੀ ਕੁੜੀਆਂ ਹਮੇਸ਼ਾ ਸਹੀ ਨੇ ਜਾਂ ਗਲਤ ਨੇ ਬੰਦੇ ਵੀ ਕਿਤੇ ਨਾ ਕਿਤੇ ਸਹੀ ਹੁੰਦੇ ਨੇ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੇਡੀਜ਼ ਨੂੰ ਸਮਝਣ ਵਿੱਚ ਜਾਂ ਉਹਨਾਂ ਦੀ ਐਡਜਸਟਮੈਂਟ ਕਰਨ ਵਿੱਚ ਹੈਲਪ ਆਊਟ ਕਰਨੀ ਚਾਹੀਦੀ ਹੈ ਮੈਂ ਮੈਂ ਤਾਂ ਇਹ ਚੀਜ਼ ਸਮਝਾਉਣੀ ਹੈ ਕੈਲਕੂਲੇਸ਼ਨ ਆਉਂਦਾ ਹੈ ਤਾਂ ਸਭ ਤੋਂ ਪਹਿਲਾ ਸਟੈਪ ਕੁੜੀਆਂ ਵੱਲ ਕੀਤਾ ਜਾਂਦਾ ਹੈ ਵੀ ਮੁੰਡੇ ਤੇ ਦਾ ਦਬਰ ਤਕਰਾਂਦਾ ਲੱਗਦਾ ਵੀ ਇੱਕ ਤਾਂ ਪਹਿਲਾਂ ਇਸ ਨੂੰ ਸੋਚਦੇ ਹਾਂ ਵੀ ਦਾਜ ਦਿੱਤਾ ਜਾਂਦਾ ਹੈ ਕਿ ਲਿਆ ਜਾਂਦਾ ਹੈ ਤੇ ਦੂਸਰਾ ਤੁਹਾਨੂੰ ਲੱਗਦਾ ਹੈ ਕਿ ਦਾਜ ਕਰਕੇ ਕਲੇਸ਼ ਹੁੰਦੇ ਨੇ ਦੇਖੋ ਇਹ ਵੀ ਬਹੁਤ ਪੁਰਾਣੀ ਰੀਤ ਚੱਲੀ ਹੋਈ ਹੈ ਦਾਜ ਦੇ ਇਸ ਦੀ ਅੱਜ ਕੱਲ ਕੁੜੀਆਂ ਮੁੰਡੇ ਪੜ੍ਹੇ ਲਿਖੇ ਆ ਉਹਨਾਂ ਦੀ ਵਿਆਹ ਤੋਂ ਪਹਿਲਾਂ ਹੀ ਮਿਊਚੁਅਲ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ ਵਿਆਹ ਤੋਂ ਫੋਰ ਐਗਜ਼ਾਮਪਲ ਵਿਆਹ ਹੋ ਗਿਆ ਵਿਆਹ ਹਜੇ ਇੱਕ ਵਿਆਹ ਹੋਣਾ ਹਜੇ ਸੌਰੀ ਆਪਣੀ ਮੰਗਣੀ ਹੋ ਗਈ ਹੈ ਪੰਜਾਤ ਮਹੀਨੇ ਗਏ ਪੈਣ ਦੇ ਵਿੱਚ ਹਨਾ ਉਸ ਤਰ੍ਹਾਂ ਬੰਦੇ ਦੀ ਆਪਸ ਵਿੱਚ ਫੋਨ ਤੇ ਗੱਲਬਾਤ ਹੁੰਦੀ ਹੈ ਇੱਕ ਦੂਜੇ ਨੂੰ ਸਮਝਦੇ ਆ ਉਹ ਉਹੀ ਚੀਜ਼ਾਂ ਡਿਸਾਈਡ ਕਰ ਲੈਂਦੇ ਆ ਵੀ ਆਪਾਂ ਆਪਣੇ ਘਰ ਵਿੱਚ ਕੀ ਰੱਖਣਾ ਕੀ ਨਹੀਂ ਰੱਖਣਾ ਚਾਹੇ ਉਹ ਦਾਜ ਦਾ ਰੂਪ ਹੀ ਹੋਵੇ ਕਿਉਂਕਿ ਸਾਡੇ ਰੀਤ ਬਣੀ ਹੋਈ ਆ ਅਸੀਂ ਕੁੜੀ ਨੂੰ ਖਾਲੀ ਨਹੀਂ ਭੇਜਦੇ ਵਿਆਹ ਕੇ ਅਸੀਂ ਕੁਝ ਨਾ ਕੁਝ ਦੇਣਾ ਹੀ ਹੁੰਦਾ ਤਾਂ ਉਹਨਾਂ ਦੇ ਪਹਿਲਾਂ ਹੀ ੱਟੀ ਸੱਟੀ ਲੱਗ ਜਾਂਦੇ ਵੀ ਬੈੱਡ ਆਉਣਾ ਤੇ ਆਹ ਵਾਲਾ ਬੈੱਡ ਆਉਣਾ ਚਾਹੀਦਾ ਰਾਈਟ ਉਹ ਚਾਹੇ ਉਹ ਗੱਲਾਂ ਉਹਨਾਂ ਦੀ ਆਪਸੀ ਮੋਹ ਮੁਹੱਬਤ ਦੀਆਂ ਹੋਣ ਪਿਆਰ ਦੀਆਂ ਹੋਣ ਪਰ ਇੰਟੈਲੈਕਚੁਅ ਮੰਗੀ ਹੋ ਜਾਂਦੀ ਹੈ ਰਾਈਟ ਫਿਰ ਕਈ ਵਾਰੀ ਜ ਮੀਆਂ ਬੀਬੀ ਦੀ ਆਪਸੀ ਰਜ਼ਾਮੰਦੀ ਹੋਵੇ ਵੀ ਕੁਝ ਨਹੀਂ ਲਿਆਉਣਾ ਹੈਗਾ ਆਪਾਂ ਇੱਦੀ ਵਿਆਹ ਕਰਾਂਗੇ ਤਾਂ ਪਰਿਵਾਰ ਵਿੱਚ ਕੋਈ ਨਾ ਕੋਈ ਇੱਕ ਅੱਧਾ ਮੈਂਬਰ ਇਦਾਂ ਦਾ ਹੁੰਦਾ ਆ ਜਿਹਨੂੰ ਖੜਕਦੀ ਹੈ ਗੱਲ ਵੀ ਕੁੜੀ ਕੁਝ ਨਹੀਂ ਲੈ ਕੇ ਆਈ ਤਾਂ ਵੀ ਕਿਤੇ ਨਾ ਕਿਤੇ ਉਹ ਇੰਡਾਇਰੈਕਟਲੀ ਸਨੋਂਦੇ ਰਹਿੰਦੇ ਆ ਵੀ ਤੂੰ ਕੀ ਲੈ ਕੇ ਆਈ ਆਪਣੇ ਮਾਪਿਆਂ ਤੋਂ ਹਨਾ ਤੂੰ ਕਾਹਦਾ ਰੋਪ ਝਾੜਦੀ ਆ ਸਾਡੇ ਤੇ ਤੂੰ ਕੀ ਲੈ ਕੇ ਆਈ ਆ ਤਾਂ ਇਹ ਗੱਲਾਂ ਹੁੰਦੀਆਂ ਨੇ ਪਰ ਅੱਜ ਕੱਲ ਦੇ ਸਮੇਂ 'ਚ ਇਹ ਗੱਲਾਂ ਘਟੀਆਂ ਹੋਈਆਂ ਨੇ ਇਹ ਪਹਿਲਾਂ ਦੇ ਸਮੇਂ ਤੇ ਬਹੁਤ ਹੁੰਦੀਆਂ ਸੀ ਅੱਜ ਕੱਲ ਵੀ ਸਾਡੇ ਕੋਲੇ ਬਹੁਤ ਘੱਟ ਕੇਸ ਆਉਂਦੇ ਆ ਡੌਰੀ ਵਾਲੇ ਕਿਉਂਕਿ ਅੱਜ ਕੱਲ ਕਾਨੂੰਨ ਵੀ ਸਖਤ ਹੋ ਗਿਆ ਹੋਇਆ ਪਹਿਲਾਂ ਤਾਂ ਜਿਹੜਾ ਜੀ ਕਰਦਾ ਸੀ ਪਰਚਾ ਪਾ ਲਾਂਦਾ ਸੀ ਹੁਣ ਤਾਂ ਕੋਰਟ ਨੇ ਇੱਕ ਕ੍ਰਾਈਟੇਰੀਆ ਰੱਖਿਆ ਹੋਇਆ ਵੀ ਤੁਹਾਡੇ ਵਿਆਹ ਨੂੰ ਜੇ ਐਨੇ ਸਾਲ ਹੋ ਗਏ ਹਨ ਤੁਸੀਂ ਕੋਰਟ ਵਿੱਚ ਉਹਦਾ ਪਰਚਾ ਨਹੀਂ ਪਾ ਸਕਦੇ ਡੌਰੀ ਦਾ ਪਰਚਾ ਨਹੀਂ ਪਾ ਸਕਦੇ ਉਹ ਇੱਕ ਹਾਂ ਕ੍ਰਾਈਟੇਰੀਆ ਆ 5 ਸਾਲ ਆਈ ਥਿੰਕ 5 ਸਾਲ ਤੱਕ ਦਾ ਹੁੰਦਾ ਸ਼ਾਇਦ ਮੈਂ ਕਨਫਰਮ ਕਰੂੰਗੀ ਇਸ ਚੀਜ਼ ਬਾਰੇ ਉਹ ਹੁੰਦਾ ਵੀ ਤੁਸੀਂ ਜੇ ਤੁਹਾਡੇ ਵਿਆਹ ਨੂੰ ਐਨੇ ਸਾਲ ਹੋ ਗਏ ਤੁਸੀਂ ਹੁਣ ਇਹ ਨਹੀਂ ਕਹਿ ਸਕਦੇ ਮੇਰੇ ਘਰ ਦੇ ਮੈਨੂੰ ਦਾਜ ਦੇ ਵਾਸਤੇ ਤੰਗ ਕਰਕੇ ਮੈਨੂੰ ਪਰੇਸ਼ਾਨ ਕਰਦੇ ਆ। ਹੂੰ ਤਾਂ ਅੱਜ ਕੱਲ ਦੇ ਦੌਰ ਚ ਇਹ ਬਹੁਤ ਘੱਟ ਆ ਚੀਜ਼ਾਂ ਹੈਗੀਆਂ ਨੇ ਕਿਤਨਾ ਕਿਤੇ ਪਰ ਉਹ ਜ਼ਿਆਦਾਤਰ ਮਿਊਚੁਅਲ ਜੀਆਂ ਹੋ ਜਾਂਦੀਆਂ ਨੇ ਕਿਉਂਕਿ ਅੱਜ ਕੱਲ ਲੋਕ ਸਿਆਣੇ ਬਹੁਤ ਹੋ ਗਏ ਆ ਤਾਂ ਬਚੋਲੇ ਨੂੰ ਕਾਢ ਹੀ ਰੱਖਿਆ ਹੋਇਆ ਹੈ ਵਿੱਚੋਂ ਆਪਸ ਵਿੱਚ ਹੀ ਗੱਲਾਂ ਬਾਤਾਂ ਕਰਕੇ ਸਾਰਾ ਕੁਝ ਵਿਆਹ ਤੱਕ ਆਪਸ ਵਿੱਚ ਹੀ ਕਰਕੇ ਲੈ ਕੇ ਜਾਂਦੇ ਆ। ਪੈਸੇ ਵੀ ਲੋਕਾਂ ਪੱਛਮੀ ਦੇ ਤਾਣੇ ਬਾਣੇ ਨੇ। ਸਾਨੂੰ ਬਹੁਤ ਕੁਝ ਚੰਗਾ ਵੀ ਦਿੱਤਾ ਹੈ। ਹੂੰ ਚੰਗੀ ਤਾਂ ਕਹਿੰਦੇ ਹਰ ਚੀਜ਼ ਹੁੰਦੀ ਹੈ ਪਰ ਸਾਡਾ ਜਿਹੜਾ ਸਮਾਜਿਕ ਨਜ਼ਰੀਆ ਹੈ ਉਹਨੂੰ ਦੇਖਦਾ ਕਿਵੇਂ ਇਹ ਡਿਪੈਂਡ ਕਰਦਾ ਹੈ ਲੀਵਿੰਗ ਰਿਲੇਸ਼ਨ ਵੱਡੇ ਪੱਧਰ ਤੇ ਅੱਜ ਕੱਲ ਚੱਲੇ ਹੋਏ ਨੇਗੇ ਤੇ ਉਹਦੇ ਕਰਕੇ ਬਹੁਤ ਵੱਡੇ ਪੱਧਰ ਤੇ ਕੁਆਰੇ ਮੁੰਡੇ ਕੁੜੀਆਂ ਦੇ ਰਿਲੇਸ਼ਨ ਵੀ ਇਹ ਸੱਤ ਤੱਕ ਗਏ ਕਿ ਆਪਦਾ ਪਰਿਵਾਰਕ ਤਾਣਾ ਬਾਣਾ ਕਿਉਂਕਿ ਉਦੋਂ ਪਹਿਲਾਂ ਮੁੰਡਾ ਹੀ ਮਾਂ ਪਿਓ ਨਾਲ ਟੱਚ ਹੁੰਦਾ ਹੈ ਕੁੜੀ ਵੀ ਟੱਚ ਹੋ ਜਾਂਦੀ ਹੈ ਉਹਦੇ ਨਾਲ ਸਮਾਜਿਕ ਤਾਣਾ ਬਾਣਾ ਪਰਿਵਾਰ ਦਾ ਵਿਗੜਿਆ ਹੋਇਆ ਦੂਜੇ ਪਾਸੇ ਜਦੋਂ ਮੈਰਜ ਦੀ ਗੱਲ ਆਉਂਦੀ ਹੈ ਜਦੋਂ ਵਿਆਏ ਹੋਏ ਮੁੰਡੇ ਕੁੜੀਆਂ ਉਹ ਸੱਤ ਤੱਕ ਜਾਂਦੇ ਨੇ ਵੀ ਕੁੜੀ ਆਪਦਾ ਉਸ ਤੋਂ ਰਿਲੇਸ਼ਨ ਬਣਾ ਲੈਂਦੀ ਆ ਮੁੰਡਾ ਬਣਾ ਲੈਂਦਾ ਇਸ ਵਰਤਾਰੇ ਨੂੰ ਵਧ ਰਿਹਾ ਹੈ ਇਹ ਲਗਾਤਾਰ ਵਧ ਰਿਹਾ ਹੈ ਵੀ ਜਿ ਤਲਾਕਾਂ ਦੀ ਗਿਣਤੀ ਵਧ ਰਹੀ ਹੈ ਨਾ ਤਾਂ ਇਹ ਕਾ ਇਹ ਇਹ ਚੀਜ਼ ਵਧ ਰਹੀ ਹੈ ਬਿਲਕੁਲ ਵਧ ਰਹੀ ਹੈ ਇਹਦੇ ਬਾਰੇ ਕਿਵੇਂ ਸੋਚਦੇ ਹੋ ਦੇਖੋ ਅੱਜ ਕੱਲ ਜਿਹੜੀ ਕੋਰਟ ਨੇ ਉਮਰ ਕੀਤੀ ਹੋਈ ਆ ਨਾ ਵੀ ਤੂੰ ਜੇ 18 ਸਾਲ ਦੀ ਕੁੜੀਆਂ ਤਾਂ ਮੁੰਡਾ ਤੂੰ ਮਚਿਓਰ ਆ ਤਾਂ ਤੂੰ ਆਪਣੀ ਮਰਜ਼ੀ ਨਾਲ ਕਿਸੇ ਨਾਲ ਘੁੰਮ ਫੇਰ ਸਕਦਾ ਕਿਸੇ ਨਾਲ ਗੱਲਬਾਤ ਕਰ ਸਕਦਾ ਸੋ ਅੱਜ ਕੱਲ ਲੋਕ ਐਡਵਾਂਸ ਸੋਚਦੇ ਹੋ ਗਏ ਹੋਏ ਆ ਮੈਂ ਹਰ ਗੱਲ 'ਚ ਇਹੀ ਕਹਨੀ ਆ ਵੀ ਅੱਜ ਕੱਲ ਲੋਕਾਂ ਦੀ ਸੋਚ ਬਦਲ ਗਈ ਐ ਹੂੰ ਜਿੱਦਾਂ ਜਿੱਦਾਂ ਸਾਡਾ ਇਹ ਸਿਸਟਮ ਵੱਧ ਰਿਹਾ ਨਾ ਅੱਗੇ ਹਰ ਚੀਜ਼ ਬਦਲ ਰਹੀ ਐ ਇਸ ਤਰੀਕੇ ਨਾਲ ਲੋਕਾਂ ਦੀ ਸੋਚ ਬਹੁਤ ਅਪ ਹੋ ਰਹੀ ਐ ਲੋਕ ਫੋਰਨ ਨੂੰ ਮਤਲਬ ਬਾਹਰਲੀਆ ਕੰਟਰੀਆਂ ਦੇ ਕਲਚਰ ਨੂੰ ਅਪਣਾਉਣਾ ਚਾਹੁੰਦੇ ਆ ਹੂੰ ਇਹ ਚੀਜ਼ਾਂ ਬਾਹਰੋਂ ਹੀ ਆਈਆਂ ਨੇ ਬੇਸਿਕਲੀ ਸਾਡੇ ਪੰਜਾਬ 'ਚ ਜਾਂ ਸਾਡੀ ਇੰਡੀਆ 'ਚ ਜਿਹੜੀਆਂ ਨਹੀਂ ਸੀਗੀਆਂ ਹੁਣ ਤਾਂ ਵੈਸੇ ਵੀ ਇਹ ਕੋਰਟ ਵੱਲੋਂ ਕਰ ਦਿੱਤਾ ਹੋਇਆ ਵੀ ਤੁਸੀਂ ਕਿਸੇ ਨਾਲ ਵੀ ਦੋਸਤੀ ਯਾਰੀ ਚ ਰਹਿ ਸਕਦੇ ਹੋ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈਗਾ ਅਸੀਂ ਕੋਈ ਕੰਪਲੇਨ ਨਹੀਂ ਦਰਜ ਕਰ ਸਕਦੇ ਇਹ ਕੇਸਾਂ ਦੀ ਮਾਤਰਾ ਦਿਨੋਂ ਦਿਨ ਵੱਧ ਰਹੀ ਹੈ ਚਾਹੇ ਉਹ ਵਿਵਤਾ ਜੋੜਿਆਂ ਚ ਹੋਵੇ ਚਾਹੇ ਉਹ ਕੁਵਾਰੇ ਬੱਚਿਆਂ ਚ ਹੋਵੇ ਠੀਕ ਹੈ ਕੁੜੀ 18 19 ਸਾਲ ਦੀ ਹੋ ਜਾਂਦੀ ਹੈ ਕਿਉਂਕਿ ਫੋਨ ਮਿਲੇ ਹੋਇਆ ਬੱਚਿਆਂ ਨੂੰ ਅੱਜਕੱਲ ਫੋਨ ਚਲੋ ਜ਼ਰੂਰੀ ਵੀ ਹੋ ਗਏ ਆ ਸਕੂਲਾਂ ਕਾਲਾਂ ਦੇ ਵਿੱਚ ਉਹਨਾਂ ਨੂੰ ਆਨਲਾਈਨ ਕੰਮ ਮਿਲਦਾ ਹਨਾ ਪਰ ਉਸ ਚੀਜ਼ ਦਾ ਮਿਸਯੂਜ਼ ਬਹੁਤ ਹੋ ਰਿਹਾ ਆ ਬੱਚੇ ਅੱਜਕੱਲ ਇੰਸਟਾਗ੍ਰam ਤੇ ਫੇਸਬੁੱਕ ਤੇ ਹਨਾ ਕਿਸੇ ਹੋਰ ਐਪਸ ਦੇ ਰਾਹੀਂ ਕਿਸੇ ਦੂਸਰੇ ਅਨਨੋਨ ਵਿਅਕਤੀ ਨਾਲ ਚੈਟ ਕਰਦੇ ਆ ਸ਼ੁਰੂ ਸ਼ੁਰੂ ਚ ਉਹ ਚੰਗੇ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਬਾਅਦ ਚ ਜਦੋਂ ਕੰਮ ਵਧ ਜਾਂਦਾ ਆ ਫਿਰ ਉਹ ਫੈਮਿਲੀ ਉਸ ਚੀਜ਼ ਨੂੰ ਐਕਸੈਪਟ ਨਹੀਂ ਉਹਨਾਂ ਮਾਮਾ ਨੂੰ ਮਿਲਦੇ ਹੋਣਗੇ ਤੁਸੀਂ 13 13 ਸਾਲ ਦੇ ਬੀਟੇ ਨਾਲ ਗੱਲਾਂ ਕਰਦੇ ਹੋ ਇਹੋ ਜਿਹੇ ਕੇਸ ਹੈਂਡਲ ਕਰਦੇ ਹੋ ਜਿਹੜੀਆਂ ਮਾਮਾ ਨੇ ਜਿਹੜੀ ਐਜੂਕੇਟਡ ਮਾਂ ਗਈ ਉਹ ਤਾਂ ਲਗਭਗ ਹੁਣ ਸਿਆਣੀ ਹੋ ਚੁੱਕੀ ਹੈ ਜੀ ਪਰ ਐਜੂਕੇਟਡ ਹੋਣਾ ਤੇ ਸੋਸ਼ਲ ਐਜੂਕੇਟਡ ਹੋਣਾ ਬਹੁਤ ਫਰਕ ਹੈ ਇਹਨਾਂ ਚੀਜ਼ਾਂ ਬਾਰੇ ਸਮਝ ਰੱਖਣੀ ਆਉਦੇ ਧੀ ਦਾ ਆਉਦੇ ਪੁੱਤ ਦਾ ਇਸ ਉਮਰ ਤੇ ਕਿ ਧਿਆਨ ਰੱਖਣਾ ਨਿੱਕੇ ਨਿੱਕੇ ਗੱਲਾਂ ਦਾ ਕਿਉਂ ਮੁੰਡੇ ਵਾਲ ਨੇ ਕੋਈ ਵੀ ਸਮਾਂ ਨਹੀਂ ਲੋਕਾਂ ਕੋਲ ਹੈਗਾ ਵੱਡੀ ਗੱਲ ਹੈ ਪੈਸਾ ਕਮਾਉਣ ਦੇ ਚੱਕਰ ਚ ਇੰਨਾ ਗੁੱਝ ਗਏ ਵੀ ਅਸੀਂ ਆਪਣਾ ਭੈਣਾ ਭਰਾਵਾਂ ਆਲੇ ਦੁਆਲੇ ਨਾਲ ਦੂਰ ਖੜੇ ਮੈਸ ਕਰਦੇ ਕੋਲੇ ਰਹਿ ਕੇ ਵੀ ਦੂਰ ਹੁੰਨੇ ਉਹਨਾਂ ਤੋਂ ਬਿਲਕੁਲ ਕੀ ਕਰਨਾ ਚਾਹੀਦਾ ਹੈ ਉਹ ਮਾਂ ਮਾਂ ਨੂੰ ਕਿਹੜੀਆਂ ਗੱਲਾਂ ਦਾ ਇਸ ਉਮਰ ਤੇ ਪੜਾਤੇ ਖਿਆਲ ਰੱਖਣ ਦੀ ਲੋੜ ਹੈ ਦੇਖੋ ਸਾਡੇ ਟਾਈਮ ਤੇ ਸਾਨੂੰ ਕੋਈ ਇਹੋ ਜੀ ਸਮੱਸਿਆ ਆਉਂਦੀ ਸੀ ਨਾ ਤਾਂ ਸਾਡੀ ਮਾਂ ਸਾਨੂੰ ਹਮੇਸ਼ਾ ਪੁੱਛਦੀ ਸੀ ਵੀ ਕੀ ਹੋਇਆ ਤੈਨੂੰ ਹਨਾ ਵੀ ਤੈਨੂੰ ਕੋਈ ਪ੍ਰੋਬਲਮ ਹੈ ਵੀ ਤੂੰ ਵੀ ਤੇਰਾ ਇੰਡਾਇਰੈਕਟਲੀ ਮੈਂ ਕਹ ਰਹੀ ਆ ਵੀ ਮਾਤਾ ਪੁੱਛਦੀ ਵੀ ਤੇਰਾ ਟਾਈਮ ਹੋ ਗਿਆ ਵੀ ਤੂੰ ਤੇਰਾ ਕੋਈ ਟਾਈਮ ਉੱਪਰ-ਨੀਚੇ ਤਾਂ ਨਹੀਂ ਹੋਇਆ ਬੱਚੇ ਤੈਨੂੰ ਪ੍ਰੋਬਲਮ ਹੈ ਆ ਗਈ ਹੋਈ ਹੈ ਜਾਂ ਕਿੱਦਾਂ ਆ ਤੂੰ ਠੀਕ ਹੈ ਦਰਦ ਤਾਂ ਨਹੀਂ ਸਾਡੇ ਟਾਈਮ ਤੇ ਮਾਤਾ ਪੁੱਛਣ ਸਾਡੀ ਮੇਰੀ ਮਾਂ ਵੀ ਇੰਨੀ ਕੋਈ ਪੜ੍ਹੀ ਲਿਖੀ ਨਹੀਂ ਉਹ ਵੀ ਅਨਪੜਾ ਹੈ ਬਟ ਸਟਿਲ ਮਾਂ-ਮਾ ਨੂੰ ਆਪਣੀ ਬੇਟੀ ਬਾਰੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਮੇਰੀ ਬੇਟੀ ਨੂੰ ਪ੍ਰੋਪਰ ਉਹਦੀ ਜਿਹੜੀ ਫਿਜ਼ੀਕ ਹੈ ਉਹ ਸਹੀ ਹੈ ਬੇਟੀ ਦਾ ਪੇਟ ਵੱਧ ਰਿਹਾ ਤੁਸੀਂ ਕਿਉਂ ਨਹੀਂ ਪੁੱਛਦੇ ਤੁਸੀਂ 5ਵੇਂ 6ਵੇਂ ਮਹੀਨੇ ਚ ਬੱਚੀ ਨੂੰ ਲੈ ਕੇ ਆ ਰਹੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਸਾਡੀ ਬੇਟੀ ਦਾ ਪੇਟ ਵਧਿਆ ਹੋਇਆ ਜੇ ਮੈਂ ਫੋਰ ਐਗਜ਼ਾਮਪਲ ਸਾਡੀ ਬੇਟੀ ਨੇ ਕਹਿਤਾ ਨਹੀਂ ਮੰਮੀ ਮੈਂ ਸ਼ਾਇਦ ਮੈਨੂੰ ਕੋਈ ਐਸਿਡਿਟੀ ਹੋਈ ਹੈ ਤਾਂ ਅਸੀਂ ਯਕੀਨ ਕਰ ਲਾਂਗੇ ਉਹਦਾ ਮਤਲਬ ਹਨਾ ਸਾਨੂੰ ਉਸ ਚੀਜ਼ ਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਸਾਨੂੰ ਲੱਗਦਾ ਵੀ ਸਾਡੀ ਬੱਚੀ ਨੂੰ ਕੋਈ ਗੜਬੜ ਦੇਖ ਕੇ ਲੱਗਦੀ ਹੈ ਸਾਡੀ ਬੱਚੀ ਦਾ ਚਿਹਰਾ ਮਯੂਸ ਆ ਅਸੀਂ ਕਿਉਂ ਨਹੀਂ ਪੁੱਛਦੇ ਉਹਨਾਂ ਨੂੰ ਠੀਕ ਹੈ ਚਲੋ ਅਸੀਂ ਪੈਸੇ ਕਮਾਉਣ ਚੀ ਬਿਜ਼ੀ ਆ ਅਸੀਂ ਦਿਹਾੜੀਆਂ ਵੀ ਕਰਦੇ ਸਾਡੀ ਮਜਬੂਰੀ ਹੈ ਸਾਨੂੰ ਕਰਨੀਆਂ ਪੈਣੀਆਂ ਨੇ ਪਰ ਜਿਹੜੇ ਅਸੀਂ ਘਰੇ ਬੱਚੇ ਕੈਦ ਕੀਤੇ ਹੋਏ ਆ ਜਾਂ ਤਾਂ ਉਹ ਨਾ ਕਰੋ ਜਾਂ ਫਿਰ ਉਹਨਾਂ ਦਾ ਧਿਆਨ ਰੱਖੋ ਪਰਿਵਾਰ 'ਚ ਅਸੀਂ ਉਹਨਾਂ ਦੇ ਕੀ ਹੁੰਦਾ ਵੀ 4-4 5-5 ਬੱਚੇ ਹੁੰਦੇ ਆ ਹਨਾ ਤਾਂ ਪਹਿਲੀ ਗੱਲ ਤਾਂ ਉਹ ਉਹ ਚੀਜ਼ ਗਲਤ ਆ ਤੁਸੀਂ ਦੋ ਬੱਚੇ ਕਰੋ ਤਿੰਨ ਬੱਚੇ ਕਰੋ ਚਲੋ ਉਹ ਉਹਨਾਂ ਦੀ ਫੈਮਲੀ ਪਲੈਨਿੰਗ ਹੈ ਫਿਰ ਉਹ ਉਹਨਾਂ ਤੇ ਧਿਆਨ ਨਹੀਂ ਰੱਖਦੇ ਬੱਚੇ ਹਮੇਸ਼ਾ ਉੱਥੇ ਗਲਤ ਹੁੰਦੇ ਆ ਜਿੱਥੇ ਪੇਰੈਂਟਸ ਧਿਆਨ ਨਹੀਂ ਰੱਖਦੇ ਉੱਤੋਂ ਬੱਚਿਆਂ ਨੂੰ ਫੋਨ ਫੜਾ ਦਿੰਦੇ ਆ ਆਪ ਜੋ ਮਰਜ਼ੀ ਕਰੀ ਜਾਣ ਬੱਚੇ ਫੋਨ ਤੇ ਜੋ ਮਰਜ਼ੀ ਕਰੀ ਜਾਣ ਕ੍ਰਾਸ ਚੈੱਕ ਨਹੀਂ ਕਰਦੇ ਦੂਸਰੀ ਸੰਗਤ ਕ੍ਰਾਸ ਚੈੱਕ ਨਹੀਂ ਕਰਦੇ ਪੇਰੈਂਟਸ ਬੱਚਿਆਂ ਨੂੰ ਸਕੂਲ ਤੋਰਤਾ ਪਤਾ ਸਾਡਾ ਛੁੱਟੀ ਦਾ ਟਾਈਮ 2 ਵਜੇ ਦਾ ਆ ਬੱਚਾ ਸਾਡਾ 3:30 ਵਜੇ ਘਰ ਆ ਰਿਹਾ ਤੁਸੀਂ ਕਿਉਂ ਨਹੀਂ ਪੁੱਛਦੇ ਤੁਸੀਂ ਉਹਦੇ ਸਕੂਲ 'ਚ ਪੁੱਛੋ ਤੁਸੀਂ ਉਹਦੀ ਪ੍ਰਿੰਸੀਪਲ ਤੁਸੀਂ ਉਹਦੇ ਸਕੂਲ ਦੇ ਟੀਚਰ ਨਾਲ ਗੱਲ ਕਰੋ ਜੇ ਤੁਸੀਂ ਬੱਚਾ ਤੁਹਾਡਾ ਇੱਕ ਵਾਰ ਡੇਟ ਆ ਗਿਆ ਚਲੋ ਆਪਾਂ ਇਗਨੋਰ ਕਰਤਾ ਬੱਚਾ ਹਰ ਮਹੀਨੇ ਚ ਦੋ ਦੋ ਤਿੰਨ ਤਿੰਨ ਦਿਨ ਲੇਟ ਆ ਰਿਹਾ ਤੁਸੀਂ ਉਹਦਾ ਪਿੱਛਾ ਕਰੋ ਜੇ ਤੁਹਾਨੂੰ ਬੱਚਾ ਨਹੀਂ ਦੱਸਦਾ ਉਹਦਾ ਪਿੱਛਾ ਕਰੋ ਏਟਲੀਸਟ ਤੁਸੀਂ ਬੱਚੇ ਨੂੰ ਉਹਦੀ ਕੰਪਨੀ ਬਾਰੇ ਕ੍ਰਾਸ ਚੈੱਕ ਕਰੋ ਤੁਸੀਂ ਉਹਦੇ ਨਾਲ ਥੋੜਾ-ਮੋਟਾ ਬੈਠੋ ਤੁਹਾਡਾ ਉਹਦੇ ਨਾਲ ਫ੍ਰੈਂਡਲੀ ਕੋਈ ਬਿਹੇਵੀਅਰ ਕਰੋ ਮੇਬੀ ਤੁਹਾਨੂੰ ਦੱਸ ਹੀ ਦੇਵੇ ਵੀ ਮੰਮਾ ਮੈਂ ਆਹ ਚੀਜ਼ ਚ ਪਪਾ ਮੈਂ ਆਹ ਚੀਜ਼ ਚ ਪਰੇਸ਼ਾਨ ਆ ਜਾਂ ਹਨਾ ਸੋ ਜਿੰਨੇ ਮੈਂ ਕੇਸ ਡੀਲ ਕੀਤੇ ਆ ਹੁਣ ਤੱਕ ਦੇ 18 ਸਾਲ ਤੋਂ ਘੱਟ ਬੱਚਿਆਂ ਦਾ ਜਿਨ੍ਹਾਂ ਨਾਲ ਰੇਪ ਹੋਇਆ ਹੈ ਉਨਾ ਕੇਸਾਂ ਵਿੱਚੋਂ 80% ਮੈਨੂੰ ਮਾਮਾ ਨੇ ਇਹੀ ਦੱਸਿਆ ਸਾਨੂੰ ਪਤਾ ਹੀ ਨਹੀਂ ਲੱਗਿਆ। ਸਾਨੂੰ ਪਤਾ ਹੀ ਨਹੀਂ ਲੱਗਿਆ। 6 ਮਹੀਨਾ 6 ਮਹੀਨਾ 5 ਪਾਪਾ 9 ਮਹੀਨਾ ਹੋ ਗਿਆ ਬੱਚੇ ਨੂੰ ਸਾਨੂੰ ਪਤਾ ਹੀ ਨਹੀਂ ਲੱਗਿਆ। ਕਿਉਂ ਨਹੀਂ ਪਤਾ ਲੱਗਿਆ ਮਤਲਬ ਇਹਦੇ ਵਿੱਚ ਮਾਂ ਦੀ ਗਲਤੀ ਹੈ। ਬੱਚੇ ਦੀ ਗਲਤੀ ਨਹੀਂ ਹੈਗੀ। ਪੇਰੈਂਟਸ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਆ। ਸੋ ਮੈਂ ਤਾਂ ਹਮੇਸ਼ਾ ਇਹੀ ਚੀਜ਼ ਸੋਚਿਆ ਵੀ ਜੇ ਅਸੀਂ ਇੱਕ ਬੱਚਾ ਵੀ ਕੀਤਾ ਨਾ ਤਾਂ ਸਾਨੂੰ ਦਿਨ ਚ ਦੇ ਇੱਕ ਘੰਟਾ ਉਹਦੇ ਵਾਸਤੇ ਰੱਖਣਾ ਚਾਹੀਦਾ। ਚਾਹੀਓ ਸ਼ਾਮ ਨੂੰ ਰੱਖ ਲੋ ਚਾਹੀਓ ਸਕੂਲ ਆਉਣ ਤੋਂ ਬਾਅਦ ਰੱਖ ਲੋ ਚਾਹੀਓ ਰਾਤ ਨੂੰ ਪੈਣ ਵੇਲੇ ਰੱਖ ਲੋ ਉਤੋਂ ਦਿਨ ਦੀ ਹਰ ਇੱਕ ਐਕਟੀਵਿਟੀ ਬਾਰੇ ਪੁੱਛੋ ਵੀ ਤੂੰ ਸਕੂਲ ਗਈ ਸੀ ਅੱਜ ਬੇਟੇ ਠੀਕ ਰਿਹਾ ਕਿੱਦਾਂ ਟੀਚਰ ਨੇ ਕੀ ਕਰਵਾਇਆ ਕਿੰਨੇ ਵਜੇ ਵੇਲੀ ਹੋਈ ਕਿਹਦੇ ਨਾਲ ਬੈਠੀ ਕਿਹਦੇ ਨਾਲ ਗਈ ਸਾਰਾ ਕੁਝ ਦੱਸੋ ਬੱਚਾ ਤੁਹਾਨੂੰ ਅੱਜ ਨਹੀਂ ਦੱਸੂਗਾ ਤੁਹਾਨੂੰ ਕੱਲ ਦੱਸ ਦੂ ਕੱਲ ਨਹੀਂ ਦੱਸੂਗਾ ਤੁਹਾਨੂੰ ਮਹੀਨੇ ਬਾਅਦ ਦੱਸੂਗਾ ਪਰ ਬੱਚਾ ਤੁਹਾਨੂੰ ਦੱਸੂਗਾ ਜ਼ਰੂਰ ਕਦੇ ਵੀ ਕੋਈ ਵੀ ਕੁੜੀ ਆਪਣੀ ਮਾਂ ਤੋਂ ਜਾਂ ਆਪਣੇ ਭੈਣ ਤੋਂ ਕਦੇ ਕੋਈ ਗੱਲ ਲੁਕਾਉਂਦੀ ਨਹੀਂ ਹੁੰਦੀ ਲੁਕਾਉਂਦੀ ਸਿਰਫ ਉਥੇ ਆ ਜਿਤੇ ਉਹ ਨੂੰ ਇਹ ਹੋਊਗਾ ਵੀ ਮੇਰੀ ਮਾਂ ਨੇ ਮੈਨੂੰ ਸਮਝਣਾ ਨਹੀਂ ਜਾਂ ਮੇਰੀ ਮਾਂ ਮੇਰੀ ਹਾਲਾਤਾਂ ਨੂੰ ਮਤਲਬ ਉਸ ਤਰੀਕੇ ਨਾਲ ਲੈ ਨਹੀਂ ਪਾਉਗੀ ਜਿਸ ਤਰੀਕੇ ਨਾਲ ਮੈਂ ਦੱਸਣਾ ਚਾਹੁੰਦੀ ਆ ਉਹਨਾਂ ਦੇ ਮਨ 'ਚ ਇੱਕ ਡਰ ਵੀ ਹੁੰਦਾ ਵੀ ਜੇ ਮੈਂ ਮਮਾ ਨੂੰ ਦੱਸਤਾ ਮੈਨੂੰ ਕੁੱਟ ਪੈਣੀ ਹੈ ਹਨਾ ਵੀ ਸ਼ਾਇਦ ਮੈਨੂੰ ਸਕੂਲੋਂ ਨਾ ਹਟਾ ਦੇਣ ਸ਼ਾਇਦ ਮੇਰੀ ਮੇਰੀ ਸਹੇਲੀ ਨਾਲ ਆਉਣਾ ਜਾਣਾ ਨਾ ਬੰਦ ਕਰ ਦੇਣ ਸੋ ਜਿੱਥੇ ਅਸੀਂ ਬੱਚਿਆਂ ਨੂੰ ਡਰਾ ਵੀ ਦਿੰਨੇ ਆ ਨਾ ਤੌ ਵੀ ਇੱਕ ਨੁਕਸਾਨ ਦਾ ਕਾਰਨ ਬਣ ਜਾਂਦਾ ਸੋ ਸਾਨੂੰ ਬੱਚਿਆਂ ਨਾਲ ਫਰੈਂਡਲੀ ਰਹਿਣਾ ਬਹੁਤ ਜ਼ਰੂਰੀ ਹੈ ਇਹ ਚੀਜ਼ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡਾ ਆਉਣ ਵਾਲਾ ਭਵਿੱਖ ਹੈ ਸਾਡੇ ਆਪਣੀ ਪੀਰੀ ਪਨੀਰੀ ਆ ਉਹ ਸਹੀ ਨਹੀਂ ਜਾਣੀ ਹੈਗੀ ਬਹੁਤਾ ਜ਼ਿੰਦਗੀ ਬਾਰੇ ਆਮ ਤੌਰ ਤੇ ਇੱਕ ਗੱਲ ਸਾਹਮਣੇ ਹੁੰਦੀ ਕੀ ਬਰੀ ਮਾਂ ਦੀ ਇੰਟਰਫਰੈਂਸ ਮੀ ਮਾਂ ਦੀ 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 ਪਿੱਖੀ ਮਾਂ ਹੁੰਦੀ ਉਹ ਨਾਲ ਗੱਲਬਾਤ ਜ਼ਿਆਦਾ ਕਰਦੀ ਹੈ ਗੱਲਬਾਤ ਹਰ ਤੀ ਕਰਦੀ ਹੈ ਹੂੰ ਪਰ ਕਿਵੇਂ ਸੋਚਦੇ ਹੋ ਨੇ ਵੀ ਜਦੋਂ ਤੁਹਾਡੇ ਉਸ ਰਿਸ਼ਤੇ ਦਾ ਗੱਲਾਂ ਕਰੇ ਕਰਦਾ ਹੈ ਹੂੰ ਹੂੰ ਜੇ ਤੁਹਾਡੀ ਉਹ ਗੱਲਬਾਤ ਦਾ ਤੁਹਾਡੇ ਪਰਿਵਾਰ ਤੇ ਨੈਗੇਟਿਵ ਪ੍ਰਭਾਵ ਸਿਰਜਿਆ ਜਾ ਰਿਹਾ ਹੈ ਇਟ ਮੀਨ ਤੁਹਾਨੂੰ ਸਮਝ ਲੈਣਾ ਚਾਹੀਦਾ ਵੀ ਕਿ ਪਰਿਵਾਰ ਸਾਡਾ ਟੁੱਟੂਗਾ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕੋਈ ਮਾਂ ਪਿਓ ਭਰਾ ਸਹੁਰੇ ਘਰ ਗਈ ਕੁੜੀ ਦੀ ਸਪੋਰਟ ਇਸ ਤੀਕਾ ਨਾ ਕਰਦਾ ਹੋਵੇ ਚੱਕਦੇ ਫੱਟੇ ਤੇ ਨਾਲ ਆ ਸੀ ਇਹ ਵੀ ਟੁੱਟਣ ਦਾ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਆ ਸਾਡੇ ਕੋਲੇ ਫਾਰ ਇਗਜ਼ਾਮਪਲ ਸਾਲ ਚ 500 ਕੇਸ ਆਇਆ ਮੇਰੇ ਤੋਂ ਘਰੇਲੂ ਹਿੰਸਾ ਦਾ ਸਾਲ ਚ ਹੂੰ ਤਾਂ ਉਹਦੇ ਵਿੱਚੋਂ ਆ ਜਾਂਦੇ ਅਜੀ ਦੇ ਮੇਰੇ ਕੋਲੇ ਡੇਲੀ ਦੇ 2-3 ਕੇਸ 2-3 ਕੇਸ ਆਂਦੇ ਜਾਂਦੇ ਆ ਮਹੀਨੇ ਦੇ ਸਾਡੇ ਕੋਲੇ 35-40 ਕੇਸ ਹੋ ਜਾਂਦੇ ਆ ਜਿਹੜੇ ਅਸੀਂ ਰਜਿਸਟਰ ਕਰਦੇ ਆ ਐਦਾਂ ਤਾਂ ਬਹੁਤ ਦਿਖਾਸਤਾ ਆਉਂਦੀਆਂ ਨੇ 181 ਵੀ ਮੇਰੇ ਹੈਲਪਲਾਈਨ ਸਾਡੇ ਵਨ ਸਟਾਪ ਸੈਂਟਰ ਨਾਲ ਲਿੰਕ ਹੈ ਆ ਜੀ ਉਤੋਂ ਡੇਲੀ ਵਾਂਗੂ 2-3 ਕੇਸ ਆਉਂਦੇ ਆ ਕਈ ਵਾਰੀ ਕੋਈ ਕੁੜੀ ਵੈਸੇ ਹੀ ਮਣੀ ਮੋਟੀ ਗੱਲ ਹੋ ਗਈ ਉਹਨੇ ਫੋਨ ਕਰਦੇ ਨੇ 181 ਤੇ ਤੇ ਦੁਕਾਨ ਟੈਂਬਰ ਵਾਲੀ ਸੀ ਜਦੋਂ ਕਾਲ ਕਰਦੇ ਆ ਉਹ ਕਹਿੰਦੇ ਨਹੀਂ ਜੀ ਸਾਡੇ ਤਾਂ ਕੁਝ ਨਹੀਂ ਹੋਇਆ ਕਰੇ ਅਸੀਂ ਮਾੜਾ ਮੋਟਾ ਲੜੇ ਸੀ ਠੀਕ ਹੋ ਗਏ ਆ ਚਲੋ ਸਾਨੂੰ ਖੁਸ਼ੀ ਹੁੰਦੀ ਏ ਉਸ ਚੀਜ਼ ਤੇ ਸੋ ਜੇ ਦਿਨ 'ਚ ਤਿੰਨ ਕਾਲਾਂ ਨੇ ਤਿੰਨ ਚੋ ਤਿੰਨ ਚੋ ਸਾਨੂੰ ਇੱਕ ਕੇਸ ਜ਼ਰੂਰ ਆਉਂਦਾ ਆ ਦੋ ਕਾਲਾਂ ਡਿਸਕਾਰਡ ਹੋ ਜਾਂਦੀਆਂ ਨੇ ਉਹਨਾਂ ਦਾ ਰਾਜ਼ੀਨਾਮਾ ਹੋ ਜਾਂਦਾ ਇੱਕ ਦਿਨ ਬਾਅਦ ਜਾਂ ਕੁਝ ਘੰਟਿਆਂ ਬਾਅਦ ਕਹਿੰਦੇ ਆ ਵੀ ਮੈਡਮ ਮਾੜੀ ਮੋਟੀ ਗੱਲ ਹੋਈ ਸੀ ਠੀਕਾਂ ਸੀ ਕੋਈ ਗੱਲ ਨਹੀਂ ਜੀ ਲੋੜ ਪੈ ਗਈ ਦੁਬਾਰਾ ਕਰ ਲਾਂਗੇ ਸੋ ਜੇ ਮੈਂ ਕਹਾ 500 ਵਿੱਚੋਂ 50 ਕੇਸ ਜਾਂ 100 ਕੇਸ ਹਾਂਜੀ ਮਿੰਟ ਲਾਉਂਦੇ ਨੇ ਮੈਂ ਕਹਿੰਨੀ ਆ ਵੀ ਘਰੇ 6:00 ਵਜਨ ਤੇ ਵੀ ਲੜਾਈ ਹੋਵੇ ਨਾ ਕੁੜੀ ਨੇ 181 ਤੇ ਫੋਨ ਕਰ ਦੇਣਾ ਆ ਮੇਰੇ ਕੋਲੇ ਬਹੁਤ ਸਾਰੇ ਇਦਾਂ ਦੇ ਫਨੀ ਕੇਸ ਐ ਚਲੋ ਮੈਂ ਬਹੁਤ ਸਾਰੇ ਇਦਾਂ ਦੇ ਕੇਸ ਹੁੰਦੇ ਐ ਵੀ ਮੈਂ ਦੱਸਣਾ ਵੀ ਨਹੀਂ ਚਾਹੁੰਦੀ ਹੁੰਦੀ ਮੈਨੂੰ ਖੁਦ ਨੂੰ ਹਾਸਾ ਆਉਂਦਾ ਹੁੰਦਾ ਹਨਾ ਇੱਕ ਕੁੜੀ ਦਾ ਮੈਨੂੰ ਫੋਨ ਆਇਆ 181 ਰਾਹੀਂ ਹਨਾ ਮੈਂ ਕਿਹਾ ਹਾਂਜੀ ਕਹਿੰਦੀ ਮੈਡਮ ਮੈਂ ਮੇਰੀ ਬਹੁਤ ਵੱਡੀ ਸਮੱਸਿਆ ਆ ਮੈਂ ਕਿ ਕੀ ਹੋ ਗਿਆ ਕਹਿੰਦੀ ਮੈਡਮ ਵੀ ਮੇਰਾ ਨਾ ਘਰ ਵਾਲਾ ਮੇਰੇ ਨਾਲ ਗੱਲ ਨਹੀਂ ਕਰਦਾ ਮੈਂ ਕਿਹਾ ਅੱਛਾ ਮੈਂ ਕਿਹਾ ਵੀ ਕਾਰਨ ਕੀ ਐ ਕਹਿੰਦੀ ਕਾਰਨ ਕੁਛ ਨਹੀਂ ਹੈਗਾ ਵੀ ਅੱਛੀ ਕੁੜੀ ਲੱਗੀ ਮੈਨੂੰ ਪੜ੍ਹੀ ਲਿਖੀ ਸੀਗੀ ਕਹਿੰਦੀ ਕਾਰਨ ਕਹਿੰਦੀ ਕੁਛ ਵੀ ਨਹੀਂ ਹੈਗਾ ਕਹਿੰਦੀ ਜਦੋਂ ਮੈਂ ਬੁਲਾਉਣੀ ਆ ਕਹਿੰਦੀ ਮੈਨੂੰ ਖਿਜਗੀ ਚ ਪੈਂਦਾ ਜਦੋਂ ਫਿਰ ਮੈਂ ਉਹਨੂੰ ਤੂੰ ਤੂੰ ਕਰਦੀ ਆ ਕਹਿੰਦੀ ਫਿਰ ਉਹਨੂੰ ਉਹਨੂੰ ਚੇੜ ਮਚਦੀ ਐ ਮੈਂ ਕਹਾ ਮਤਲਬ ਮੈਂ ਗੱਲ ਮੈਂ ਕਹਾ ਮੈਂ ਤੇਰੀ ਗੱਲ ਸਮਝੀ ਨਹੀਂ ਹੈਗੀ ਕਹਿੰਦੀ ਕੁਛ ਨਹੀਂ ਮੈਡਮ ਮੈਨੂੰ ਮੇਰਾ ਘਰ ਵਾਲਾ ਮਤਲਬ ਉਸ ਤਰੀਕੇ ਨਾਲ ਇੱਜ਼ਤ ਨਹੀਂ ਦਿੰਦਾ ਜਿਸ ਤਰੀਕੇ ਨਾਲ ਮੈਂ ਲੈਣਾ ਚਾਹੁੰਨੀ ਆ ਹਨਾ ਤੇ ਕਹਿੰਦੀ ਸਾਡੇ ਘਰੇ ਤੂੰ ਤੜਾਕ ਬਹੁਤ ਜ਼ਿਆਦਾ ਹੁੰਦਾ ਆ ਮੈਂ ਕਹ ਵੀ ਇਹ ਤਾਂ ਫਿਰ ਤੁਹਾਡੇ ਆਪਣੇ ਸੰਸਕਾਰਾਂ ਦੀ ਕਮੀ ਹੈ ਤੁਸੀਂ ਮੈਂ ਕਿਹਾ ਵੀ ਤੂੰ ਆਪਣੇ ਘਰ ਵਾਲੇ ਨੂੰ ਕਿੱਦਾਂ ਬੁਲਾਉਣੀ ਆ ਮੈਂ ਕਿਹਾ ਨਾਮ ਲੈ ਕੇ ਬੁਲਾਉਣੀ ਆ ਮੇਰੇ ਫੋਨ ਤੇ ਗੱਲ ਰਿਕਾਰਡ ਹੋਈ ਹੈ ਇਹ 181 ਵਾਲੇ ਫੋਨ ਤੇ ਮੈਂ ਕਿਹਾ ਤੂੰ ਆਪਣੇ ਘਰ ਨੂੰ ਘਰ ਵਾਲੇ ਨੂੰ ਤੂੰ ਕਹਿ ਕੇ ਬੁਲਾਉਣੀ ਆ ਕਹਿੰਦੀ ਕਦੇ-ਕਦੇ ਨਾਮ ਲਾਦਾ ਨਹੀਂ ਕਦੇ-ਕਦੇ ਕਹਦਾ ਨਹੀਂ ਓਏ ਓਏ ਕਿੱਦਾਂ ਓਏ ਐਦਾਂ ਮਤਲਬ ਹਨਾ ਮੈਂ ਕਿਹਾ ਵੀ ਫਿਰ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਪਹਿਲੀ ਗੱਲ ਤਾਂ ਤੂੰ ਆਪਣੇ ਘਰ ਵਾਲੇ ਨਾਲ ਉਸ ਤਰੀਕੇ ਨਾਲ ਬੋਲਣਾ ਸ਼ੁਰੂ ਕਰ ਉਹਨੂੰ ਬੁਲਾਇਆ ਕਰ ਹਾਂਜੀ ਤੁਸੀਂ ਆ ਗਏ ਪੁੱਛਿਆ ਕਰ ਵੀ ਕੀ ਕੀਤਾ ਖਾਣਾ ਖਾ ਲਿਆ ਨਹੀਂ ਖਾਦਾ ਕਹਿੰਦੀ ਅਸੀਂ ਗੱਲ ਕੀ ਕਰੀ ਸਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਗੱਲ ਕਰਨ ਦਾ ਠੀਕ ਹੈ ਮੇਰਾ ਘਰ ਵਾਲਾ ਕਹਿੰਦੀ ਬਿਜ਼ਨਸਮੈਨ ਆ ਉਹਨੇ ਹਫ਼ਤੇ ਚ ਇੱਕ ਦਿਨ ਘਰ ਆਉਣਾ ਹੁੰਦਾ ਉਹ ਦਿਨ ਸਾਡੀ ਲੜਾਈ ਹੋ ਜਾਂਦੀ ਹੈ ਮਤਲਬ ਮੈਂ ਮੈਨੂੰ ਨਾ ਸਮਝ ਨਾ ਆਵੇ ਵੀ ਮੈਂ ਉਹਨੂੰ ਕੀ ਜਵਾਬ ਦੇਵਾਂ ਮੈਂ ਇਸ ਕੇਸ ਨੂੰ ਕਿਸ ਤਰੀਕੇ ਨਾਲ ਡੀਲ ਕਰਾਂ ਜਿੱਦੀ ਕੋਈ ਆਪਸੀ ਲੜਾਈ ਇਹ ਹੈ ਨਹੀਂ ਸਿਰਫ ਲੜਾਈ ਕਰਦੀ ਹੈ ਤੂੰ ਤੜਾਕਦੀ ਇਹ ਤਾਂ ਮੈਂ ਕਹ ਤੁਹਾਡੇ ਸੰਸਕਾਰਾਂ ਤੇ ਚੀਜ਼ਾਂ ਆਉਂਦੀਆਂ ਨੇ ਨਾ ਤੁਸੀਂ ਸਿੰਗਲ ਫੈਮਲੀ ਆ ਸੱਸੋਰਾ ਹੈ ਨਹੀਂ ਗੇ ਤੂੰ ਘਰੇ ਇਕੱਲੀ ਰਹਿਣੀ ਆ ਬੱਚਾ ਤੇਰਾ ਨਾਲ ਹੈ ਹਨਾ ਤੂੰ ਫੋਨ ਕਰਦੀ ਆਪਣੇ ਹਸਬੰਡ ਨੂੰ ਉਹਦਾ ਫੋਨ ਵੇਟਿੰਗ ਚ ਆਉਂਦਾ ਤੇ ਮੈਂ ਕਹ ਤੂੰ ਉਸੇ ਸ਼ੱਕ ਕਰਦੀ ਆ ਮੈਨੂੰ ਹਨਾ ਵੀ ਮੈਂ ਨਹੀਂ ਜੀ ਮੈਡਮ ਉਹ ਕਿਸ ਨਾਲ ਲੱਗਿਆ ਹੋਇਆ ਹਨਾ ਇਦਾਂ ਫਿਰ ਮੈਂ ਉਹਨਾਂ ਨੂੰ ਦੋ ਮਾਮੀਆਂ ਬੀਬੀ ਨੂੰ ਬੁਲਾਇਆ ਤੇ ਮੈਂ ਕਹ ਵੀ ਤੁਹਾਡੇ ਪਰਿਵਾਰ ਦੀ ਕੀ ਸਮੱਸਿਆ ਕਹਿੰਦਾ ਮੈਡਮ ਸਮੱਸਿਆ ਕੁਝ ਵੀ ਨਹੀਂ ਕਹਿੰਦਾ ਜਦੋਂ ਮੈਂ ਹਫ਼ਤੇ ਬਾਅਦ ਆਉਣਾ ਕਹਿੰਦਾ ਇਹ ਮੈਨੂੰ ਕਰਦੀ ਆ ਤੂੰ ਆਇਆ ਨਹੀਂ ਹੈਗਾ ਮਤਲਬ ਉਹਨੇ ਸੈਟਲ ਕਰਕੇ ਜਦੋਂ ਤੂੰ ਆਇਆ ਨਹੀਂ ਹੈਗਾ ਨਾ ਤੈਨੂੰ ਕੋਈ ਫਿਕਰ ਨਹੀਂ ਹੈਗੀ ਘਰ ਦੀ ਤੂੰ ਸਾਰਾ ਦਿਨ ਪੈਸਾ ਪੈਸਾ ਕਰਦਾ ਰਹਿਣਾ ਤੇ ਬੱਚਾ ਜੰਮਿਆ ਕਾ ਤੂੰ ਅਜੇ ਤੂੰ ਦੇਖਣਾ ਨਹੀਂ ਹੈਗਾ ਕਹਿੰਦਾ ਮੈਂ ਫਿਰ ਮੈਂ ਕੰਮ ਛੱਡਿਆ ਹਣਾ ਵੀ ਮੈਂ ਕੰਮ ਛੱਡਿਆ ਹਣਾ ਜਾਂ ਤਾਂ ਮੈਂ ਕੰਮ ਕਰੂੰਗਾ ਜਾਂ ਫਿਰ ਮੈਂ ਇਹਨੂੰ ਦੇਖੂੰਗਾ ਹਣਾ ਕਹਿੰਦਾ ਮੇਰੇ ਮਾਪਿਆਂ ਨਾਲ ਇਹਨੇ ਮੈਨੂੰ ਅਲੱਗ ਕਰਾਤਾ ਠੀਕ ਹੈ ਮੇਰੇ ਪੇਰੈਂਟਸ ਨਾਲ ਮੈਂ ਰਹਿੰਦਾ ਸੀ ਕਹਿੰਦਾ ਇਹ ਸਾਡੀ ਲਵ ਮੈਰਿਜ ਹੋਈ ਸੀ ਕਹਿੰਦਾ ਪੇਰੈਂਟਸ ਨਾਲ ਮੇਰੇ ਨਾਲ ਵੱਖਰਾ ਕਰਾਤਾ ਕਹਿੰਦਾ ਮੈਂ ਹੁਣ ਜਾਂ ਤਾਂ ਇਹਨੂੰ ਦੇਖੂੰਗਾ ਜਾਂ ਫਿਰ ਜੇ ਮੇਰੇ ਮਾਪਿਆਂ ਹੁੰਦੇ ਬੱਚੇ ਸੰਭਾਲਣਦੇ ਮੈਂ ਸਾਰਾ ਕੁਝ ਸੈੱਟ ਕਰ ਲਵਾਂ ਇਦਾਂ ਦੇ ਕੇਸਾਂ ਵਿੱਚ ਸਾਨੂੰ ਵੀ ਲੱਗਦਾ ਨਹੀਂ ਵੀ ਅਸੀਂ ਕੀ ਕਰੀਏ ਫਿਰ ਅਸੀਂ 181 ਵਾਲਿਆਂ ਨੂੰ ਕਹਦਾ ਨੇ ਹੁੰਨੇ ਆ ਜਿਹੜੇ ਬੇਤੁਕੇ ਕੇਸ ਹੁੰਦੇ ਆ ਉਹ ਕਾਈਂਡਲੀ ਆਪਣੇ ਲੈਵਲ ਤੇ ਸਵਾਰਟ ਕਰ ਲਿਆ ਕਰੋ ਸਾਨੂੰ ਨਾ ਭੇਜਿਆ ਕਰੋ ਠੀਕ ਹੈ ਕਿਉਂਕਿ ਇਦਾਂ ਦੇ ਕੇਸ ਜਦੋਂ ਕੋਰ ਰਿਕਾਰਡ ਹੋ ਜਾਂਦੀ ਹੈ ਸਾਨੂੰ ਕਈ ਵਾਰੀ ਜਸਟੀਫਿਕੇਸ਼ਨ ਦੇਣਾ ਪੈਂਦਾ ਵੀ ਤੁਸੀਂ ਇਹ ਕੇਸ ਦਾ ਕੀਤਾ ਕੀ ਹੈ ਤਾਂ ਉਥੇ ਅਸੀਂ ਬੇਤੁਕੀਆਂ ਗੱਲਾਂ ਦਾ ਮੈਂ ਕੀ ਉਥੇ ਰਿਟਨ ਚ ਜਸਟੀਫਿਕੇਸ਼ਨ ਦੇਵਾਂ ਵੀ ਮੈਂ ਪਰਿਵਾਰ ਨੂੰ ਬੁਲਾਇਆ ਸੀ ਤੇ ਇਹਨਾਂ ਦੀ ਤੁੰਤੂ ਦੀ ਲੜਾਈ ਨੂੰ ਮੈਂ ਸੱਟ ਕੀਤਾ ਜਾਂ ਕਿਦਾਂ ਕੀਤਾ ਸੋ ਇਦਾਂ ਦੇ ਕੇਸ ਵੀ ਮੇਰੇ ਕੋਲ ਬਹੁਤ ਆਉਂਦੇ ਆ ਕਦੇ ਸਮਾਂ ਸੀ ਜਦੋਂ ਕੀਤੇ ਕਿਤੇ ਕੋਈ ਲੰਮ ਮੈਰਿਜ ਹੁੰਦੀ ਸੀ ਕੀਤੇ ਕੁਤੇਕ ਪ੍ਰੇਮ ਵਿਆਹ ਹੁੰਦੇ ਸੀ ਉਹ ਵੀ ਲੰਮਾ ਸਮਾਂ ਅਫੇਅਰ ਚੱਲਦਾ ਸੀ ਫਿਰ ਉਹ ਚੋਣ ਕਰਦੇ ਸੀ ਫਿਰ ਕਿਤੇ ਜਾ ਕੇ ਪਰਿਵਾਰ ਮੰਨਦੇ ਫਿਰ ਇਹ ਜਾ ਗੱਲ ਹੁੰਦੀ ਅੱਜ ਕੋਰਟ ਮੈਰਿਜਾਂ ਹੀ ਵਧ ਰਹੀਆਂ ਨੇ ਲੰਮ ਮੈਰਿਜਾਂ ਹੀ ਵਧ ਰਹੀਆਂ ਨੇ ਪਰ ਜਦੋਂ ਅਸੀਂ ਸਮਾਜ ਥੋੜਾ ਬੇਚਰਦੇ ਆ ਆਪਣੇ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਥੋੜਾ ਸੋਸ਼ੀਅਲੀ ਹੋ ਕੇ ਸੋਚਦੇ ਆ ਦਾ ਜਿਹੜੇ ਮੁੰਡਿਆਂ ਨੂੰ ਜਾਣਦੇ ਹੁੰਨੇ ਆ ਉਹਨਾਂ ਵੱਲ ਦੇਖ ਕੇ ਐਂਜ ਲੱਗਣ ਲੱਗਿਆ ਵੀ ਇਹਨਾਂ ਦਾ ਵਿਆਹ ਉਹ ਤਾਂ ਹੁੰਦਾ ਨਹੀਂ ਸੀ ਯਾਰ ਜੇ ਤਾਂ ਨਸ਼ੇੜੀ ਕਰਦੇ ਐ ਨਸ਼ਾ ਪਤਾ ਕਰਦੇ ਹੁੰਦੇ ਨੇ ਜਾਂ ਊਂ ਬਿਗੜੀ ਔਲਾਦ ਹੁੰਦੀ ਐ ਜਾਂ ਊਂ ਮਾਪੇ ਉਹ ਤੋਂ ਬਾਹਰ ਹੁੰਦੇ ਐ ਮੇਰੀ ਮਾਂ ਕੌਣ ਤੂੰ ਮੇਰਾ ਪਿਓ ਕੌਣ ਇਹੇ ਜੀ ਹੁੰਦੇ ਨੇ ਫਿਰ ਉਹਨਾਂ ਕੋਲ ਇੱਕ ਹੱਲ ਤਾਂ ਹੈਗਾ ਇਹ ਕਿ ਕੋਈ ਨਾ ਕੋਈ ਕੁੜੀ ਤਾਂ ਵਿਚਾਰੀ ਚੁੰਗਲ ਸੱਜ ਜਾਂਦੀ ਐ ਨਾ ਮੈਰ ਜਿਹੜੀ ਗਿਣਤੀ ਐਵੇਂ ਵਧ ਰਹੀ ਐ ਜਾਂ ਐਵੇਂ ਲੱਗ ਰਿਹਾ ਐ ਜਾਂ ਜਿਹੜੇ ਕੇਸ ਆਉਂਦੇ ਨੇ ਉਹ ਅਰੇਂਜ ਮੈਰ ਜਾਂ ਜ਼ਿਆਦੇ ਨੇ ਪਹਿਲਾਂ ਲੰਮਾ ਜਿਹਾ ਗੱਲ ਕਹੀ ਜਾਂਦੀ ਸੀ ਨਾ ਕਿ ਕੋਈ ਨਹੀਂ ਪਤਾ ਤੁਹਾਡੇ ਭਾਂਡੇ ਖੜਕੇ ਲੋ ਇਹ ਨਵਰਤ ਗੱਲ ਇਹੀ ਕਹੀ ਜਾਂਦੀ ਪਰ ਹੁਣ ਇਹ ਐਵੇਂ ਨਹੀਂ ਕਿਹਾ ਜਾ ਸਕਦਾ ਹੁਣ ਅਰੇਂਜ ਮੈਰਿਜ ਦੇ ਅੰਕੜੇ ਵੀ ਹੈਗੇ ਨੇ ਉਹਨੇ ਲਵ ਮੈਰਿਜ ਦੇ ਉਹਨੇ ਹੈਗੇ ਨੇ ਪਰ ਜਿੰਨੇ ਰੇ ਅਰੇਂਜ ਮੈਰਿਜ ਵਧੀਆ ਬਸ ਰਹੀਆਂ ਨੇ ਉਹਨੇ ਲਵ ਮੈਰਿਜ ਜਾਨੀ ਵਧੀਆ ਬਸ ਰਹੇ ਨੇ ਇਹ ਚੀਜ਼ੇ ਬਾਰੇ ਕਿਵੇਂ ਸੋਚਦੇ ਹੋ ਲਵ ਮੈਰਿਜ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਬੇਸਿਕਲੀ ਆਪਣੇ ਪੇਰੈਂਟਸ ਨੂੰ ਜ਼ਿਆਦਾ ਇਨਵੋਲਵ ਕਰਨ ਲੱਗੀ ਆ ਜੇ ਬਾਈਚਾਂਸ ਕੋਈ ਮੈਨੂੰ ਕੋਈ ਪਸੰਦ ਹੈ ਤਾਂ ਮੈਂ ਆਪਣੇ ਮਾਪਿਆਂ ਨਾਲ ਗੱਲ ਕਰ ਲੈਣੀ ਆ ਉਹਦੇ ਬਾਰੇ ਵੀ ਮੈਂ ਜੀ ਉਸ ਮੁੰਡੇ ਨੂੰ ਪਸੰਦ ਕਰਦੀ ਆ ਜਾਂ ਕਿਸੇ ਮੁੰਡੇ ਨੂੰ ਪਸੰਦ ਹੈ ਤਾਂ ਪੇਰੈਂਟਸ ਬੈਠ ਕੇ ਉਹਨੂੰ ਵਿਆਹ ਕਰ ਲੈਂਦੇ ਆ ਤਾਂ ਉਹ ਲਵ ਕਾ ਮੈਰੇਜ ਆ ਜਾਂਦਾ ਠੀਕ ਹੈ ਮਸਲਾ ਇਹ ਨਹੀਂ ਹੁੰਦਾ ਵੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ ਮਸਲਾ ਇਹ ਆ ਵੀ ਸਾਡੀ ਐਡਜਸਟਮੈਂਟ ਕਿੱਦਾਂ ਕਰਨੀ ਆ ਸਾਨੂੰ ਕਈ ਵਾਰੀ ਲਵ ਮੈਰਿਜ ਜ਼ਿਆਦਾ ਵਧੀਆ ਨਿਭ ਜਾਂਦੀਆਂ ਨੇ ਅਰੇਂਜ ਨਾਲੋਂ ਕਈ ਵਾਰੀ ਅਰੇਂਜ ਮੈਰਿਜ ਨਹੀਂ ਨਿਭਦੀਆਂ ਠੀਕ ਹੈ ਮਤਲਬ ਜਿੱਦਾਂ ਹੁੰਦਾ ਸੀ ਅਰੇਂਜ ਮੈਰਿਜ 'ਚ ਕਿਸੇ ਮੰਦੇ ਨੂੰ ਪਸੰਦ ਕੀਤਾ ਪਰਿਵਾਰ ਨੇ ਹਨਾ ਆਬਵੀਅਸਲੀ ਪਰਿਵਾਰ ਬੱਚੇ ਦਾ ਸਾਰਾ ਉਦੀ ਨੌਕਰੀ ਦੇਖਦਾ ਜਾਂ ਉਹਦਾ ਬਿਜ਼ਨਸ ਹੈ ਉਹ ਦੇਖਦਾ ਸਾਡੇ ਇਧਰਲੇ ਏਰੀਏ ਚ ਹੈਗਾ ਵੀ ਅਸੀਂ ਬੱਚਿਆਂ ਦਾ ਵਿਆਹ ਕਰਦੇ ਅਸੀਂ ਕੀਲੇ ਦੇਖਦੇ ਆਂ ਵੀ ਮੁੰਡੇ ਨੂੰ ਕਿੰਨੇ ਕੀਲੇ ਆਉਂਦੇ ਆ ਹਨਾ ਉਧਰ ਦੇਖਦਾ ਵੀ ਚਲੋ ਕਿੰਨੇ ਪਲਾਟ ਆ ਨਾਮ ਜਾਂ ਮੁੰਡਾ ਕੀ ਕੰਮ ਕਰਦਾ ਮੁੰਡੇ ਦਾ ਕੀ ਬਿਜ਼ਨਸ ਹੈ ਤਾਂ ਥੋੜਾ ਜਿਹਾ ਫਰਕ ਆ ਏਰੀਆ ਦਾ ਫਰਕ ਆ ਹੈ ਗੱਲ ਸੇਮ ਹੀ ਆ ਸੋ ਵਿਆਹ ਹੋਵੇ ਲਵ ਚਾਹੇ ਵਿਆਹ ਹੋਵੇ ਅਰੇਂਜ ਬਟ ਬਸਨਾ ਕੁੜੀ ਮੁੰਡੇ ਨੇ ਹੁੰਦਾ ਆ ਅਡਜਸਟਮੈਂਟ ਉਹਨਾਂ ਦੋਵਾਂ ਦੀ ਹੁੰਦੀ ਹੈ ਅਰੇਂਜ ਮੈਰਿਜ 'ਚ ਇਹ ਫਰਕ ਆ ਵੀ ਉਹਨਾਂ ਨੂੰ ਇੱਕ ਦੂਜੇ ਨੂੰ ਜਾਣਨ ਦਾ ਟਾਈਮ ਘੱਟ ਮਿਲਿਆ ਹੁੰਦਾ ਪੰਜ ਕਾਲੋ ਕੀ ਮਿਲਣ ਲੱਗ ਗਿਆ ਫੋਨ ਤੇ ਗੱਲਬਾਤ ਹੋਣ ਲੱਗ ਗਈ ਲਵ ਮੈਰਿਜ ਇਹ ਹੁੰਦਾ ਵੀ ਥੋੜਾ ਜਿਹਾ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਆਪਣੇ ਪੇਰੈਂਟਸ ਨੂੰ ਸ਼ਿਕਾਇਤਾਂ ਨਹੀਂ ਕਰਾਂਗੇ ਕਿਉਂਕਿ ਸਾਡੇ ਦੋਵਾਂ ਦੇ ਮਿਊਚੁਅਲ ਕਨਸਰਨਸ ਸੀ ਅਸੀਂ ਨੇ ਵਿਆਹ ਮਿਊਚੁਅਲੀ ਕਰਵਾ ਲਿਆ ਹੋਇਆ ਅਰੇਂਜ ਮੈਰਿਜ ਇਹ ਹੁੰਦਾ ਵੀ ਅਸੀਂ ਆਪਣੇ ਮਾਪਿਓ ਨੂੰ ਇਨਵੋਲਵ ਕਰ ਲੰਨੇ ਆ ਵੀ ਤੁਸੀਂ ਕੁੜੀ ਧਿਆਨ ਨਾਲ ਨਹੀਂ ਵੇਖੀ ਸੀ ਤੁਸੀਂ ਕ੍ਰੋਸ ਚੈੱਕ ਨਹੀਂ ਕੀਤਾ ਤੁਸੀਂ ਮੁੰਡਾ ਧਿਆਨ ਨਾਲ ਨਹੀਂ ਵੇਖਿਆ ਤੁਸੀਂ ਮੁੰਡਾ ਕ੍ਰੋਸ ਚੈੱਕ ਨਹੀਂ ਕੀਤਾ ਹਨਾ ਸੋ ਵੈਸੇ ਲਵ ਮੈਰਿਜ ਅੱਜਕਲ ਘਟ ਰਹੀ ਹੈ ਵੀ ਮੈਂ ਘੱਟ ਵੇਖ ਰਹੀ ਹਾਂ ਅੱਜ ਕੱਲ੍ਹ ਲਵ ਮੈਰਿਜ ਦੇ ਕੇਸ ਲਵ ਮੈਰਿਜ ਉੱਥੇ ਜ਼ਿਆਦਾ ਹੋ ਰਹੇ ਜਿੱਥੇ ਪੇਰੈਂਟਸ ਨਹੀਂ ਮੰਨਦੇ ਤੇ ਬੱਚੇ ਭੱਜ ਜਾਂਦੇ ਆ ਕੋਰਟ ਮੈਰਿਜ ਕਰਾ ਲੈਂਦੇ ਆ ਫਿਰ ਉਹ ਮਹੀਨੇ ਦੀ ਕਸਟਡੀ ਲੈ ਲੈਂਦੇ ਆ ਉਸ ਤੋਂ ਬਾਅਦ ਆਪਣਾ ਮੋਸਟਲੀ ਮੁੰਡੇ ਦੇ ਪਰਿਵਾਰ ਵਾਲੇ ਰਾਜ਼ੀ ਹੋ ਜਾਂਦੇ ਆ ਕੁੜੀ ਵਾਲੇ ਟੁੱਟ ਜਾਂਦੇ ਆ ਕਿਉਂਕਿ ਕੁੜੀ ਵਾਲੇ ਹਮੇਸ਼ਾ ਇਹੀ ਚੀਜ਼ ਸੋਚਦੇ ਆ ਵੀ ਅਸੀਂ ਆਪਣੇ ਅਕੋਰਡਿੰਗਲੀ ਬੱਚੀ ਦਾ ਵਿਆਹ ਕਰੀਏ ਸਭ ਕੁ ਮਾਪਿਓ ਦੇ ਵੈਸੇ ਵੀ ਸੁਪਨੇ ਬਹੁਤ ਹੁੰਦੇ ਆ ਆਪਣੇ ਬੱਚੇ ਬੱਚੀ ਦੇ ਵਿਆਹ ਵਾਸਤੇ ਸੋ ਉੱਥੇ ਫਿਰ ਕੀ ਹੁੰਦਾ ਵੀ ਜਦੋਂ ਇਦਾਂ ਦੇ ਕਦਮ ਚੱਕ ਲੈਂਦੀਆਂ ਨੇ ਕੁੜੀਆਂ ਤਾਂ 2-3 ਸਾਲ ਬਾਅਦ ਉਹ ਕਲੈਸ਼ ਹੋ ਜਾਂਦਾ ਪਰਿਵਾਰ ਨਾਲ ਤਾਂ ਜਿਹੜੇ ਸਾਰੇ ਪਰਿਵਾਰ ਵਾਲੇ ਚੰਗੇ ਹੁੰਦੇ ਫਿਰ ਉਹ ਮਾੜੇ ਹੋ ਜਾਂਦੇ ਆ ਇਹ ਸੱਚ ਹੈ ਉੱਥੇ ਫਿਰ ਕੀ ਹੁੰਦਾ ਵੀ ਜਦੋਂ ਇੰਨੇ ਜ਼ਿਆਦਾ ਕਲੈਸ਼ ਵਧ ਜਾਂਦੇ ਆ ਕੁੜੀ ਪੇਕੇ ਆਉਣ ਜੋਗੇ ਤਾਂ ਰਹਿੰਦੀ ਨਹੀਂ ਫਿਰ ਉਹ ਸਾਡੇ ਵਰਗੇ ਦਫ਼ਤਰਾਂ ਚ ਵਿੱਚ ਆ ਕੇ ਰੋਂਦੀ ਆ ਵਿਚਾਰੀ ਹਨਾ ਵੀ ਮੈਡਮ ਮੇਰੇ ਨਾਲ ਐਦਾਂ ਹੋ ਗਿਆ ਮੈਂ ਹੁਣ ਕੀ ਕਰਾਂ ਉਸ ਤੋਂ ਬਾਅਦ ਕੀ ਕਰਦਾ ਵੀ ਜਿਹੜੇ ਸਹਰੇ ਪਰਿਵਾਰ ਵਾਲੇ ਹੁੰਦੇ ਆ ਉਹ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਮੁੰਡਾ ਜਿੰਨਾ ਮਰਜ਼ੀ ਮਾੜਾ ਹੋਵੇ ਮੁੰਡਾ ਚੰਗਾ ਹੀ ਹੁੰਦਾ ਇਹ ਸਾਡੇ ਇਹ ਚੀਜ਼ ਹੈਗੀ ਹੈ ਸੋ ਬੇਦਖਲ ਕਰ ਦਿੰਦੇ ਆ ਉਹਨਾਂ ਨੂੰ ਸਾਡੇ ਤਾਂ ਭਾਈਆਂ ਨੂੰ ਅੱਡ ਕਰਾਉਣ ਲਈ ਔਰਤ ਮੰਨੀ ਜਾਂਦੀ ਹੈ ਅੱਜ ਹੀ ਮੰਨੀ ਜਾਂਦੀ ਹੈ ਕਹਿਣਗੇ ਭਾਈ ਭਾਈ ਵੈਸੀ ਅੱਡ ਹੋਣਾ ਚਾਹੁੰਦੇ ਨੇ ਕਹਿਣਗੇ ਨਾ ਇਹਨੇ ਕਰਾਤੇ ਕੋਈ ਤਾਂ ਅੱਡ ਹੋ ਹੀ ਲੈ ਵੀ ਨਹੀਂ ਇਹ ਵੈਸੇ ਇੱਕ ਸੋਚਣ ਦੀ ਗੱਲ ਹੁੰਦੀ ਹੈ ਕਈ ਵਾਰੀ ਨਾ ਕੀ ਹੁੰਦਾ ਵੀ ਪਰਿਵਾਰਾਂ ਵਿੱਚ ਇਦਾਂ ਦੇ ਮਾਹੌਲ ਬਣ ਜਾਂਦੇ ਆ ਵੀ ਕਿਤਨਾ ਕਿਤੇ ਮੁੰਡੇ ਨੂੰ ਆਪਣੀ ਫੈਮਲੀ ਨੂੰ ਲੈ ਕੇ ਜਾਣਾ ਪੈ ਜਾਂਦਾ ਹਮ ਬੱਚਾ ਆਪਣੇ ਮਾਂ ਪਿਓ ਨੂੰ ਛੱਡ ਦਿੰਦਾ ਹੁੰਦਾ ਕਿਉਂ ਕਿ ਕਿਉਂਕਿ ਉਹਨਾਂ ਇਹ ਹੁੰਦਾ ਵੀ ਜਿਹੜੀ ਮੈਂ ਵਿਆਹ ਕੇ ਲਿਆਂਦੀ ਐ ਵੀ ਉਹੀ ਮੇਰਾ ਭਵਿੱਖ ਹੈ ਹੁਣ ਹਨਾ ਵੀ ਜੇ ਵਿਆਹੀ ਲਿਆਂਦੀ ਐ ਹੁਣ ਬੱਚਾ ਵੀ ਹੈਗਾ ਤਾਂ ਕਈ ਮੁੰਡੇ ਸਿਆਣੇ ਹੁੰਦੇ ਆ ਪਰਿਵਾਰ ਨੂੰ ਲੈ ਕੇ ਵੱਖ ਹੋ ਜਾਂਦੇ ਆ ਵੀ ਚਲ ਘਰ ਦਾ ਝਗੜਾ ਖਤਮ ਹੋਊਗਾ ਮੈਂ ਸਫਰ ਹੋ ਲੂੰਗਾ ਕੋਈ ਗੱਲ ਨਹੀਂ ਪਰ ਮੇਰਾ ਪਰਿਵਾਰ ਮੇਰੀ ਜਨਾਨੀ ਖੁਸ਼ ਹੋ ਜੂਗੀ ਕੋਈ ਗੱਲ ਨਹੀਂ ਕਈ ਵਾਰ ਤਾਂ ਇਸ ਚੀਜ਼ ਕਰਕੇ ਸੈਕਰੀਫਾਈਜ਼ ਕਰਨਾ ਪੈ ਜਾਂਦਾ ਬਹੁਤੇ ਪਰਿਵਾਰਾਂ ਚ ਹੁੰਦਾ ਇਹ ਸੈਕਰੀਫਾਈਜ਼ ਕਰ ਲੈਂਦੇ ਆ ਜਿੱਥੇ ਬੱਚਾ ਇਕੱਲਾ ਕਹਿਰਾ ਹੋਵੇ ਉੱਤੇ ਫਿਰ ਪੇਰੈਂਟਸ ਕੀ ਕਰਦੇ ਆ ਮੁੰਡੇ ਨਾਲ ਸਲਾਹ مشورہ ਕਰਕੇ ਉਹਨੂੰ ਵਿਆਹ ਵਿੱਚ ਦਖਲ ਕਰ ਦਿੰਦੇ ਆ ਇਹ ਵੀ ਇੱਕ ਤਰ੍ਹਾਂ ਦੀ ਗੇਮ ਹੈ ਹਾਲਾਂਕਿ ਕੁੜੀ ਉਸ ਚੀਜ਼ ਨੂੰ ਕੋਰਟ ਚ ਚੈਲੰਜ ਕਰ ਸਕਦੀ ਹੈ ਕਿਉਂਕਿ ਤੁਸੀਂ ਵਿਆਹ ਤੋਂ ਬਾਅਦ ਹੀ ਵਿਆਹ ਵਿੱਚ ਦਖਲ ਕਿਉਂ ਕੀਤਾ ਜੇ ਤੁਹਾਡਾ ਬੱਚਾ ਨਹੀਂ ਤੁਹਾਡੇ ਕਹਣੇ ਕਤਨੇ ਚ ਸੀਗਾ ਅਸੀਂ ਬੇਦਖਲ ਤਾਂ ਕਰਦੇ ਨਾ ਸਾਡਾ ਮੁੰਡਾ ਸਾਡੇ ਕਹਣ ਚ ਨਹੀਂ ਹੈਗਾ ਤੇ ਸਾਡਾ ਮੁੰਡਾ ਗਲਤ ਸੰਗਤ ਚ ਹੈ ਅਸੀਂ ਉਹਨੂੰ ਬੇਦਖਲ ਕਰ ਦੰਨੇ ਆ ਕਿਉਂਕਿ ਸਾਨੂੰ ਤਾਂ ਸੰਗਤ ਉਹਦੀ 22-25 ਸਾਲ ਤੱਕ ਤਾਂ ਪਤਾ ਹੀ ਹੁੰਦੀ ਹੈ ਵੀ ਕਿਵੇਂ ਆ ਨਾ ਤੋਂ ਵਿਆਹ ਤੋਂ 2 ਸਾਲ ਬਾਅਦ ਕਿਵੇਂ ਮੁੰਡਾ ਇੱਕਦਮ ਬਦਲ ਜਾਂਦਾ ਹੈ ਹਨਾ ਸੋ ਇਹ ਵੀ ਇੱਕ ਤਰ੍ਹਾਂ ਦੀ ਗੇਮ ਹੀ ਹੈ ਜਿਹੜੀ ਜਿੱਥੇ ਕੁੜੀਆਂ ਅੱਜ ਵੀ ਬਹੁਤ ਹੈਰਸ ਹੋ ਰਹੀਆਂ ਨੇ ਹਰ ਤੀਜੇ ਘਰ ਚ ਦੇ ਕੋਈ ਕਲੈਸ਼ ਆ ਤੇ ਮਿੰਟ ਲਾਉਂਦੇ ਪੇਰੈਂਟਸ ਕਮਾਲ ਦੀ ਗੱਲ ਤਾਂ ਇਹ ਹੈ ਵੀ ਜਦੋਂ ਅਲਟਰਾਸਾਉਂਡ ਆਇਆ ਆਇਆ ਦੱਸ ਕਰਕੇ ਸੀ ਭਾਈ ਬੱਚੇ ਨੂੰ ਕੋਈ ਦਿੱਕਤ ਹੈ ਤਾਂ ਚੈੱਕ ਕੀਤੀ ਜਾ ਸਕਦੀ ਹੈ ਸਾਡੇ ਆਣੇ ਲਿੰਗ ਚੈੱਕ ਕਰਾਉਣਾ ਸ਼ੁਰੂ ਕਰਤਾ ਬਿਲਕੁਲ ਬਿਲਕੁਲ ਆਹਾ ਇਸੇ ਤਰੀਕੇ ਨਾਲ ਇਹ ਹਾਂ ਤੇ ਜਦੋਂ ਹੁਣ ਤੁਸੀਂ ਆ ਗੱਲ ਕੀਤੀ ਬੇਦਖਲੀ ਕਰਨ ਵਾਲੀ ਬੇਦਖਲ ਪਹਿਲਾਂ ਹੋ ਜਾਂਦੀ ਸੀ ਵੀ ਜੇ ਸਾਡਾ ਤਨੀ ਪੁੱਤ ਕੋਈ ਬੇਦਖਲ ਕਰਨਾ ਪੈ ਗਿਆ ਸਾਡਾ ਦਾਗ ਲੱਗਿਆ ਇੱਜ਼ਤ ਤੇ ਬਿਲਕੁਲ ਸਾਡੀਆਂ ਪੀੜ੍ਹੀਆਂ ਚ ਇਹ ਗੱਲਾਂ ਜ਼ਿਆਦਾ ਰਹਿਣਗੀਆਂ ਵੀ ਫਲਾਨਿਆਂ ਦਾ ਮੁੰਡਾ ਫਲਾਨਿਆਂ ਦੀ ਕੁੜੀ ਬੇਦਖਲ ਹੋਈ ਸੀ ਬਿਲਕੁਲ ਬੇਦਖਲੀ ਨੂੰ ਲੋਕਾਂ ਨੇ ਆਪਣੇ ਤਰੀਕੇ ਨਾਲ ਵਰਤਣਾ ਸ਼ੁਰੂ ਕਰਤਾ ਬਿਲਕੁਲ ਇੱਕ ਮੁੰਡਾ ਪਿੱਛੇ ਮੇਰੇ ਯਾਦ ਆਉਂਦੇ ਘਟਨਾ ਸਿਰ ਤੇ ਠੱਗ ਬੰਦਾ ਹੂੰ ਬਹੁਤ ਲੋਕਾਂ ਨਾਲ ਉਹਨੇ ਫਰਾਡ ਕੀਤੇ ਹਰ ਇੱਕ ਉਹ ਪਿੰਡ ਗਿਆ ਫਰਾਡ ਉਹ ਪਿੰਡ ਗਿਆ ਉਹ ਫਰਾਡ ਉਦੋਂ ਜਦੋਂ ਪੁਲਿਸ ਇਨਕੁਆਰੀ ਚੱਲੀ ਜਦੋਂ ਮਾਪੇ ਕੋਲ ਗੱਲ ਪਹੁੰਚੀ ਜਦੋਂ ਮਾਪੇ ਕੋਲ ਅਸੀਂ ਉਹਨਾਂ ਨੇ ਸਾਨੂੰ ਉਹ ਭੇਜਿਆ ਕੈਸੇ ਸਵੇਧਖਲ ਕੀਤਾ ਹੋਇਆ ਅਖਬਾਰ ਵਾਲਾ ਕਿ ਕੋਰਟ ਵਾਲਾ ਕੈਸੇ ਸਵੇਧਖਲ ਕੀਤਾ ਇਹ ਵੀ ਦੋ ਤਰ੍ਹਾਂ ਦਾ ਹੁੰਦਾ ਨਾ ਮੈਂ ਕਿਹਾ ਯਾਰ ਕਮਾਲ ਹੋਈ ਪਈ ਹੈ ਤੂੰ ਦੇਖੋ ਬੇਦਹਲ ਕੀਤੀ ਹੈ ਤੇ ਖਾਣੇ ਖਾ ਸਾ ਕੁਝ ਰਹੇ ਨਹੀਂ ਉਹ ਉਹ ਕਰੀ ਹੁੰਦਾ ਹੈ ਬਹੁਤੇ ਲੋਕ ਇੰਜ ਵੀ ਕਰਨ ਲੱਗੇ ਨੇ ਮੇਰੇ ਕੋਲੇ ਪਿਛਲੇ ਮਹੀਨੇ ਕੇਸ ਆਇਆ ਇੱਕ ਕੁੜੀ ਬਹੁਤ ਮਾਤੜ ਪਰਿਵਾਰ ਦੀ ਕੁੜੀ ਸੀਗੀ ਲਵ ਮੈਰिज ਜੀ ਇਹ ਸੱਚ ਹੈ ਸੀਗੀ ਲਵ ਮੈਰिज ਬੱਚੀ ਕੋਲੇ ਤਿੰਨ ਜਵਾਕ ਵਿਆਹ ਹੋਏ ਨੂੰ 9 ਸਾਲ ਹੋ ਗਏ ਤੇ ਮੁੰਡਾ ਨਸ਼ੇੜੀ ਸੀਗਾ ਥੋੜਾ ਜਿਹਾ ਮਤਲਬ ਪਹਿਲਾਂ ਘੱਟ ਕਰਦਾ ਹੁਣ ਬਾਅਦੋਂ ਜ਼ਿਆਦਾ ਕਰਨ ਲੱਗ ਗਿਆ ਹੁਣ ਨਸ਼ਾ ਤਾਂ ਦੇਖੋ ਕਰਦਾ ਹੀ ਆ ਮੁੰਡਾ ਮੁੰਡਾ ਇਹ ਨਹੀਂ ਕਿ ਵਿਆਹ ਤੋਂ ਬਾਅਦ ਕਰਨ ਲੱਗਦਾ ਨਸ਼ਾ ਉਹ ਪਹਿਲਾਂ ਹੀ ਕਰਦਾ ਹੁੰਦਾ ਹੋ ਸਕਦਾ ਮਾਤਾ ਪਿਤਾ ਦੀ ਅੱਖੋਂ ਉੱਲੇ ਕਰਦਾ ਹੋਵੇ ਰਾਈਟ ਕਈ ਵਾਰੀ ਮਾਤਾ ਪਿਤਾ ਕਹਿੰਦੇ ਆ ਤੂੰ ਤੂੰ ਆਈਆਂ ਤੇਰੇ ਕਰਕੇ ਨਸ਼ਾ ਕਰਨ ਲੱਗ ਗਿਆ ਜਾਂ ਤੇਰੇ ਵਿਆਹ ਤੋਂ ਬਾਅਦ ਨਸ਼ਾ ਕਰਨ ਲੱਗ ਗਿਆ ਉਹ ਐਵੇਂ ਹੁੰਦਾ ਨਹੀਂ ਵਿਆਹ ਹੋਣ ਖਰ ਖਰ ਸੁਧਰ ਜਾਈ ਹਾਂ ਇਹ ਵੀ ਹੁੰਦਾ ਕੁੜੀ ਨੂੰ ਸਮਝ ਰਿਹਾ ਨਾ ਮਸ਼ੀਨ ਆ ਵੀ ਮੁੰਡਾ ਸਧਾਰਨ ਹੀ ਮਸ਼ੀਨ ਆ ਬਿਲਕੁਲ ਬਿਲਕੁਲ ਇਹ ਵੀ ਹੁੰਦਾ ਆ ਸੋ ਬੱਚੀ ਸਾਡੇ ਕੋਲ ਆਈ ਤਿੰ ਸਾਡੇ 7 ਸਾਲ 7 ਸਾਲ ਦਾ ਬੇਟਾ ਸੀਗਾ ਦੋ ਬੇਟੀਆਂ ਸੀਗੀਆਂ ਤਿੰਨੇ ਬੱਚੇ ਦੋ ਇੱਕ ਪਿੱਛੇ ਪਾਇਆ ਹੋਇਆ ਦੋ ਕੁਛੜ ਚੱਕੇ ਹੋਏ ਕੱਲੀ ਤੁਰੀ ਆਵੇ ਤੇ ਮੈਂ ਕੰਪਲੇਨਟ ਦਰਜ ਕੀਤੀ ਪਹਿਲਾਂ ਤਾਂ ਉਹ ਰੋਈ ਅੱਧਾ ਘੰਟਾ ਬੈਠ ਕੇ ਹਨਾ ਫਿਰ ਉਹਦਾ ਅਸੀਂ ਉਹਨੂੰ ਅਸੀਂ ਕਿਹਾ ਵੀ ਚਲ ਇਟਸ ਓਕੇ ਕੋਈ ਗੱਲ ਨਹੀਂ ਵੀ ਤੂੰ ਆਰਾਮ ਨਾਲ ਗੱਲ ਕਰ ਆਪਾਂ ਕਰ ਲਾਂਗੇ ਹੱਲ ਅੱਗੇ ਪਿੱਛੇ ਉਹਦਾ ਕੋਈ ਹੈ ਨਾ ਉਹਦਾ ਭਰਾ ਇਕੱਲਾ ਉਹ ਅਮਰਸਰ ਦਾ ਭਰਾ ਪਰ ਜਾਈ ਅੱਜਕੱਲ ਅਗਲਾ ਕਹਿੰਦਾ ਵੀ ਸਾਡੀ ਆਪਣੀ ਫੈਮਿਲੀ ਉਨਹੀਂ ਗਿਆ ਸੀ ਤੈਨੂੰ ਕਿੱਥੋਂ ਰੱਖ ਲਈ ਹੈ ਹਨਾ ਪਰਿਵਾਰ ਦੀਆਂ ਮਜਬੂਰੀਆਂ ਖਰਚਾ ਇੰਨਾ ਅੱਜਕੱਲ ਮਹਿੰਗਾਈ ਬਹੁਤ ਜ਼ ਅਸੀਂ ਉਹਦੇ ਇਨਲਾਇ ਫੈਮਿਲੀ ਨੂੰ ਬੁਲਾਇਆ ਲੋਕਲ ਜਲੰਧਰ ਦੇ ਸੀਗੇ ਮੈਂ ਬੁਲਾ ਲਿਆ ਕਾਗਜ਼ ਪੱਤਰ ਚੱਕੀ ਆਉਣ ਜੀ ਅਸੀਂ ਮੁੰਡਾ 3 ਸਾਲ ਤੋਂ ਬੇਦਖਲ ਕੀਤਾ ਹੋਇਆ ਜੀ ਮੈਂ ਕਿਹਾ ਤੁਸੀਂ 3 ਸਾਲ ਤੋਂ ਮੁੰਡਾ ਬੇਦਖਲ ਕੀਤਾ ਹੋਇਆ ਤਾਂ ਮੈਂ ਕਿਹਾ ਤੁਸੀਂ 3 ਸਾਲ ਤੋਂ ਫਿਰ ਨੂੰ ਕਰੋ ਕਿਉਂ ਨਹੀਂ ਕਰਦੀ ਤੁਸੀਂ ਨੂੰ ਮਹੀਨਾ ਪਹਿਲਾਂ ਕਰੋ ਕਿਉਂ ਗੱਡੀ ਹੈ ਠੀਕ ਹੈ ਤੁਸੀਂ ਦੱਸੋ ਮੈਨੂੰ ਕਹਿੰਦੀ ਮੈਡਮ ਸਾਡੇ ਦੋ ਦਾ ਖਰਚਾ ਚੱਕ ਨਹੀਂ ਹੁੰਦਾ ਮੈਂ ਕਿਹਾ ਜਦੋਂ ਬਰਾਤ ਲੈ ਕੇ ਗਈ ਸੀ ਵੀ ਆਉਣ ਗਏ ਸੀ ਮੈਂ ਕਿਹਾ ਉਦੋਂ ਤੁਸੀਂ ਸਾਰੇ ਵਿੱਚ ਇਨਵੋਲਵ ਸੀ ਹੁਣ ਮੈਂ ਕਿਹਾ ਤੁਹਾਡਾ ਮੁੰਡਾ ਕੱਲ ਦਾ ਗਲਤ ਹੈ ਤੁਸੀਂ ਦੱਸੋ ਵੀ ਤੁਹਾਡੀ ਨੂੰ ਚ ਕੋਈ ਕਮੀ ਹੈ ਮੈਂ ਕਹਿੰਦੀ ਨਹੀਂ ਜੀ ਕੋਈ ਕਮੀ ਤੁਹਾਡੀ ਨੂੰ ਮੈਂ ਕਿ ਗਾਰੀ ক্লোਜ਼ ਕਰਦੀ ਐ ਨਹੀਂ ਜੀ ਤੁਹਾਡੀ ਕੋਈ ਡਿਸਰੈਸਪੈਕਟ ਕੀਤੀ ਐ ਨਹੀਂ ਜੀ ਮੈਂ ਕਿ ਫਿਰ ਤੁਸੀਂ ਨੂੰ ਨੂੰ ਕਿਉਂ ਬਾਹਰ ਕੱਢ ਰਹੇ ਹੋ ਆ ਕਿ ਸਾਨੂੰ ਤਾਂ ਪਤਾ ਨਹੀਂ ਮੁੰਡਾ ਐ ਨੇ ਬਾਹਰ ਕੱਢਿਆ ਕਰੋ ਮੁੰਡੇ ਨਾਲ ਫੋਨ ਤੇ ਗੱਲਾਂ ਹੁੰਦੀਆਂ ਰੋਜ਼ ਕਹਿੰਦੀ ਮੈਡਮ ਹਰ ਹਰ ਰੋਜ਼ ਫੋਨ ਆਉਂਦਾ 15 15 20 ਮਿੰਟ ਨਾਲ ਗੱਲ ਕਰਦਾ ਮੇਰੀ ਨਾਨ ਨਾਲ ਗੱਲ ਕਰਦਾ ਸਾਰੇ ਨਾਲ ਗੱਲ ਕਰਦਾ ਸਿਰਫ ਮੇਰੇ ਨਾਲ ਨਹੀਂ ਕਰਦਾ ਮੇਰਾ ਨੰਬਰ ਬਲੌਕ ਕੀਤਾ ਵਯਾ ਅਮਰਸਰ ਕਿਸੇ ਹੋਰ ਕੁੜੀ ਨਾਲ ਰਹਿ ਰਿਹਾ ਜਾ ਕੇ ਮਾਂ ਪੇ ਉਹਨੂੰ ਬੇਦਖਲ ਕਰੀ ਬੈਠੇ ਦੇਖੋ ਕੁੜੀ ਤਿੰਨ ਬੱਚੇ ਲੈ ਕੇ ਕਿੱਥੇ ਜਾਵੇ ਉਹਨਾਂ ਨੂੰ ਡੇਟ ਦਿੱਤੀ ਹੋਈ ਅਗਲੇ ਮਹੀਨੇ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕਿਹਾ ਮੁੰਡਾ ਲੈ ਕੇ ਆਉ ਨਹੀਂ ਤਾਂ ਤੁਹਾਡੇ ਤੇ ਪਰਚਾ ਪਾਵਾਂਗੇ ਤੁਸੀਂ ਲੈ ਕੇ ਪੇਪਰ ਜਾ ਆ ਜਾਨੇ ਹੋ ਅਖਬਾਰ ਚ ਕਢਾਈ ਹੋਈ ਵੀ ਬੇਦਖਲ ਹੈ ਤੇ ਜਿਹੜੀ ਵਿਆਹ ਕੇ ਘਰੇ ਲਿਆਂਦੀ ਹੋਈ ਆ ਤਿੰਨ ਬੱਚੇ ਆ ਮੈਂ ਕਿਹਾ ਤੁਸੀਂ ਬੱਚੇ ਸਾਮ ਲੋ ਕੋਈ ਗੱਲ ਨਹੀਂ ਉਹ ਕਿਤੇ ਉਹਨੂੰ ਕਿਤੇ ਆਸ਼ਰਮ ਚ ਰਖਾ ਦਾਂਗੇ ਅਸੀਂ ਤੁਸੀਂ ਐਟਲੀਸਟ ਬੱਚੇ ਸਾਮੋ ਨਹੀਂ ਜੀ ਬੱਚੇ ਕਿਉਂ ਸਾਮੀਏ ਮੈਂ ਕਿਹਾ ਖੂਨ ਵੀ ਤੇਰੇ ਮੁੰਡੇ ਦਾ ਹੀ ਹੈ ਇਹਨਾਂ ਚ ਕਿਸੇ ਦਾ ਹੋਰ ਨਹੀਂ ਹੈਗਾ ਨਿਰਪਿਆ ਕਾਂਡ ਬਾਪਰ ਤੋਂ ਬਾਅਦ ਸਖੀ ਬਨ ਸਟਾਪ ਸੈਂਟਰ ਦੇ ਜ਼ਰੀਏ ਇੱਕ ਸੰਦੀਪ ਨਹੀਂ ਪਤਾ ਨਹੀਂ ਹਰ ਜਿਹੜੇ ਕਿੰਨੀਆਂ ਸੰਦੀਪਾਂ ਹੋਣਗੀਆਂ ਜਿਹੜੀਆਂ ਇਸ ਮਗਲੇ ਵੱਲ ਪਈਆਂ ਹੋਈਆਂ ਨੇ ਕਿੰਤੀਆਂ ਜ਼ਿੰਦਗੀ ਪੁੱਤਰਾਂ ਦੀ ਜ਼ਿੰਦਗੀ ਰਿਸ਼ਤੇ ਭਰੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਜਿਹੜੇ ਰੇਪ ਵੱਧ ਰਹੇ ਹੈ ਜਾਂ ਇੱਕ ਟਰਾਮਾ ਵਾਪਰ ਦੀਆਂ ਨੇ ਜਦੋਂ ਇਹਦੇ ਪਿਛਲੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹੁਣ ਕੁੜੀ ਜਾ ਰਹੀ ਹੈ ਰਾਤ ਨੂੰ ਠੀਕ ਹੈ ਜਿਵੇਂ ਹੁਣ ਮੈਂ ਪਹਿ전에 ਕਹੀ ਵੀ ਨਾ ਜਿਹੜੀਆਂ ਕੁੜੀਆਂ ਵਿਦੇਸ਼ ਗਈਆਂ ਹੋਈਆਂ ਨੇ ਮਨ ਨਾਲ ਮੁਲਾਕਾਤ ਕਰਦਾ ਜਦੋਂ ਮੈਂ ਇੱਕ ਲੜਕੀ ਦੀ ਇੰਟਰਵਿਊ ਕੀਤੀ ਤਾਂ ਉਹ ਲੜਕੀ ਕਹਿ ਰਹੀ ਸੀ ਇਹ ਜਦੋਂ ਮੈਂ ਕੈਨੇਡਾ ਚ ਤੁਰਦੀ ਆ ਨਾ ਰਾਤ ਨੂੰ 12 1 ਵਜੇ ਮੈਨੂੰ ਡਰ ਨਹੀਂ ਲੱਗਦਾ ਕਹਿੰਦੀ ਰਾਤ ਨੂੰ 1 ਵਜੇ ਮੇਰੀ ਸ਼ਿਫਟ ਹੁੰਦੀ ਹੈ ਕਹਿੰਦੀ 1 ਵਜੇ ਮੈਂ ਰੋਡ 메ਨ ਰੋਡ ਹੁੰਦਾ ਲੋਕ ਆਈ ਜਾਈ ਜਾ ਰਹੇ ਨੇ ਤੇ ਮੈਂ ਹੱਸਦੀ ਖੇਡਦੀ ਹੈਡਫੋਨ ਲਾ ਗਾਣੇ ਗਾਉਂਦੀ ਮੈਂ ਟੌਰ ਨਾ ਘਰੇ ਪਹੁੰਚ ਜਾਨੀ ਆ ਕਹਿੰਦੀ ਕੀ ਮੈਨੂੰ ਇਹ ਦੱਸੋ ਕੀ ਮੈਂ 1 ਵਜੇ ਇਥੇ ਤੁਰ ਸਕਦੀ ਆ ਇੰਡੀਆ ਚ ਦੱਸੋ ਮੈਨੂੰ ਕਹਿੰਦੀ ਇਹਦੇ ਪਿਛਲੇ ਕਾਰਨ ਕੀ ਨੇ ਕੁਝ ਗੱਲਾਂ ਸਾਹਮਣੇ ਆਉਂਦੀਆਂ ਹੋਣਗੀਆਂ ਮੇਰੇ ਕੋਲੇ ਜਿੰਨੇ ਕੁ ਹੁਣ ਤੱਕ ਦੇ ਕੇਸ ਆਏ ਨੇ ਲਗਭਗ 2-250 ਦੇ ਨੇੜੇ ਤੇੜੇ ਕੇਸ ਹੋਣਾ ਕੋਈ ਰੇਪ ਦਾ ਜੀ ਜਿਆਦਾ ਹੀ ਹੁਣ ਸ਼ਾਇਦ ਮੇਰੇ ਮੇਰੇ ਨਿੱਕ ਧਿਆਨ ਚ ਨੇ ਜੀ ਆ ਉਹਨਾਂ ਵਿੱਚ ਜਿਹੜੇ ਜ਼ਿਆਦਾਤਰ ਕੇਸ ਐ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਮਾਈਗ੍ਰੈਂਟ ਕਮਿਊਨਿਟੀ ਨਾਲ ਸੰਬੰਧਿਤ ਨੇ ਹਮ ਤਾਂ ਜਿਹੜੇ ਇਦਾਂ ਦੇ ਕੇਸ ਐ ਉਹਦੇ ਵਿੱਚ 60% ਜਿਹੜੇ ਰੇਪ ਕਰਨ ਵਾਲੇ ਐ ਉਹ ਆਂਡੀ ਗਵੰਡੀ ਆ ਉਹਨਾਂ ਦੇ ਜੋ ਕੀ ਇਨ ਕਰੋਗੇ ਤੁਸੀਂ 60% ਉਹਨਾਂ ਦੇ ਨੇਬਰਸ ਆ ਚਾਹੇ ਉਹ ਉਹਨਾਂ ਦੇ ਇਹ ਪਤਾ ਕੀ ਹੁੰਦਾ ਇਹਨਾਂ ਦਾ ਇਹ ਇੱਕ ਕਮਿਊਨਿਟੀ ਚ ਰਹਿੰਦੇ ਹੁੰਦੇ ਆ ਰਾਈਟ ਇੱਕ ਮਕਾਨ ਲੈ ਲਿਆ ਫਲੈਟ ਜੇ ਬਣੇ ਹੁੰਦੇ ਆ ਉਹਨਾਂ ਵਿੱਚ 25 25 30 30 ਕਮਰੇ ਹੁੰਦੇ ਆ ਕਮਰਿਆਂ ਚ ਹਰ ਇੱਕ ਕਮਰੇ ਚ ਇੱਕ ਪਰਿਵਾਰ ਰਹਿੰਦਾ ਹੁੰਦਾ ਜਾਂ ਇੱਕ ਫੈਮਿਲੀ ਰਹਿੰਦੀ ਆ ਦੋ ਕਮਰਿਆਂ ਚ ਇੱਕ ਫੈਮਿਲੀ ਰਹਿੰਦੀ ਆ ਤਾਂ ਮੋਸਟਲੀ ਜਿਹੜੇ ਨਾਲ ਵਾਲੇ ਕਮਰੇ ਦਾ ਬੰਦਾ ਹੁੰਦਾ ਜਾਂ ਕੋਈ ਜੈਂਟਸ ਪਰਸਨ ਹੁੰਦਾ ਉਹਦੀ ਨਿਗਾਹ ਹੁੰਦੀ ਹੈ ਵੀ ਇਹ ਪਰਿਵਾਰ ਚ ਕਿੱਦਾਂ ਦੇ ਬੱਚੇ ਐ ਇਹ ਪਰਿਵਾਰ ਦੇ ਘਰ ਦੇ ਕਿੰਨੇ ਵਜੇ ਬਾਹਰ ਜਾਂਦੇ ਐ ਕਿੰਨੇ ਵਜੇ ਪਤਾ ਹੀ ਹੁੰਦਾ ਉਹ ਨਾਲ ਦੇ ਨਾਲ ਦੇ ਘਰ ਵਾਲਿਆਂ ਨੂੰ ਸਭ ਪਤਾ ਹੁੰਦਾ ਸਾਡੇ ਘਰੇ ਕੌਣ ਆ ਰਿਹਾ ਕੌਣ ਜਾ ਰਿਹਾ ਸੋ 60% ਜਿਹੜੇ ਰੇਪ ਹੋਏ ਐ ਨਾ ਬੱਚਿਆਂ ਨਾਲ ਉਹ ਉਹਨਾਂ ਨੇ ਕੀਤੇ ਐ ਨੇਬਰਸ ਨੇ ਤੇ 20% ਜਿਹੜੇ ਹੈਗੇ ਐ ਉਹ ਰਿਸ਼ਤੇਦਾਰਾਂ ਦੇ ਐ ਮੇਰੇ ਕੋਲ ਇੱਕ ਕੇਸ ਆਇਆ ਸੀ 2 ਸਾਲ ਪਹਿਲਾਂ ਦੀ ਗੱਲ ਐ ਉਹਦੇ ਵਿੱਚ ਮਾਨਯੋਗ ਜੱਜ ਸਾਹਿਬ ਵੀ ਇਨਵੋਲਵ ਹੋਏ ਸੀਗੇ ਬੱਚੀ ਸੀਗੀ 15 ਤੋਂ 16 ਸਾਲ ਦੀ ਬਹੁਤ ਸੋਹਣੀ ਸੀ ਕੁੜੀ ਬਹੁਤ ਹਾਈ ਫਾਈ ਫੈਮਲੀ ਦਾ ਕੇਸ ਆ ਹਾਈ ਪ੍ਰੋਫਾਈਲ ਕੇਸ ਆ ਇਹ ਕੁੜੀ ਦੇ ਮਾਮੇ ਨੇ ਕੁੜੀ ਨਾਲ ਰੇਪ ਕੀਤਾ ਸਕੇ ਮਾਮੇ ਨੇ ਹਮ ਤੇ ਕੋਈ ਅੱਛੀ ਪੋਸਟ ਤੇ ਸੀ ਬੰਦਾ ਕੋਈ ਮਿਲਟਰੀ ਚ ਅੱਛੀ ਪੋਸਟ ਤੇ ਬੰਦਾ ਸੀਗਾ ਉਹ ਕੁੜੀ ਗੁਰਦਾਉਂ ਸਾਈਡ ਤੇ ਆਪਣੇ ਪੇਕੇ ਮੰਮ ਆ ਉਹਦੀ ਮਾਂ ਆਪਣੇ ਪੇਕੇ ਰਹਿੰਦੀ ਸੀ ਚਲ ਗਈ ਸੀਗੀ ਉਹਦਾ ਹਸਬੰਡ ਵੀ ਜੌਬ 'ਚ ਸੀਗਾ ਉਹ ਵੀ ਕੋਈ ਮਿਲਟਰੀ 'ਚ ਜੌਬ ਕਰਦਾ ਸੀ ਉਹ ਉੱਥੇ ਗਈ ਹੋਈ ਸੀ ਕੁਝ ਟਾਈਮ ਲਈ ਜੀ ਉੱਥੇ ਉਹਦੇ ਮਾਮੇ ਨੇ ਉਹਦੇ ਨਾਲ ਇਹ ਚੀਜ਼ ਕੀਤੀ ਤੇ ਤਾਂ ਬੱਚੀ ਨੂੰ ਡਰਾ ਬੱਚੀ ਬਹੁਤ ਸੈਂਸਿਟਿਵ ਸੀ ਬਹੁਤ ਜ਼ਿਆਦਾ ਸੈਂਸਿਟਿਵ ਸੀ ਕੁੜੀ ਨੂੰ ਡਰਾਤਾ ਤੇ ਉਹਦੀ ਮਾਂ ਦੋ ਕੁ ਮਹੀਨੇ ਉਹਨੇ ਨੋਟ ਕੀਤਾ ਉਹ ਕਹਿੰਦੀ ਵੀ ਤੈਨੂੰ ਕੀ ਹੋ ਗਿਆ ਵੀ ਤੇਰੀ ਸਿਹਤ ਠੀਕ ਹੈ ਉਹ ਸਿਆਣੀ ਸਮਝਦਾਰ ਪੜੀ ਲਿਖੀ ਮਦਰ ਬੱਚੀ ਕਹਦਾ ਘਰੇ ਨਹੀਂ ਮम्मा ਮੈਂ ਠੀਕ ਆ ਹਨਾ ਨਹੀਂ ਮम्मा ਮੈਂ ਵੈਸੇ ਹੀ ਥੋੜਾ ਉੱਧੇ ਹੀ ਹਨਾ ਮੈਂ ਸਕੂਲ ਜਾਣੀ ਆ ਜਾਂ ਇਦਾਂ ਬੱਚੀ ਨੇ ਦੱਸਿਆ ਨਹੀਂ ਉਹਨੂੰ ਮੈਨੂੰ ਲੱਗਦਾ 6.5 ਮਹੀਨੇ 6 5.5 6 ਮਹੀਨੇ ਦੀ ਗੱਲ ਬੱਚਾ ਕੁੜੀ ਦਾ ਪੇਟ ਬਾਹਰ ਆਉਣ ਲੱਗ ਗਿਆ ਤੇ ਮਦਰ ਨੂੰ ਡਾਊਟ ਹੋ ਗਿਆ ਮਦਰ ਉਹਨੂੰ ਸਿਵਲ ਹਸਪੀਟਲ ਚ ਦਿਖਾਉਣ ਲਈ ਆਈ ਡਾਕਟਰ ਨੇ ਕਿਹਾ ਸ਼ੀ ਇਸ ਪ੍ਰੈਗਨੈਂਟ ਉਹਦੀ ਮਦਰ ਚੱਕਰ ਕਾ ਕੇ ਉੱਥੇ ਡਿੱਗ ਗਈ ਡਾਕਟਰ ਨੇ ਕਾਲ ਕੀਤਾ ਕਿ ਸੰਦੀਪ ਆਓ ਕਿ ਅਰਜੈਂਟ ਕੇਸ ਆ ਮੈਂ ਚਲੀ ਗਈ ਮੈਂ ਲਿਆ ਆਂਦਾ ਨਾ ਮਾਂ ਤੀ ਨੂੰ ਦੋਵਾਂ ਨੂੰ ਪਾਣੀ ਪੂਣੀ ਪਿਆਇਆ ਬਹੁਤ ਰੋਈ ਉਹ ਕੈਂਦੀ ਪਤਾ ਨਹੀਂ ਕੀ ਹੋ ਗਿਆ ਮੈਡਮ ਇਦਾਂ ਉਦਾਂ ਹਨਾ ਫਿਰ ਮੈਂ ਫਿਰ ਬੱਚੀ ਨੂੰ ਮੈਂ ਕਿਹਾ ਤੁਸੀਂ ਆਪਣੀ ਬੜੀ ਬੇਟੀ ਨੂੰ ਪੁੱਛੋ ਫਿਰ ਉਹਨੇ ਆਪਣੀ ਬੇਟੀ ਨੂੰ ਪੁੱਛਿਆ ਸ਼ੀ ਸੈਡ ਕਿ ਮਾਮਾ ਨੇ ਮੇਰੇ ਸਾਥ ਐਸਾ ਕੀਤਾ ਥੈਨ ਆਈ ਸੈਡ ਕਿ ਕਿੰਨੇ ਮਤਲਬ ਤੁਹਾਡੇ ਨਾਲ ਤੁਹਾਡੇ ਮਾਮਾ ਜੀ ਨੇ ਕਿੰਨੇ ਵਾਰ ਤੁਹਾਨੂੰ ਤੰਗ ਕੀਤਾ ਸ਼ੀ ਸੈਡ ਕਿ ਮੈਨੂੰ 4-5 ਦਿਨ ਉਹਨੇ ਮੇਰੇ ਨਾਲ ਇਦਾਂ ਮਤਲਬ ਕੀਤਾ ਔਰ અ મે મેને બોલા ભી ઉનકો કે મેકો મતલબ ના કરો પેન હે યે હે મતલબ કુ બચ્ચી ને ક્યા હોના કુછ ના કુછ મે રોઈ ભી થી ઉસને કેંદી મેરે મુહ પે એસે હાથ રખ લિયા થા સબ કુછ દસયા ઉને ਔਰ शी सेड की अगर तू ने मम्मा को बता दिए तो आई विल किल हर હિન્દી ઇંગ્લિશ બોલતી સચ્ચે અચ્છે સ્કૂલ ચ પડી કુડી આઈ विल किल हर આઈ વિલ કિલ યોર ફાધર ઓલસો હના આઈ વિલ કિલ યુ ઓલસો ਤੋ ਉਹਦੀ ਮਦਰ ਕਹਿੰਦੀ ਮੈਂ ਕਹਾਂ ਵੀ ਕੰਪਲੇਨਟ ਕਰੋ ਚਲੋ ਮੈਂ ਕਹਾਂ ਵੀ ਮੈਂ ਬੱਚੀ ਦੀ ਕੰਪਲੇਨਟ ਨੂੰ ਪ੍ਰਸੀਡ ਕਰਦੀ ਆ ਵੀ ਤੁਸੀਂ ਸਪੋਰਟ ਕਰੋ ਕਾਈਂਡਲੀ ਹਣਾ ਕਿਉਂਕਿ ਬਿਆਨ ਤਾਂ ਮਾਤਾ ਨੇ ਬਿਆਨ ਮਾਤਾ ਦੇ ਬਿਹਫਤ ਹੀ ਕੰਪਲੇਨਟ ਦਰਜ ਹੋਣੀ ਸੀ ਐਫ ਆਈ ਆਰ ਬੱਚੀ ਤਾਂ 18 ਸਾਲ ਤੋਂ ਘਟੇ ਆ ਸੋ ਨਹੀਂ ਜੀ ਕਹਿੰਦੀ ਮੈਂ ਨਹੀਂ ਕਰਨੀ ਤਰਖਾਸਤ ਕਹਿੰਦੀ ਮੇਰੀ ਇੱਜ਼ਤ ਦਾ ਸਵਾਲ ਹੈ ਮੈਂ ਕਹਾਂ ਤੇਰੀ ਸਵਾਂ ਇੱਜ਼ਤ ਹੈ ਮਾਤਾ ਇਹ ਤੇ ਤੇਰੀ ਕੁੜੀ ਹੈ ਜਿਹਦੀ ਇੱਜ਼ਤ ਓਬਵੀਅਸਲੀ ਖਰਾਬ ਹੋ ਗਈ ਮੈਂ ਕਹਾਂ ਇਹਦੇ ਪੇਟ 'ਚ ਬੱਚਾ 6 ਮਹੀਨੇ ਦਾ ਵਾਸ਼ ਨੇ ਦਾ ਹੋਣਾ ਨਹੀਂ ਤੈਨੂੰ ਬੱਚਾ ਜਨਮ ਦੇਣਾ ਪੈਣਾ ਬੱਚੇ ਨੂੰ ਮੈਂ ਕਹਾਂ ਉ ਤੁਸੀਂ ਯਕੀਨ ਕਰੋਗੇ 3-4 ਦਿਨ ਅਸੀਂ ਉਹਨੂੰ ਬੁਲਾ ਕੇ ਬੀਪੀ ਦੀ ਕਾਉਂਸਲਿੰਗ ਕੀਤੀ ਫਿਰ ਮੈਂ ਜੱਜਮੂਰੇ ਲੈ ਕੇ ਗਈ ਫਿਰ ਜੱਜ ਨੇ ਉਹਦੀ ਕਾਉਂਸਲਿੰਗ ਕੀਤੀ ਜੈਨਸ ਸੀਗੇ ਸਰ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਸਮਝਾਇਆ ਫਿਰ ਉਹਨਾਂ ਨੇ ਐਫਆਈਆ ਦਰਜ ਕਰਾਈ ਐਫਆਈਆ ਦਰਜ ਕਰਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ 'ਚ ਉਹਨੇ ਵਕੀਲ ਕਰ ਲਿਆ ਬੰਦੇ ਨੇ ਆਪਣਾ ਫਿਰ ਅਸੀਂ ਹਾਈ ਕੋਰਟ 'ਚ ਚੈਲੰਜ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਪਰਮਿਸ਼ਨ ਲਈ ਬੱਚੇ ਦੀ ਵੀ ਚਲੋ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਬਾਈ ਚਾਂਸ ਹੋਣੀ ਮਿਲੀ ਹੈਗੀ ਫਿਰ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਬੇਟਾ ਹੋਇਆ ਸੀ ਉਹਦੇ ਔਰ ਉਹ ਬੇਟੇ ਨੂੰ ਫਿਰ ਬਾਲ ਪਲਾਈ ਕਮੇਟੀ ਚ ਉਥੇ ਉਹਨਾਂ ਨੂੰ ਹੈਂਡਓਵਰ ਕੀਤਾ ਅਡਾਪਸ਼ਨ ਚ ਪਾਇਆ ਵੀ ਕਿਸੇ ਦੇ ਚਲੋ ਕਿਸ ਦਾ ਕੋਈ ਲੈ ਜਾਊਗਾ ਉਸ ਤੋਂ ਬਾਅਦ ਪਾਰਟੀ ਨੂੰ ਕਿਹਾ ਗਿਆ ਵੀ ਤੁਸੀਂ ਇਹਨੂੰ ਕੋਰਟ ਨੂੰ ਅੱਗੇ ਜਾ ਕੇ ਹਾਈ ਕੋਰਟ ਚ ਤੁਸੀਂ ਇਹਨੂੰ ਲੜੋ ਬਟ ਉਹਨਾਂ ਨੇ ਗਿਵ ਅਪ ਕਰਤਾ ਅਸੀਂ ਇੰਨੀ ਮਿਹਨਤ ਕੀਤੀ ਉਸ ਕੇਸ ਤੇ ਘਟੋ ਘਟ ਮੈਂ 4 ਮਹੀਨੇ ਉਸ ਕੇਸ ਦੇ ਮੈਂ ਜਿੰਦਗੀ ਕਰੀ ਸਮਾਜਿਕ ਜ਼ਿੰਦਗੀ ਦੀ ਮੈਨੂੰ ਯਾਦ ਆ ਗਈ ਗੱਲ ਮੇਰੇ ਇੱਕ ਮਿੱਤਰ ਐ ਉਹਦੀ ਕਾਲ ਆਉਂਦੀ ਕੁਝ ਸਾਲ ਪਹਿਲਾਂ ਕਹਿੰਦਾ ਯਾਰ ਸਖੀ ਕੁੜੀ ਐ ਹੂੰ ਮੁੰਡਾ ਦੇਖੋ ਰਿਸ਼ਤਾ ਕਰਾਉਣਾ ਉਹਨੇ ਮੈਨੂੰ ਦੱਸਦੀ ਗੱਲ ਵੀ ਉਹਦੇ ਨਾਲ ਕਦੇ ਅਖਵਾਰਾਂ 'ਚ ਸੁਰਖੀ ਬਣੀ ਸੀ ਉਹ ਕੁੜੀ ਯਾਰ ਉਹਦੇ ਨਾਲ ਰੇਪ ਹੋਇਆ ਸੀ ਇਹਨਾਂ ਲੜਕੀਆਂ ਦੀ ਜ਼ਿੰਦਗੀ ਜਦੋਂ ਇਹ ਜੇ ਕੁਝ ਹੋ ਜਾਂਦਾ ਹੁਣ ਵਿਵਤਾ ਜ਼ਿੰਦਗੀ ਦਾ ਕੰਮ ਮਾਂ ਪਿਓ ਨੇ ਸ਼ੁਰੂ ਕਰਨੀ ਕਰਨੀ ਕੀ ਕਰਨਾ ਚਾਹੀਦਾ ਜਾਂ ਇਹ ਕਿਸੇ ਚੋ ਲੜਕੀਆਂ ਦਾ ਹੁੰਦਾ ਕੀ ਐ ਹੁਣ ਜਦੋਂ ਅੱਜ ਕੱਲ ਤਾਂ ਇਹ ਤਾਂ ਬਹੁਤ ਵੱਡੀ ਗੱਲ ਹੈ। ਠੀਕ ਹੈ ਬਹੁਤ ਵੱਡੀ ਗੱਲ ਹੈ ਤਾਂ। ਹੂੰ ਹੂੰ। ਫ੍ਰਿਜੀਆਂ ਕਿਸ ਚ ਹੁੰਦਾ ਕਿ ਸਾਡਾ ਤਾਂ ਪਾਨੀ ਮਰ ਜਿਵੇਂ ਕਹਿੰਦੇ ਨੇ। ਸਾਡੇ ਤਾਂ ਜ਼ਮੀਨ ਪ੍ਰਾਪਰਟੀ ਰੰਗ ਗੂਰੂਪ ਨਸਲ ਇਹ ਚੀਜ਼ਾਂ ਦੇ ਪੰਗੇ ਪੈਂਦੇ ਨੇ। ਜਾਤ ਗੋਤ ਇਹ ਚੀਜ਼ਾਂ ਦੇ ਪੰਗੇ ਪੈਂਦੇ ਨੇ। ਪਰ ਜਦੋਂ ਐਡੀ ਵੱਡੀ ਘਟਨਾ ਵਾਪਰੀ ਹੁੰਦੀ ਹੈ ਫਿਰ ਉਹ ਲੜਕੀਆਂ ਨੂੰ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਕਿਸੇ ਲੜਕੇ ਨਾਲ ਕੀ ਕੀਤਾ ਜਾਂਦਾ ਉਹਨਾਂ ਦੀ ਸਮਾਜੀ ਜ਼ਿੰਦਗੀ ਨੂੰ ਧਿਆਨ ਚ ਰੱਖਦੇ ਹੋਏ। ਕੀ ਸਾਹਮਣੇ ਹੁੰਦਾ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਅ ਜਦੋਂ ਇਦਾਂ ਦਾ ਕੋਈ ਕੇਸ ਹੁੰਦਾ ਹੈ ਬੇਸਿਕਲੀ ਚਲੋ ਪੇਰੈਂਟਸ ਨੂੰ ਬੱਚੇ ਨੂੰ ਮੈਂਟਲੀ ਸਪੋਰਟ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਨਾ ਜਦੋਂ ਕਿਸੇ ਕੁੜੀ ਨਾਲ ਇਦਾਂ ਦੀ ਘਟਨਾ ਵਾਪਰਦੀ ਹੈ ਸੁਸਾਈਡ ਵੀ ਹੋ ਸਕਦੀ ਹੈ ਹਨਾ ਉਹ ਬੱਚੀ ਕਦੇ ਗਲਤ ਕਦਮ ਚੱਕ ਸਕਦੀ ਹੈ ਸੁਸਾਈਡ ਕਰ ਸਕਦੀ ਹੈ ਜਾਂ ਉਹਦੇ ਦਿਮਾਗ ਤੇ ਇੰਨਾ ਕੁ ਜ਼ਿਆਦਾ ਬੋਝ ਪੈ ਗਿਆ ਉਹ ਮੈਂਟਲੀ ਅਪਸਰਟ ਵੀ ਹੋ ਸਕਦੀ ਹੈ ਤਾਂ ਕਈ ਵਾਰੀ ਬੱਚਿਆਂ ਦਾ ਹੁੰਦਾ ਨਾ ਵੀ ਉਹ ਇੰਨਾ ਕੁ ਜ਼ਿਆਦਾ ਸਟ्रेस ਲੈ ਜਾਂਦੇ ਪੂਰੀ ਲਾਈਫ ਉਹ ਉਸ ਆਪਣੀ ਸੋਚਨ ਸ਼ਕਤੀ ਤੋਂ ਵੀ ਚੱਲ ਜਾਂਦੀ ਹੈ ਸੋ ਚਾਹੇ ਉਹ ਕੁੜੀ ਦੀ ਸਹਿਮਤੀ ਨਾਲ ਹੋਇਆ ਚਾਹੇ ਉਹ ਕੁੜੀ ਨਾਲ ਧੱਕੇ ਨਾਲ ਹੋਇਆ ਚਲੋ ਕਿਸੇ ਨਾਲ ਹੋ ਗਿਆ ਮੈਂ ਇਸ ਚੀਜ਼ ਤੇ ਕਮੈਂਟ ਨਹੀਂ ਕਰਦੀ ਕੰਮ ਗਲਤ ਹੈ ਗਲਤੀ ਕਹੂੰਗੀ ਹਨਾ ਕਿ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਬੱਚੀ ਨਾਲ ਕਿਸ ਨਾਲ ਕੋਈ ਮਾੜੀ ਇਨਸੀਡੈਂਟ ਹੋ ਗਿਆ ਤਾਂ ਪੇਰੈਂਟਸ ਨੂੰ ਸਪੋਰਟ ਕਰਨਾ ਚਾਹੀਦਾ ਉਸ ਚੀਜ਼ ਨੂੰ ਬੱਚੀ ਨੂੰ ਸਮਝਾਉਣਾ ਚਾਹੀਦਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਬੇਟੇ ਕੋਈ ਗੱਲ ਨਹੀਂ ਗਲਤੀ ਸੀ ਹੋ ਗਈ ਹੈ ਜਾਂ ਤੇਰੀ ਕਿਸਮਤ ਸੀ ਤੇਰੇ ਨਾਲ ਮਾੜਾ ਹੋ ਗਿਆ ਵੀ ਤੂੰ ਗਿਵ ਅਪ ਨਹੀਂ ਕਰਨਾ ਉਹਨੂੰ ਪ੍ਰੋਪਰ ਐਜੂਕੇਸ਼ਨ ਦਿਓ ਠੀਕ ਹੈ ਉਹਨੂੰ ਮੈਂਟਲੀ ਸਪੋਰਟ ਕਰੋ ਉਹਦੇ ਉਹਦੀ ਕੇਅਰ ਵਾਸਤੇ ਉਹਦੇ ਨਾਲ ਦਿਨ ਰਾਤ ਗੱਲ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਸਾਡਾ ਬੱਚਾ ਠੀਕ ਹੈ ਸੁਰੱਖਿਆ ਤੇ ਰਾਈਟ ਤਾਂ ਇਸ ਤੋਂ ਇਲਾਵਾ ਉਹਨੂੰ ਅੱਛੇ ਮਾਹੌਲ 'ਚ ਰੱਖੋ ਬੱਚੇ ਨੂੰ ਅੱਛੇ ਪਰਿਵਾਰਕ ਮਾਹੌਲ 'ਚ ਰੱਖੋ ਉਹਦੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਉਹਦੇ ਨਾਲ ਥੋੜਾ ਮੋਟਾ ਉਹਦਾ ਟਾਈਮ ਸਪੈਂਡ ਕਰਾਉਣਾ ਸ਼ੁਰੂ ਕਰਨਾ ਚਾਹੀਦਾ ਹਨਾ ਜਦੋਂ ਬੱਚੀ ਦਾ ਕਿਤੇ ਵਿਆਹ ਕਰਨਾ ਹੋਵੇ ਜਾਂ ਵੈਸੇ ਹਜੇ ਬੱਚੀਆਂ ਜਿਨ੍ਹਾਂ ਨਾਲ ਰੇਪ ਹੋਏ ਨੇ ਹਜੇ ਤੱਕ ਉਹਨਾਂ 'ਚੋਂ ਸਿਰਫ ਦੋ ਕੁੜੀਆਂ ਦਾ ਵਿਆਹ ਹੋਇਆ ਮੈਂ ਕਿਉਂਕਿ ਸਾਡਾ ਫਾਲੋਅ ਅਪ ਚੱਲਦਾ ਰਹਿੰਦਾ ਲਗਾਤਾਰ ਅਸੀਂ ਹਰ ਮਹੀਨੇ 2 ਮਹੀਨੇ ਬਾਅਦ ਪੁਰਾਣੇ ਕੇਸਾਂ ਨੂੰ ਫੋਨ ਕਰਦੇ ਆ ਮੇਰੇ ਕੋਲ ਚਾਹੇ ਹੁਣ 2000 ਕੇਸ ਹੈ 2000 ਚੋਂ 1900 ਕੇਸਾਂ ਨੂੰ ਸੀ ਹਰ ਮਹੀਨੇ ਬਾਅਦ ਜਦੋਂ ਨੰਬਰ ਆਉਂਦਾ ਰਹਿੰਦਾ ਨਾ ਮਹੀਨੇ 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 ਬਾਅਦ ਅਸੀਂ ਫਾਲੋਅ ਅਪ ਲੈਂਦੇ ਰਹਿੰਦੇ ਆ ਉਹਨਾਂ ਵਿੱਚੋਂ ਸਿਰਫ 2-3 ਕੁੜੀਆਂ ਦੇ ਵਿਆਹ ਹੋਇਆ ਉਹ ਵੀ ਪੇਰੈਂਟਸ ਨੇ ਅਦਰ ਸਟੇਟ ਚ ਕੀਤੇ ਆ ਫਾਰ ਇਗਜ਼ਾਮਪਲ ਪੰਜਾਬ ਚ ਰਹਿੰਦੀਆਂ ਨੇ ਉਹਨਾਂ ਨੇ ਕਿਸੇ ਨੇ ਬਿਹਾਰ ਜਾ ਕੇ ਕਰਤਾ ਕਿਸੇ ਨੇ ਯੂਪੀ ਜਾ ਕੇ ਕਰਤਾ ਕਿਉਂਕਿ ਇੱਧਰ ਪਤਾ ਵੀ ਹੋਣਾ ਨਹੀਂ ਹੈਗਾ ਉਸ ਚੀਜ਼ ਨੂੰ ਹਾਈਡ ਕਰਕੇ ਸੋ ਇੱਕ ਦੋ ਕੇਸ ਜਿਹੜੇ ਰਿਲੇਟਿਵ ਨੇ ਕੀਤੇ ਸੀ ਇੱਕ ਕੁੜੀ ਦਾ ਰੇਪ ਕੀਤਾ ਸੀ ਉਹਦੇ ਭਰਾ ਨੇ ਦਾ ਮਤਲਬ ਜਦੋਂ ਤੁਸੀਂ ਗੁਆਣਡ ਦੀ ਗੱਲ ਕੀਤੀ ਐ ਤਾਂ ਵੀ ਜਦੋਂ ਗੁਆਣਡ ਤਾਂ ਚੱਲ ਹਜੇ ਨੈਕਸਟ ਪਾਰਟ ਆ ਮਾਮੇ ਦੇ ਮਾਮਾ ਤਾਂ ਸਾਡਾ ਆਪਣਾ ਹੋ ਗਿਆ ਚਾਚੇ ਦੇ ਮੁੰਡੇ ਨੇ ਰੇਪ ਕਰਤਾ ਸਾਡਾ ਆਪਣਾ ਹੋ ਗਿਆ ਗੁਆਣਡ ਰਿਸ਼ਤੇ ਤਾਂ ਦੂਰੋਂ ਆ ਕੇ ਹੈ ਨਾ ਸਾਡੇ ਆਪਣੇ ਰਿਸ਼ਤੇ ਗੁਆਣਡ ਸਾਡਾ ਆਲਾ ਦਵਾਲਾ ਹੁੰਦਾ ਇਹਦਾ ਮਤਲਬ ਸਾਡੀ ਉੱਥੇ ਤਾਰ ਜੁੜਦੀ ਜਾ ਕੇ ਵੀ ਸੰਯੁਕਤ ਪਰਿਵਾਰਾਂ ਨੂੰ ਜਿੱਥੇ ਸੀ ਗੁਆਇਆ ਜਿੱਥੇ ਸਾਡੇ ਚਾਚੇ ਤਾਏ ਭੈਣ ਭਰਾ ਸਾਡੇ ਆਲਾ ਦਵਾਲੇ ਇੱਕ ਜੁਆਇੰਟ ਇੱਕ ਵੱਡਾ ਪਰਵਾਜ ਮੈਂਬਰ ਹੋਣਾ ਦਾਦਾ ਜਾਂ ਵੱਡਾ ਹੈਨਾ ਵੱਡੇ ਪਾਪਾ ਜਿਵੇਂ ਹੁੰਦੇ ਨੇ ਸਾਡੇ ਡਰ ਹੁੰਦਾ ਸੀ ਕਾਲੇ ਦੋਲੇ ਦਾ ਬਿਲਕੁਲ ਬੱਚਿਆਂ ਨੂੰ ਵੀ ਭੈਣ ਭਰਾਵਾਂ ਨੂੰ ਸਰਾਂ ਨੂੰ ਵੀ ਇਹਦਾ ਮਤਲਬ ਅਸੀਂ ਉਹ ਚੀਜ਼ਾਂ ਗੁਆਈਆਂ ਨੇ ਤਾਂ ਅਸੀਂ ਉਹਦੇ ਨਤੀਜੇ ਭੁਗਤ ਰਹੇ ਹਾਂ ਕਿਉਂਕਿ ਅਗਲੇ ਨੂੰ ਪਤਾ ਹੈ ਮਾਂ ਪਿਓ ਕੱਲੇ ਐ ਮਾਂ ਪਿਓ ਨੇ ਕੰਮ ਤੇ ਚਲੇ ਜਾਣਾ ਘਰੇ ਕੋਈ ਹੈ ਨਹੀਂ ਬੱਚੇ ਐ ਜੋ ਮਰਜ਼ੀ ਕਰੀ ਜਾਓ ਜਿਹੜੀਆਂ 12 12 13 13 ਸਾਲ ਦੀ ਕੁੜੀਆਂ ਨੂੰ ਰੇਪ ਹੋ ਰਿਹਾ ਉਹਨਾਂ ਦਾ ਕਾਰਨ ਹੀ ਇਹ ਆ ਉਹਨਾਂ ਦੇ ਘਰੇ ਕੋਈ ਹੁੰਦਾ ਹੀ ਨਹੀਂ ਹੈਗਾ ਕੋਈ ਟੌਫੀ ਦਾ ਲਾਲਚ ਦੇ ਕੇ ਲਿਆ ਜਾਂਦਾ ਕੋਈ ਚਾਕਲੇਟ ਦਾ ਲਾਲਚ ਦੇ ਕੇ ਲਿਆ ਜਾਂਦਾ ਕੋਈ ਉਹਦਾ ਕਹਿਨਾਂਦਾ ਮੈਂ ਤੇਰਾ ਅੰਕਲ ਆਇਆ ਤੈਨੂੰ ਚੀਜ਼ ਦਿਵਾ ਲਿਆ ਮੈਂ ਇਹਹੀ ਇਹਹੀ ਹਿਸਟਰੀ ਵਿੱਚ ਇਹ ਹੀ ਕੁਝ ਚੀਜ਼ ਸੁਣਨ ਨੂੰ ਮਿਲਦਾ ਸਾਨੂੰ ਜਦੋਂ ਐਫ ਆਈ ਆਰ ਦਰਜ ਕਰਾਉਨੇ ਆ ਬੱਚੇ ਸਾਨੂੰ ਇਹ ਹੀ ਦੱਸਦੇ ਆ ਬੱਚਿਆਂ ਦੇ ਪੇਰੈਂਟਸ ਇਹ ਹੀ ਦੱਸਦੇ ਆ ਕਿ ਬਹਿਲਾਫ ਉਸਲਾ ਕੇ ਲੈ ਗਿਆ ਟੌਫੀ ਟੌਫੀ ਲੈ ਕੇ ਰਹੀ ਥੀ ਆਜੂ ਬੱਚੇ ਤੈਨੂੰ ਕੁਝ ਹੋਰ ਲੈਦਾ ਚਾਕਲੇਟ ਆ ਕੇ ਰਹੀ ਥੀ ਕੁਝ ਹੋਰ ਲੈਦਾ ਆਹ ਇਟੰਦ ਬੱਚੇ ਤਾਂ ਪਿੱਛੇ ਲੱਗ ਜਾਂਦੇ ਬੱਚੇ ਦਾ ਬੱਚੇ ਆ ਉਹਨਾਂ ਨੂੰ ਥੋੜੀ ਪਤਾ ਵੀ ਇਹ ਇਹਦੀ ਨੀਤ ਮੇਰੇ ਲਈ ਗਲਤ ਹੈ ਹਨਾ ਇਹ ਨਾ ਸਾਈਕੋ ਹੈ ਇਹ ਲੋਕ পাগল ਲੋਕ ਨੇ ਜਿਹੜਾ ਇਹ ਕੁਛ ਕਰਦੇ ਆ ਇਹ ਜੋ ਵੀ ਬੰਦਾ ਕਰਦਾ ਨਾ ਇਹ ਉਹਨਾਂ ਦੀ ਸਾਈਕੋਲੋਜੀ ਇਦਾਂ ਦੀ ਹੈ ਵੀ ਉਹਨਾਂ ਦੀ ਦਿਮਾਗੀ ਜ� ਤਾਂ ਮੈਨੂੰ ਲੱਗਦਾ ਵੀ ਦਿਮਾਗੀ পাগল ਨੇ ਪੈਦਲ ਨੇ ਉਹ ਲੋਕ ਜਾਂ ਫਿਰ ਉਹ ਕਿਸ ਤਰ੍ਹਾਂ ਦਾ ਕੋਈ ਨਸ਼ਾ ਨੁਸ਼ਾ ਕਰਦੇ ਆ ਜਿਨ੍ਹਾਂ ਨੂੰ ਇਹ ਇਹ ਨਹੀਂ ਰਹਿੰਦਾ ਵੀ ਮੈਂ ਇੱਕ ਬੱਚੀ ਨਾਲ ਗਲਤ ਕੰਮ ਕਰ ਰਹੀ ਹਾਂ ਠੀਕ ਹੈ ਨਾ ਸੋ ਵੀ ਮੈਨੂੰ ਤਾਂ ਇਹੀ ਕਹਿਣਾ ਚਾਹੀਦਾ ਵੀ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੁਸੀਂ ਉਹਨਾਂ ਨੂੰ ਜੇ ਬਾਈਚੰਦ ਇਕੱਲੇ ਛੱਡ ਕੇ ਵੀ ਜਾ ਰਹੇ ਹੋ ਜਦ ਤੱਕ ਘਰੇ ਕੈਮਰੇ ਕਮਰੇ ਲਵਾਓ ਦੀ ਉਹਦੀ ਕੈਮਰਿਆਂ ਦੀ ਰਿਕਾਰਡਿੰਗ ਕਰਵਾਓ ਪ੍ਰੋਪਰ ਆਪਣੇ ਫੋਨ 'ਚ ਉਹਨੂੰ ਘੰਟੇ ਦੋ ਦੋ ਘੰਟੇਾਂ ਬਾਅਦ ਕ੍ਰੋਸ ਚੈੱਕ ਕਰਦੇ ਰਹੋ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਸਾਡਾ ਬੱਚਾ ਸੇਫ ਹੈ ਜਾਂ ਫਿਰ ਘਰੇ ਕੋਈ ਕੰਮ ਵਾਲੀ ਕੋਈ ਆਪਣਾ ਕੋਈ ਕੋਈ ਇਦਾਂ ਦਾ ਚੀਜ਼ ਰੱਖੋ ਵੀ ਤੁਹਾਨੂੰ ਪਤਾ ਲੱਗੇ ਵੀ ਅਸੀਂ ਬੱਚਾ ਛੱਡ ਕੇ ਆਇਆ ਸਾਡਾ ਬੱਚਾ ਸੇਫ ਨਹੀਂ ਹੈਗਾ ਜੀ 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 ਕੁੜੀਆਂ ਵੀ ਸੇਫ ਨਹੀਂ ਮੁੰਡੇ ਵੀ ਸੇਫ ਨਹੀਂ ਮੁੰਡਿਆਂ ਨਾਲ ਵੀ ਵਾਇਲੈਂਸ ਹੁੰਦਾ ਬੱਚਿਆਂ ਨਾਲ ਹਮ ਅੱਜਕੱਲ੍ਹ ਦੀ ਇਦਾਂ ਦੀ ਸਿਸਟਮ ਹੈ ਵੀ ਮੁੰਡਿਆਂ ਨਾਲ ਵੀ ਤੁਸੀਂ ਸੁਣਿਆ ਸੰਦੀਪ ਗੌਰ ਕਈ ਮੁਲਾਕਾਤਾਂ ਅਜਿਹੀਆਂ ਹੁੰਦੀਆਂ ਨੇ ਕਿ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਮਾੜੀ ਚੀਜ਼ ਨੂੰ ਬਹੁਤ ਪ੍ਰਮੋਟ ਕਰਦੇ ਆਂ ਅਸੀਂ ਬਹੁਤ ਸ਼ੇਅਰ ਕਰਦੇ ਆਂ ਪਰ ਇਹ ਮੁਲਾਕਾਤ ਤੁਹਾਡੇ ਤੋਂ ਉਮੀਦ ਕਰਦੇ ਆਂ ਕਿ ਤੁਹਾਨੂੰ ਚੰਗੀ ਲੱਗੀ ਹੋਊਗੀ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਮਾ ਨੂੰ ਆਪਣੀਆਂ ਬੇਟੀਆਂ ਨੂੰ ਆਪਣੇ ਪਰਿਵਾਰ ਨੂੰ ਇਹ ਮੁਲਾਕਾਤ ਬਹੁਤ ਜ਼ਰੂਰੀ ਸੁਣਾਣੀ ਬਣਦੀ ਹੈ ਹਰ ਡਿਸਟ੍ਰਿਕਟ ਪੱਧਰ ਤੇ ਹਰ ਜ਼ਿਲ੍ਹੇ ਪੱਧਰ ਤੇ ਇਹ ਸੰਸਥਾਵਾਂ ਬਣੀਆਂ ਹੋਈਆਂ ਨੇ ਪਰ ਇਹ ਬਣੀਆਂ ਕਿਉਂ ਨੇ ਇਹ ਵੱਡਾ ਸਵਾਲ ਹੈ ਇਹ ਬਣੀਆਂ ਇਸ ਤਰਕੇ ਨੇ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਆਲੇ ਦੁਆਲੇ 'ਚ ਉਹ ਕੁਝ ਹੋ ਰਿਹਾ ਹੈ ਜਿਹੜਾ ਕੁਝ ਨਹੀਂ ਹੋਣਾ ਚਾਹੀਦਾ ਸੋ ਸਾਨੂੰ ਆਪਣੀਆਂ ਸੋਚਾਂ ਆਪਣੀਆਂ ਨੀਤਾਂ ਆਪਣਾ ਆਲਾ ਦੁਆਲਾ ਬਦਲਾਅ ਦੀ ਲੋੜ ਹੈ ਸਮਾਜਿਕ ਰਿਸ਼ਤਿਆਂ ਨੂੰ ਪਰਿਵਾਰਾਂ ਨੂੰ ਮੁਹੱਬਤ ਪਿਆਰ ਦੀ ਲੋੜ ਹੈ ਤੇ ਪਰਿਵਾਰ ਬਣੇ ਰਹਿਣੇ ਚਾਹੀਦੇ ਨੇ ਜੁੜੇ ਰਹੋ ਸਰ ਲਿਖ ਦੇਣਾ